ਜਦੋਂ ਅੰਮ੍ਰਿਤਸਰ ਦੀ ਪੁਲਿਸ ਨੇ ਕੁੱਟਿਆ ਨਾ ਮੈਨੂੰ, ਸ਼ਰਾਬ ਪੀ ਕੇ ਕੁੱਟਿਆ, 5-6 ਬੰਦਿਆਂ ਨੇ ਕੁੱਟਿਆ, ਉਹਦੇ ਵਿੱਚੋਂ 4 ਅੰਮ੍ਰਿਤਧਾਰੀ ਬੰਦੇ ਸੀ, ਉਹਨਾਂ ਨੇ ਕੁੱਟਿਆ। ਕੁੰਡਾ ਨਾ ਦੋ ਕੁੰਡਾ ਵੱਡਾ ਹਾਲ ਹੁੰਦਾ ਵਾ। ਇਹ ਮੈਂ ਰਿਮਾਂਡ ਲਿਖਿਆ ਵੀ ਆ ਲਿਖਤੀ ਰੂਪ ਦੇ ਵਿੱਚ, ਲਾ ਇੱਕ ਸ਼ਹਿਰਾ ਲਾ ਦੇ, ਬਾਣਾ ਲਾਓ, ਜੇ ਨਹੀਂ ਲਾਉਂਦਾ ਪਾੜ ਕੇ ਸੱਟ ਦਿਓ, ਇਹਦੇ ਪੱਗ ਜੀ ਲਾ ਕੇ ਮਾਰੋ ਇਹਦੀ ਪਰੇ, ਅਤੇ ਨੰਗਾ ਕਰਕੇ ਉਹਨਾਂ ਨੇ ਟਕਾ ਕੇ ਚੱਡੇ ਪਾੜ ਕੇ ਉੱਥੋਂ ਤੋਰਿਆ ਸੀ। ਅਤੇ ਮੈਂ ਮਾਫ਼ੀਨਾਮਾ ਲਿਖਦਾ ਸਰਕਾਰ ਨੂੰ। ਅੰਮ੍ਰਿਤਪਾਲ ਸਿੰਘ ਦੀ ਯਾਦ ਸ਼ਕਤੀ ਇੰਨੀ ਤੇਜ਼ ਕਿਉਂ ਆ ਕਿ ਤਰੀਕਾਂ ਵੀ ਯਾਦ ਨੇ, ਬਹੁਤ ਸਾਰੀਆਂ ਪੁਰਾਣੀਆਂ ਤਰੀਕਾਂ ਜਿਹੜੇ ਡੇਟ ਨੇ ਉਹ ਸਭ ਚੇਤੇ ਨੇ। ਜਿਹੜੀ ਚੀਜ਼ ਹੱਡੀ ਹੰਢਾਲ ਗਈ ਉਹ ਕਦੇ ਨਹੀਂ ਭੁੱਲਦੀ। ਦਰਦ ਦੋ ਗੱਲਾਂ ਦਾ ਜ਼ਿੰਦਗੀ 'ਚ ਹੋਇਆ ਸੀ ਉਦੋਂ, ਇੱਕ ਇਹ ਵੀ ਕੁੱਟਣ ਵਾਲੇ ਅੰਮ੍ਰਿਤਧਾਰੀ, ਅਤੇ ਦੂਜਾ ਦਰਦ ਇਹ ਹੁੰਦਾ ਵਾ ਵੀ ਜਿਹੜਾ ਬੰਦਾ ਕੁੱਟ ਰਿਹਾ ਯਾਰ ਉਹ ਗਾਲਾਂ ਹੀ ਇੱਦਾਂ ਦੀਆਂ ਕੱਢਦਾ ਹੁੰਦਾ, ਉਹ ਜਰੀਆਂ ਨਹੀਂ ਜਾਂਦਾ। ਜੇ ਇੰਡੀਆ ਗੌਰਮੈਂਟ ਪੰਜਾਬ ਸਟੇਟ ਇਹ ਗੱਲ ਕਹਿੰਦੀ ਆ ਵੀ ਅਸੀਂ ਕੁੱਟ ਕੇ ਮਨਾ ਲਏ, ਤਾਂ ਫਿਰ ਹੱਥ ਖੋਲ੍ਹ ਕੇ ਕੁੱਟ ਕੇ ਵੇਖੋ। ਸਿਆਲਾਂ ਦੇ ਦਿਨ ਪੁਲਿਸ ਵਾਲੇ ਬੈਠੇ ਵਿੱਚ, ਉਹਨਾਂ ਦੇ ਇੱਕ ਪੁਲਿਸ ਕੁੜੀ ਵੀ ਸੀ ਅਤੇ ਪੁਲਿਸ ਵਾਲੇ ਉਹਦੇ ਵਿੱਚ ਫੌਜੀ ਵੀ ਸੀ, ਉਹਨਾਂ ਦੀ ਅੱਗ ਸੇਕਦਿਆਂ ਦੇ ਵਿੱਚੋਂ ਕੋਲਾ ਚੱਕ ਕੇ ਉਹਨਾਂ ਦੇ ਸਾਹਮਣੇ ਕੰਧ 'ਤੇ ਸਿੱਖ ਕੌਮ ਜਾਂਦੀ ਆ ਬਦਲਾ ਲਊਗੀ ਜਦੋਂ ਲਿਖਿਆ। ਅਤੇ ਮੈਨੂੰ ਪੁਲਿਸ ਵਾਲੇ ਨੇ ਪੁੱਛਿਆ ਵੀ ਇਹ ਕੀ ਲਿਖ ਚੱਲੇ ਹੋ, ਅਤੇ ਥੱਲੇ ਮੈਂ ਭਿੰਡਰਾਂ ਲਿਖਿਆ ਸੀ, ਮੈਂ ਕਿਹਾ ਤਾਂ ਪੜ੍ਹਨਾ ਹੀ ਹੈ ਨਾ। ਸਮਾਜ ਸੇਵਾ ਦੇ ਵਿੱਚ ਜਿਹੜੇ ਲੋਕ ਉਤਰਦੇ ਨੇ ਉਹਨਾਂ ਲੋਕਾਂ ਦੇ ਉੱਤੇ ਇਹ ਇਲਜ਼ਾਮਬਾਜ਼ੀ ਹੁੰਦੀ ਰਹਿੰਦੀ ਹੈ ਕਿ ਗੱਡੀਆਂ 'ਚ ਘੁੰਮਦੇ ਨੇ, ਇਹ ਗੱਡੀਆਂ ਕਿੱਥੋਂ ਆਈਆਂ, ਹਿਸਾਬ ਮੰਗਿਆ ਜਾਂਦਾ, ਕਿੰਨਾ ਪੈਸਾ ਆਇਆ, ਕਿੱਥੇ ਲਾਇਆ, ਕਿਹਨਾਂ ਨੂੰ ਦੇ ਰਹੇ ਹੋ, ਤੁਸੀਂ ਆਪਣੇ ਉੱਤੇ ਇਨਵੈਸਟ ਕਰ ਰਹੇ ਹੋ, ਇਹ ਆਪਣੇ ਘਰ ਪਾ ਰਹੇ ਨੇ, ਇਹ ਗੱਡੀਆਂ 'ਚ ਘੁੰਮਦੇ ਨੇ, ਵੱਡੀਆਂ ਵੱਡੀਆਂ ਗੱਡੀਆਂ ਨੇ ਇਹਨਾਂ ਦੇ ਕੋਲ, ਉਹ ਗੱਲਾਂ ਨੂੰ ਫਿਰ ਤੁਸੀਂ ਕਿਵੇਂ ਟੈਕਲ ਕਰਦੇ ਹੋ, ਜਵਾਬ ਕਿਵੇਂ ਦਿੰਦੇ? ਬਾਬਾ ਬਖਸ਼ੀ ਸਿੰਘ ਨੇ ਕਿਹਾ ਸੀ ਸਿਰ ਤਲੀ 'ਤੇ ਰੱਖ ਕੇ ਆ ਜਾਣ, ਹਿਸਾਬ ਦੇ ਦਿਆਂਗੇ। ਹਿਸਾਬ ਦਾ ਕੀ ਹਿਸਾਬ ਲੈ ਲਓ, ਅਸੀਂ ਕਦੋਂ ਕਹਿੰਦੇ ਹਿਸਾਬ ਨਾ ਲਓ? ਅਤੇ ਵੱਡੀਆਂ ਗੱਡੀਆਂ ਚਾਹੀਦੀਆਂ ਬਾਈ, ਹਥਿਆਰ ਚੰਗੇ ਚਾਹੀਦੇ ਆ, ਅਤੇ ਉਹ ਫਿਰ ਦਿਹਾੜੀ ਕਰਕੇ ਤਾਂ ਆਉਣੇ ਨਹੀਂ ਬਾਈ, ਉਹ ਪੰਥ ਦੇ ਪੈਸੇ ਨਾਲ ਹੀ ਆਉਣਗੇ। ਬਜ਼ੁਰਗ ਦੀ ਜੈਪੁਰ ਦੇ ਵਿੱਚ ਪੱਗ ਲਾ ਕੇ ਉਹਨੂੰ ਗੰਦੇ ਨਾਲੇ 'ਚ ਉਠਾਇਆ ਸੀ, ਅਤੇ ਉਦੋਂ ਜੇ ਫੋਰਚੂਨਰ ਸੀ ਥੱਲੇ ਤਾਂ ਗਈ ਆ, ਜਦੋਂ ਸਿੱਖ ਬੀਬੀ ਦੀ ਪੱਤ ਲੁੱਟੀ ਗਈ ਸੀ ਦਿੱਲੀ, ਫੋਰਚੂਨਰ ਸੀ ਤਾਂ ਥੱਲੇ ਗਈ ਆ, ਜਦੋਂ ਸਿਕਲੀਗਰ ਸਿੱਖਾਂ ਦੇ ਘਰ ਰੁੜ ਗਏ ਸੀਗੇ ਉੱਧਰ ਗੁਜਰਾਤ ਵਾਲੀ ਸਾਈਡ, ਅਤੇ ਥੱਲੇ ਫੋਰਚੂਨਰ ਸੀ ਤਾਂ ਗਈ ਆ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਤੁਸੀਂ ਇਹ ਗੱਲ ਨੂੰ ਨਾ ਹਾਈਲਾਈਟ ਕਰੋ ਵੀ ਸਿੰਘ ਗੱਡੀਆਂ ਲਈ ਫਿਰਦੇ ਆ, ਤੁਸੀਂ ਤਾਂ ਇਹ ਕਹੋ ਵੀ ਸਿੰਘਾਂ ਕੋਲ ਹੈਲੀਕਾਪਟਰ ਹੋਣੇ ਚਾਹੀਦੇ ਆ, ਤੁਸੀਂ 32 ਬੋਰ ਦੇ ਪੈਸਟਲ ਨੂੰ ਰਵਾਲਵਰ ਨੂੰ ਰੂਈ ਜਾਂਦੇ ਯਾਰ ਹਥਿਆਰ ਲਈ ਫਿਰਦੇ ਆ, ਤੁਸੀਂ ਇਹ ਸੁੱਖ ਮਨਾਓ ਵੀ ਸਿੰਘਾਂ ਕੋਸ਼ਿਸ਼ ਕਰ ਵੀ ਤੂੰ ਟੈਂਕ 'ਤੇ ਆਇਆ ਕਰ, ਸਰਕਾਰ ਨਾਲ ਮੱਥਾ ਲਾਉਣਾ ਬਹੁਤ ਔਖਾ ਬਾਈ, ਇਹਦੇ ਤਾਂ ਪਿੱਛੇ ਤਾਂ ਐਂ ਲੋਹੇ ਦੀਆਂ ਕੰਧਾਂ ਬਣ ਕੇ ਖੜਨਾ ਪੈਣਾ ਪੰਥ ਨੂੰ। ਇਲਜ਼ਾਮ ਲਗਾਉਂਦੇ ਨੇ ਬਹੁਤ ਲੋਕ ਕਿ ਜੋ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਇਹ ਮੁਸਲਿਮ ਪਰਿਵਾਰ 'ਚੋਂ ਨੇ, ਇਹਨਾਂ ਦਾ ਬੈਕਗ੍ਰਾਉਂਡ ਇਸ ਤਰ੍ਹਾਂ ਦਾ, ਉਹ ਗੱਲ ਦੇ ਪਿੱਛੇ ਦੀ ਸੱਚਾਈ ਕੀ ਹੈ? ਨਾ ਮੈਂ ਮੁਸਲਿਮ ਹਾਂ, ਨਾ ਸਿੱਖ ਹਾਂ, ਨਾ ਇਸਾਈ ਹਾਂ, ਨਾ ਮੈਂ ਹਿੰਦੂ ਹਾਂ, ਮੈਂ ਤਾਂ ਇੱਕ 10ਵੇਂ ਪਾਤਸ਼ਾਹ ਦੀ ਫੌਜ ਦਾ ਸਿੰਘ ਹਾਂ। ਮੈਨੂੰ ਇਹ ਕਲੀਅਰ ਆ, ਇੱਕ ਚੀਜ਼ ਦਾ ਹਮੇਸ਼ਾ ਲਾਂਭਾ ਦਿਓ ਜ਼ਰੂਰ ਰੱਖੂਗਾ ਮੈਂ, ਵੀ ਮੈਨੂੰ ਸਿੱਖ ਹੀ ਸਿੱਖ ਨਹੀਂ ਮੰਨ ਰਹੇ। ਉਹ ਇਹ ਕਹਿੰਦੇ ਆ ਜਦੋਂ ਕੋਈ ਗੱਲਬਾਤ ਘਟਨਾ ਵਾਪਰ ਜੇ ਅਤੇ ਉਹ ਕਹਿਣਗੇ ਯਾਰ ਵੀ ਇਹ ਤਾਂ ਮੁਸਲਮਾਨ, ਜਿਹੜੀ ਇਹ ਗੱਲ ਹੈ ਨਾ ਬਾਈ, ਦੁਸ਼ਮਣ ਗੋਲੀ ਮਾਰ ਦੇਵੇ ਉਹਦਾ ਦੁੱਖ ਨਹੀਂ, ਜਦੋਂ ਸਿੱਖ ਆ ਗੱਲ ਮੈਨੂੰ ਕਹਿੰਦਾ, ਅਤੇ ਪਰ ਇੰਨਾ ਵੀ ਸਿੱਖਾਂ ਨੇ ਹਜੇ ਤੱਕ ਵੀ ਇਸ ਚੀਜ਼ ਨੂੰ ਕਬੂਲ ਨਹੀਂ ਕੀਤਾ ਵੀ ਇਹ ਸਿੰਘ ਆ। ਜੇ ਸਿੱਖ ਇਹ ਗੱਲ ਕਹਿਣ ਵੀ ਯਾਰ ਇਹ ਤਾਂ ਮੁਸਲਮਾਨ ਸਿੱਖ ਬਣੇ ਆ, ਅਤੇ ਜਿਵੇਂ ਮਾਝਵੀ ਸਿੱਖਾਂ ਨੇ ਆਖਿਆ ਹੋਇਆ ਨੇ ਬਾਬਾ ਜੀਵਨ ਸਿੰਘ ਦੇ ਨਾਂ 'ਤੇ ਗੁਰੂ ਘਰ ਬਣਾ ਲਏ, ਅਤੇ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਆ, ਸਿੱਧੀ ਆਪਦੇ ਅੱਡ ਬਣਾ ਲਏ ਨੇ ਭਾਈ। ਜੋ ਜੋ ਕੰਮ ਤੁਸੀਂ ਕੀਤੇ ਨੇ ਜਾਂ ਜਿਵੇਂ ਵੀ ਜਿਹਨਾਂ ਲੋਕਾਂ ਦੇ ਨਾਲ ਵਿਚ ਰਹੇ ਹੋ, ਉਹਨਾਂ ਦੇ ਵਿਚਰਨ ਦੇ ਦੌਰਾਨ ਕਿਸੇ ਗੱਲ ਦਾ ਮਲਾਲ ਰਿਹਾ ਹੋਵੇ ਜਾਂ ਕਿਸੇ ਗੱਲ ਦਾ ਡਰ ਰਿਹਾ ਹੋਵੇ? ਆਪ ਮਹਾਰੇ ਬਣੇ ਹੋਏ ਕੌਮ ਦੇ ਲੀਡਰ ਮਾਣ 3 ਮਹੀਨੇ ਪਕੌੜਾ ਰੱਖਿਆ ਇਹਨੇ ਮੈਨੂੰ, ਬਾ ਕਰਦੇ ਹਾਂ ਗੱਲ, ਜਮਾਨਤ ਲੱਗ ਗਈ, ਰਿਜੈਕਟ ਹੋ ਗਈ, ਉਹ ਹੋ ਗਿਆ, ਡੱਕਾ ਨਹੀਂ ਕੀਤਾ, 50,000 ਰੁਪਈਆ ਲੈ ਗਏ, ਪ੍ਰਧਾਨ ਸੀਗਾ ਮੀਆਂਪੁਰ। ਮੈਂ ਕਿਹਾ ਯਾਰ ਮੇਰੇ ਨਾਲ ਤਾਂ ਮਾਣ ਨੇ ਸਿੱਧੇ ਮੂੰਹ ਗੱਲ ਨਹੀਂ ਕੀਤੀ, ਤੂੰ ਹੀ ਪੁੱਛ ਲਾ। ਅਤੇ ਉਹ ਕਹਿੰਦੇ ਮਾਂ ਸਾਹਿਬ ਵਕੀਲ ਦਾ ਨੰਬਰ ਦੇ ਦਿਓ, ਅਤੇ ਉਹ ਕਹਿੰਦੇ ਤੁਹਾਡੇ ਟੱਟੀ ਵਾਲੇ ਹੱਥ ਨਾਲ ਧੋਤਿਆ ਕਰੀ, ਅਤੇ ਫਿੱਟੇ ਮੂੰਹ ਯਾਰ ਇਹੋ ਜਿਹੇ ਲੀਡਰ 'ਤੇ ਹੀ ਕੀ ਕੱਟਣਾ। ਹੋ ਸਕਦਾ ਕਿ ਕਈ ਥਾਵਾਂ ਦੇ ਉੱਤੇ ਤੁਹਾਡੇ ਮਤਭੇਦ ਉਹਨਾਂ ਦੇ ਨਾਲ ਹੋਏ ਹੋਣ, ਮਨ ਮਟਾਵ ਰਹੇ ਹੋਣ, ਪਰ ਕੀ ਭਵਿੱਖ ਦੇ ਵਿੱਚ, ਜਿਵੇਂ ਉਹਨਾਂ ਦੇ ਨਾਲ ਪਹਿਲਾਂ ਤੁਸੀਂ ਚੋਣਾਂ ਲੜੀਆਂ ਨੇ, ਕੀ ਭਵਿੱਖ ਦੇ ਵਿੱਚ ਇੱਕ ਹੋ ਸਕਦੇ ਹੈ ਜਾਂ ਇਕੱਠੇ ਹੋ ਕੇ ਚੱਲ ਸਕਦੇ ਨੇ? ਕਦੋਂ ਮਰੂਗਾ ਤੇ ਪੰਥ ਦਾ ਖੜਾ ਜੁੱਟੂਗਾ, ਲੋਹੇ 'ਤੇ ਲਕੀਰ ਆ ਇਹ ਗੱਲ, ਹੱਡੀ ਹੰਢਾਲਿਆ, ਬੀਤੀ ਹੋਈ ਆ, ਕਿਸੇ ਦੀ ਸੁਣੀ ਨਹੀਂ ਕੀਤੀ। ਕੋਈ ਵੀ ਬੰਦਾ ਕਹਿ ਦੇਵੇ ਯਾਰ ਸਬੂਤ ਦੇ ਦੇਵੇ, ਮੇਰੇ ਕੋਲ ਵੀਡੀਓ ਬਣੀ ਆ, ਸਤਨਾਮ ਸਿੰਘ ਹਜ਼ੂਰ ਸਾਹਿਬ ਵਾਲਾ ਵੀਡੀਓ ਬਣਾਈ ਜਾਂਦਾ ਸੀ, ਰਿਕਾਰਡ ਹੋ ਜਾਏਗਾ ਉਹਦੇ 'ਚ, ਹਜੇ ਤੱਕ ਪਈ ਆ, ਬਾਬਾ ਬਖਸ਼ੀਸ਼ ਸਿੰਘ ਨੂੰ ਦਿਖਾਈ ਹੋਈ ਆ, ਹੋਰ ਕਿਸੇ ਨੂੰ ਦਿਖਾਈ ਨਹੀਂ, ਇਹਨਾਂ ਨੂੰ ਫੋਟੋ ਭੇਜੀ ਆ ਜਾਣ ਕੇ, ਜਦੋਂ ਸਾ ਕਿਸੇ ਦਾ ਕੋਈ ਦੇਣਾ ਨਹੀਂ ਗਾ ਕਿ ਤੇ ਜੇ ਐਵੇਂ ਜੀ ਜੀ ਕਰੀ ਜਾਣੀ ਪਈ। 1984 ਤੋਂ ਲੈ ਕੇ 1995 ਤੱਕ ਨੌਜਵਾਨ ਮੁੰਡਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਸਾਡੇ ਬਜ਼ੁਰਗ ਲਾਪਤਾ ਹੋ ਗਏ, ਜੰਮਦੇ ਬੱਚੇ ਕੁੱਖਾਂ 'ਚ ਲੱਤਾਂ ਮਾਰ ਮਾਰ ਗਰਭਵਤੀ ਭੈਣਾਂ ਨੇ ਇਹਨਾਂ ਨੇ ਮਾਰੇ ਆ, ਗੌਰਮੈਂਟ ਨੇ ਉਹਨਾਂ ਦੀ ਲਿਸਟ ਕਿਉਂ ਨਹੀਂ ਜਾਰੀ ਕੀਤੀ? ਮਾਂ ਨੇ ਵੀ ਬਾਹਰਲੇ ਐਨ ਆਰ ਆਈ ਨੂੰ ਸਿੱਧੀ ਮਦਦ ਕਰ ਸਕਦੇ, ਕਿਉਂ ਐਨ ਆਰ ਆਈਆਂ ਨੂੰ ਲੱਭਣੇ ਪੈਂਦੇ, ਸ਼ਹੀਦ ਪਰਿਵਾਰ ਕਿੱਥੇ ਰਹਿੰਦੇ, ਸਾਡੇ ਵਰਗਨ ਕਿਉਂ ਧੱਕੇ ਖਾਣੇ ਪੈਣ? ਕੌਮੀ ਲੀਡਰ ਸੀ ਨਾ, ਇਹਨੇ ਤਾਂ ਹੱਡੀ ਹੰਢਾਲੀ 84 ਇਲੈਕਸ਼ਨ ਲੜਨ ਲਈ
MLA MP ਦੇ NRI ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਫਰਾਂਸ ਦੁਬਈ ਦੇ ਅੱਗੇ ਦੇਸ਼ਾਂ ਤੋਂ ਪੈਸਾ ਮੰਗਾਇਆ ਜਾ ਸਕਦਾ ਘੋਟਾਲੇ ਸੰਤ ਚੰਦੋਕਲਾ ਤੋਂ ਨਿਕਲੇ ਸੀ ਨਾ ਸੰਤ ਬੰਬੇ ਤੋਂ ਆਏ ਸੀਗੇ ਅਤੇ ਭਾਈ ਦਾਰਾ ਸਿੰਘ ਸੀ ਨਾਲ ਸੰਤ ਦੇ ਡਰਾਈਵਰ ਸਰਚ ਕਰ ਲਓ ਸੰਤ ਦਾ ਡਰਾਈਵਰ ਕੌਣ ਸੀ ਉਹਨਾਂ ਦੀ ਪੋਤੀ ਦਾ ਵਿਆਹ ਆਹਲੇ ਮਹੀਨੇ ਅਤੇ 38,000 ਰੁਪਈਆ ਹੀ ਹੋਇਆ ਸੀ ਉਹ ਦਿੱਤਾ ਕੱਲ੍ਹ ਅਤੇ ਵਿਆਹ ਹਜੇ ਉਹਨਾਂ ਦੀ ਪੋਤੀ ਦਾ ਇਹ ਗੱਲ ਕਹਿੰਦੇ ਸਾਨੂੰ ਸੁਪਰੀਮ ਕੋਰਟ ਜਾਂ ਦੂਜੇ ਸੈਸ਼ਨ ਕੋਰਟ ਤੋਂ ਅਸੀਂ ਹਾਈ ਕੋਰਟ ਤੋਂ ਇਹ ਮੁਕੱਦਮਾ ਜਿੱਤੇ ਹੋਏ ਹਾਂ ਵੀ ਖਾਲਿਸਤਾਨ ਜ਼ਿੰਦਾਬਾਦ ਕਹਿ ਸਕਦੇ ਲਿਖ ਸਕਦੇ ਬੋਲ ਸਕਦੇ ਸਾਨੂੰ ਹੱਕ ਆ ਉਹ ਇਹਨਾਂ ਨੂੰ ਹੀ ਆ ਆਪਾਂ ਨੂੰ ਨਹੀਂ ਹੈਗਾ 2022 ਦੀ ਜੂਨ ਕੱਲ੍ਹ ਤੱਕ ਸਾਹਿਬ ਤੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਆ ਇਹ ਆਉਂਦਾ ਤਾਂ ਲੱਗਦੇ ਆ ਇਹ ਹੈਗਾ ਤਾਂ ਲੱਗਦੇ ਆ ਜਦੋਂ ਇਹ ਚੜਿਆ ਜਾਂਦਾ ਉਦੋਂ ਬਾਅਦ ਜਿਹੜਾ ਲੱਗਦਾ ਉੱਥੇ ਪਰਚਾ ਹੋਇਆ MP ਬਣੇ ਨੂੰ 6 ਮਹੀਨੇ ਹੋ ਗਏ ਕਿੰਨੇ ਬੰਦੇ ਛਡਾਲੇ ਖਾਲਿਸਤਾਨ ਜ਼ਿੰਦਾਬਾਦ ਕੇ ਸੋਚਣ ਵਾਲੀ ਗੱਲ ਆ ਵੀ 1984 ਤੋਂ ਲੈ ਕੇ 1995 ਦੇ ਸੰਘਰਸ਼ ਤੱਕ ਕੋਈ ਇੱਕ ਭੈਣ ਦਾ ਨਾਂ ਦੱਸਿਆ ਜਾਵੇ ਜਿਹਦੇ ਹੱਥੀ ਇਹਨਾਂ ਨੇ ਬਾਪ ਬਣ ਕੇ ਆਨੰਦ ਕਾਰਜ ਕੀਤੇ ਅਸੀਂ ਕਹਿੰਦੇ ਹਾਂ ਵੀ ਤੂੰ ਸਾਡੀ ਭੈਣ ਆ ਅਸੀਂ ਤੇਰੇ ਆਨੰਦ ਕਾਰਜ ਕਰਾਂਗੇ ਨਹੀਂ ਸਾਡੇ ਤੋਂ ਲੈਸਟ ਲੈ ਲਓ ਮੇਰੀ ਉਮਰ 28 ਸਾਲ ਅਤੇ 28 ਸਾਲ ਤੋਂ ਵੱਧ ਕੁੜੀਆਂ ਦੇ ਆਨੰਦ ਕਾਰਜ ਦੀ ਲਿਸਟ ਵਿੱਚ ਹੁਣ ਫਿਰ ਤੁਹਾਡਾ ਜਿਹੜਾ ਫਿਊਚਰ ਪਲੈਨ ਕੀ ਹੈ ਕਿਵੇਂ ਜਿਹੜਾ ਕੰਮ ਆ ਉਹ ਕਰਨਾ ਚਾਹੁੰਦੇ ਹੋ ਜਾਂ ਜਿਹੜਾ ਰਾਹ 'ਤੇ ਚੱਲ ਰਹੇ ਹੋ ਇਸੇ ਲਈ 'ਤੇ ਚੱਲਣਾ ਚਾਹੁੰਦੇ ਹੋ ਜਾਂ ਕਿਸ ਢੰਗ ਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਲੋਕਾਂ ਦੀ ਜਿਹੜੀ ਸੇਵਾ ਉਹ ਕਰਨੀ ਆ ਤਾਂ ਉਹ ਕਿਵੇਂ ਕਰਨੀ ਚਾਹੁੰਦੇ ਹੋ ਜਿਹੜੇ ਖਾੜਕੂਵਾਦ ਦੇ ਸਮੇਂ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿਵੇਂ ਖੜਨਾ ਚਾਹੁੰਦੇ ਹੋ ਮੇਰੇ ਲਈ ਤਾਂ ਹਿੰਦੂ ਮੁਸਲਿਮ ਸਿੱਖ ਇਸਾਈ ਇੱਕੋ ਜਿਹੇ ਆ ਜਿੱਥੇ ਮੈਨੂੰ ਲੱਗਦਾ ਧੱਕਾ ਹੋ ਰਿਹਾ ਵਾ ਅਤੇ ਆਪਾਂ ਉੱਥੇ ਜਾ ਕੇ ਖੜ ਜਾਂਦੇ ਹਾਂ ਸਮਾਂ ਹੀ ਦੱਸੂਗਾ ਵੀ ਕਿਹੜੇ ਰਾਹ ਨੂੰ ਮੁੜਦੀ ਆ ਜਾਂਦੀ ਨਿਸ਼ਾਨਾ ਪੱਕਾ ਕੋਈ ਨਹੀਂ ਹੈਗਾ ਹਾਂ ਰਹਿੰਦੇ ਸਵਾਸਾਂ ਤੱਕ ਜੇ ਕੌਮੀ ਘਰ ਬਣਾਉਣ ਲਈ ਸ਼ਹੀਦੀ ਮਿਲਦੇ ਅਤੇ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ ਜਿਹੜੇ ਸੰਤਾਂ ਨੇ ਕਿਹਾ ਸੀਗਾ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ ਅਤੇ ਉਸ ਨੀਂਹ ਦੇ ਉੱਤੇ ਜੇ ਇੱਕ ਇੱਟ ਲਾਉਣ ਜਿੰਨੀ ਵੀ ਸਾਡੀ ਕਾਤ ਹੋਈ ਵੀ ਜੇ ਤੂੰ ਅੰਮ੍ਰਿਤਪਾਲ ਸਿੰਘ ਸਿਰ ਦੇਵੇਂਗਾ ਅਤੇ ਉਸ ਸਾਡਾ ਕੌਮੀ ਘਰ ਬਣਨ ਲਈ ਅਤੇ ਤੇਰਾ ਸਿਰ ਲੱਗ ਜੂਗਾ ਅਤੇ ਗਾਰਾ ਦਾ ਤਰਪੂਗਾ ਤੂੰ ਤਾਂ ਪਿਆਰ ਸੀ ਜੇ ਪਿਆਰ ਹਾਂ ਲੋਕ ਜੋ ਮਰਜ਼ੀ ਕਹਿਣ ਆਪਾਂ ਨੂੰ ਥੋੜ੍ਹੀ ਕੀ ਕਰਾਂਗੇ ਦੁਨੀਆਂ ਦੇ ਵਿੱਚ ਇੱਕ ਇਹੋ ਜਿਹੀ ਛਾਪ ਜ਼ਰੂਰ ਛੱਡਾਂਗੇ ਕਿ ਪਤਾ ਲੱਗੇ ਵੀ ਬੰਦਾ ਆਇਆ ਸੀ ਜਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪੰਜਾਬ KTV ਦੇਖ ਰਹੇ ਹੋ ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੀ ਧਰਤੀ ਤੋਂ ਜਦੋਂ ਕੋਈ ਨੌਜਵਾਨ ਆਪਣੇ ਸਮਾਜ ਦੇ ਲਈ ਜਾਂ ਸਿੱਖੀ ਸਿਧਾਂਤਾਂ ਦੇ ਲਈ ਉੱਠਦਾ ਹੈ ਤਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਨੌਜਵਾਨ ਕੌਣ ਹੈ ਕਿੱਥੋਂ ਆਇਆ ਪਿਛੋਕੜ ਕੀ ਹੈ ਅਤੇ ਦੋ ਤਰ੍ਹਾਂ ਦੇ ਨਜ਼ਰੀਏ ਲੋਕਾਂ ਦੇ ਬਣਦੇ ਨੇ ਇੱਕ ਹਾਂ ਪੱਖੀ ਇੱਕ ਨਾ ਪੱਖੀ ਨਾ ਪੱਖੀ ਨਜ਼ਰੀਏ ਵਾਲੇ ਲੋਕ ਸਵਾਲ ਖੜ੍ਹੇ ਕਰਦੇ ਨੇ ਉਹਨਾਂ ਦੀ ਜਾਣਨ ਦੀ ਉਤਸੁਕਤਾ ਹੈ ਉਹ ਇਹ ਹੁੰਦੀ ਹੈ ਕਿ ਜਿਹੜੇ ਸਾਡੇ ਸਵਾਲਾਂ ਦੇ ਜਵਾਬ ਨੇ ਉਹ ਮਿਲਣ ਅਤੇ ਹਾਂ ਪੱਖੀ ਨਜ਼ਰੀਏ ਵਾਲੇ ਲੋਕ ਉਸ ਵਿਅਕਤੀ ਦੇ ਜੀਵਨ ਨੂੰ ਜਾਣਨਾ ਚਾਹੁੰਦੇ ਹੁੰਦੇ ਨੇ ਤਾਂ ਅੱਜ ਪੰਜਾਬ ਦੀ ਧਰਤੀ ਉੱਤੇ ਪਿਛਲੇ ਕਈ ਸਾਲਾਂ ਤੋਂ ਸਮਾਜ ਭਲਾਈ ਅਤੇ ਪੰਥਕ ਕਾਰਜਾਂ ਦੇ ਵਿੱਚ ਸਰਗਰਮ ਰਹੇ ਨੌਜਵਾਨ ਅਤੇ ਹੁਣ ਵੀ ਜਿਹੜੇ ਲਗਾਤਾਰ ਇਹਨਾਂ ਕਾਰਜਾਂ ਦੇ ਵਿੱਚ ਸਰਗਰਮ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਾਂ ਸਾਡੇ ਨਾਲ ਅੱਜ ਖਾਸ ਤੌਰ ਉੱਤੇ ਜੁੜੇ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਤਾਂ ਉਹਨਾਂ ਦੇ ਜੀਵਨ ਬਾਰੇ ਅਤੇ ਲੋਕਾਂ ਦੇ ਵੱਲੋਂ ਖੜ੍ਹੇ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਅੱਜ ਲੈਣ ਦੀ ਕੋਸ਼ਿਸ਼ ਕਰਾਂਗੇ ਆਓ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ ਸਵਾਗਤ ਕਰਦੇ ਹਾਂ ਭਾਈ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗੱਲਬਾਤ ਇੱਥੋਂ ਸ਼ੁਰੂ ਕਰਾਂਗੇ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਕੌਣ ਹੈ ਕਿੱਥੋਂ ਹੈ ਮਹਿਰੋਂ ਦਾ ਪਿਛੋਕੜ ਕੀ ਹੈ ਜਾਂ ਮਹਿਰੋਂ ਜਿਹੜੇ ਉਹ ਅਸਲ ਦੇ ਵਿੱਚ ਹੈ ਕੌਣ ਕੀ ਨੇ ਮਹਿਰੋਂ ਦਾ ਅਰਥ ਹੈਗਾ ਵਾ ਮਹਿਰੋਂ ਪਿੰਡ ਦਾ ਨਾਮ ਹੈ ਜਿੱਥੇ ਮੇਰਾ ਜਨਮ ਹੋਇਆ ਜਾਂ ਸਾਡਾ ਜੱਦੀ ਪਿੰਡ ਆ ਜਿਹੜਾ ਦਾਦਿਆਂ ਪੜਦਾਦਿਆਂ ਦਾ ਮੋਗੀ ਜ਼ਿਲ੍ਹੇ ਦੇ ਵਿੱਚ ਜਿਹੜਾ ਪਿੰਡ ਆ ਮਹਿਰੋਂ ਪਿੰਡ ਦਾ ਨਾਂ ਲੱਗਾ ਹੋਇਆ ਵਾ ਅਤੇ ਤੁਸੀਂ ਨਾਂ ਦੇ ਨਾਲ ਮਹਿਰੋਂ ਲਾਉਂਦੇ ਹੋ ਅਤੇ ਪੰਥਕ ਕਾਰਜਾਂ ਦੇ ਵਿੱਚ ਕਦੋਂ ਤੋਂ ਸਰਗਰਮ ਹੋਏ ਸਮਾਜਿਕ ਕਾਰਜ ਵੀ ਕਰਦੇ ਹੋ ਜਿਵੇਂ ਕਿਸੇ ਲੋਕਾਂ ਦੀ ਹੈਲਪ ਕਰਨੀ ਹੈ ਹੈਲਪ ਕਰਦੇ ਹੋ ਜਾਂ ਕਿਸੇ ਦੇ ਘਰ ਪਵਾ ਕੇ ਦੇਣੇ ਨੇ ਅਜਿਹੀਆਂ ਜਿਹੜੀਆਂ ਮਦਦਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਤਾਂ ਇਹ ਕਦੋਂ ਤੋਂ ਕਰ ਰਹੇ ਹੋ ਇਹ 2018 ਦੇ ਵਿੱਚ ਸ਼ੁਰੂ ਹੋਇਆ ਸੀਗਾ ਕੀਤਾ ਨਹੀਂ ਗਿਆ ਹੈਗਾ ਇਹ ਕੁਦਰਤੀ ਤੌਰ 'ਤੇ ਮਹਾਰਾਜ ਵੱਲੋਂ ਸੇਵਾ ਬਖਸ਼ੀ ਗਈ ਆ ਕਿਉਂਕਿ ਮੈਂ ਥੋੜ੍ਹਾ ਜਿਹਾ ਇਹ ਸੀ ਵੀ ਜ਼ਿੰਦਗੀ ਦੇ ਵਿੱਚ 2018 ਦੀ ਮੈਂ ਫਰਵਰੀ ਦੇ ਵਿੱਚ ਬਾਹਰ ਉੱਠ ਗਿਆ ਸੀ ਮਲੇਸ਼ੀਆ ਜੀ ਉਹਦੇ ਕਈ ਕਾਰਨ ਹੈਗੇ ਆ ਵੀ ਮੈਂ ਜਦੋਂ ਘਰੋਂ ਨਿਕਲਿਆ ਕੰਮ ਕਰਦੇ ਹੁੰਦੇ ਸੀ ਅਤੇ ਕਿਸੇ ਕਾਰਨ ਕਰਕੇ ਵੀ ਮੇਰਾ ਇੱਥੇ ਵੀ ਨਹੀਂ ਸੈੱਟ ਬੈਠਿਆ ਅਤੇ ਜਿਵੇਂ ਆਮ ਪਿੰਡਾਂ ਦੇ ਨੌਜਵਾਨ ਬਾਹਰਲੇ ਮੁਲਕ ਉੱਠ ਜਾਂਦੇ ਆ ਅਤੇ ਘਰੋਂ ਕੋਈ ਬਾਹਲੇ ਨਹੀਂ ਸੀਗੇ ਜ਼ਮੀਨਾਂ ਜਾਇਦਾਦ ਦਾ ਹੈ ਨਹੀਂ ਗਿਆ ਆਪਣੇ ਦਿਹਾੜੀਦਾਰ ਦਾ ਬੱਚਾ ਮੈਂ
ਤੇ ਮੈਂ ਮਲੇਸ਼ੀਆ ਗਿਆ ਸੀ ਵੀ ਉਹੀ 10-12 ਹਜ਼ਾਰ ਰੁਪਈਆ ਜੇ ਮਿਲੂਗਾ ਤੇ ਉਹ ਜੋੜੀ ਜਾਵਾਂਗੇ ਤੇ ਜ਼ਿੰਦਗੀ ਕੱਢਣੀ ਹੈ। ਤੇ ਇਹ ਗੱਲ ਹੈਗੀ ਆ ਵੀ 27 ਫਰਵਰੀ 2018 'ਚ ਜਦੋਂ ਮੈਂ ਦਿੱਲੀ ਚੜ੍ਹਿਆ ਸੀ ਤੇ ਜਿਹੜਾ ਇੱਥੋਂ ਦੇ ਏਜੰਟ ਨਾਲ ਗੱਲਬਾਤ ਹੋਈ ਸੀ ਉਹ ਇਹ ਸੀ ਵੀ ਉੱਥੇ ਜਾ ਕੇ ਵਧੀਆ ਕੰਮ ਕਾਰ ਕਰੋਗੇ, ਪਰ ਇੱਥੋਂ ਦੇ ਏਜੰਟ ਨੇ ਉੱਥੇ ਇਹ ਗੱਲਬਾਤ ਕੀਤੀ ਸੀ ਵੀ ਬੰਦੇ ਪਿੱਛੋਂ ਡਾਊਨ ਹੀ ਆ, ਜਿਵੇਂ ਆਮ ਹੁਣ ਏਜੰਟ ਕਰਦੇ ਆ ਵੀ ਪਿੱਛੋਂ ਬੰਦੇ ਗਰੀਬ ਆ ਵੀ ਇੰਨੀ ਸਪੋਰਟ ਹੈ ਨਹੀਂ, ਤੁਸੀਂ ਜਿਵੇਂ ਮਰਜ਼ੀ ਨਾ ਨਾ ਕਰਿਓ। ਉਹਨਾਂ ਨੇ ਚਲੋ ਸਾਨੂੰ ਉੱਥੇ 2 ਦਿਨ ਪਹਿਲਾਂ ਇੱਥੋਂ ਗਏ ਹਾਂ, 2 ਦਿਨ ਪਹਿਲਾਂ ਏਅਰਪੋਰਟ 'ਤੇ ਕੋਈ ਲੈਣ ਨਹੀਂ ਆਇਆ ਸੀ ਬਾਹਰ ਮਲੇਸ਼ੀਆ ਦੇਸ਼, ਬਗਾਨਾ ਦੇਸ਼ ਸੀਗਾ, ਨਾ ਉੱਥੋਂ ਦੀ ਭਾਸ਼ਾ ਆਉਂਦੀ ਸੀ, ਉਮਰ ਵੀ ਥੋੜ੍ਹੀ ਸੀ। ਜਦੋਂ ਲੈਣ ਆਏ ਆ ਅਤੇ ਅਸੀਂ 117 ਜਣੇ ਸੀਗੇ ਜਿਨ੍ਹਾਂ ਨੂੰ ਉਹ ਕੰਪਨੀ ਨੇ ਲੈਣ ਆਉਣਾ ਸੀ, ਉਹ 117 ਜਣੇ ਬਈਏ ਬਿਹਾਰ ਦੇ, ਯੂਪੀ ਦੇ, ਨੇਪਾਲ ਨਪੂਲ ਦੇ ਨੇਪਾਲੀ ਸੀ, ਅਤੇ ਇਕੱਲਾ ਮੈਂ ਉਹਦੇ 'ਚ ਸਿੰਘ ਸੀ। ਇੱਦਾਂ ਹੀ ਮੈਂ ਪਾਈ ਪੈਂਟ ਸ਼ਰਟ ਸੀ ਅਤੇ ਪਰ ਸੀ ਦੁਮਾਲੇ ਦੇ ਵਿੱਚ ਹੀ, ਅਤੇ ਜਦੋਂ ਉਹਨਾਂ ਨੇ ਸਾਨੂੰ ਉੱਥੋਂ ਏਅਰਪੋਰਟ ਦੇ ਚੱਕ ਲਿਆ ਸੀਗਾ, ਬਹੁਤ ਦੂਰ ਤੱਕ ਸਾਨੂੰ ਘੱਟੋ ਘੱਟ 3-4 ਘੰਟੇ ਦੀ ਡਰਾਈਵ ਉਹਨਾਂ ਨੇ ਕੀਤੀ, ਲੈ ਕੇ ਗਏ, ਵਿੱਚ ਹੀ ਸਿਗਰਟਾਂ ਪੀ ਜਾਂਦੇ ਸੀ ਉਹ ਲੋਕ ਸੀ ਜਿਹੜੇ। ਉਦੋਂ ਬੜਾ ਮਨ ਨੂੰ ਪਛਤਾਵਾ ਹੋਇਆ ਵੀ ਅਸੀਂ ਤਾਂ ਯਾਰ ਵੀ ਫਸ ਗਿਆ ਮੈਂ ਇਹਨਾਂ ਲੋਕਾਂ ਦੇ ਵਿੱਚ ਵੀ, ਇੱਕ ਉੱਤੋਂ ਬਈਆਂ ਦੇ ਵਿੱਚ। ਰਾਹ ਦੇ ਵਿੱਚ ਇੱਕ ਪੰਪ 'ਤੇ ਗੱਡੀ ਰੋਕੀ ਉਹਨਾਂ ਨੇ, ਅਤੇ ਜਦੋਂ ਪੰਪ 'ਤੇ ਗੱਡੀ ਰੋਕੀ ਖਾਣ ਲਈ ਉਹਨਾਂ ਨੇ ਕੌਲੀ ਦੇ ਵਿੱਚ ਪੈਕਿੰਗ ਸੀ, ਚਾਵਲ ਸੀ, ਥੋੜ੍ਹੇ ਜਿਹੇ ਮੀਟ ਦਾ ਪੀਸ ਸੀ, ਇੱਕ ਛੋਟੀਆਂ ਬੋਤਲਾਂ ਸੀ, ਅਤੇ ਮੇਰਾ ਤਾਂ ਪਹਿਲੇ ਮਨ ਪਰੇਸ਼ਾਨ ਸੀ, ਇੱਕ ਇੱਧਰੋਂ ਦੁਖੀ ਹੋ ਕੇ ਗਿਆ ਸੀ ਘਰੋਂ ਲੜ ਕੇ, ਘਰੋਂ ਇੱਕ ਹਿਸਾਬ ਦਾ ਕੱਢ ਹੀ ਦਿੱਤਾ ਸੀ ਮੈਨੂੰ ਘਰਦਿਆਂ ਨੇ। ਅਤੇ ਉੱਥੇ ਜਾ ਕੇ ਵੀ ਮਨ ਦੁਖੀ ਸੀ ਵੀ ਮੈਂ ਤਾਂ ਯਾਰ ਵੀ ਫਸ ਗਿਆ, ਹੁਣ ਕਰੂੰਗਾ ਕੀ, ਬਗਾਨਾ ਮੁਲਕ ਆ। ਅਤੇ ਮੈਂ ਉਹਨੂੰ ਜਵਾਬ ਦਿੱਤਾ ਸੀ ਵੀ ਮੈਂ ਨਹੀਂ ਕੁਛ ਖਾਣਾ ਗਾ, ਮੈਂ ਫਿਰ ਭੱਜਣ ਦਾ ਰਾਹ ਲੱਭਦਾ ਸੀ, ਅਤੇ ਭੱਜ ਮੈਂ ਉਦੋਂ ਤਾਂ ਨਹੀਂ ਸਕਿਆ ਵੀ ਇੱਕ ਤਾਂ ਮੈਨੂੰ ਰਾਹ ਨਹੀਂ ਪਤਾ ਸੀ, ਇੱਕ ਮੇਰਾ ਪਾਸਪੋਰਟ ਉਹਨਾਂ ਕੋਲ ਸੀ। ਫਿਰ ਉਹ ਐਂ ਕਰਦੇ ਕਰਦੇ ਉਹਨਾਂ ਨੇ ਚਲੋ ਬਾਲਿਆ ਵਿੱਚ ਸਾਨੂੰ, ਅਤੇ ਲਿਜਾ ਕੇ ਸਾਨੂੰ ਸਾਰਿਆਂ ਨੂੰ ਉੱਥੇ ਥੋੜ੍ਹੇ ਥੋੜ੍ਹੇ 10-10, 15-15 ਬੰਦੇ ਵੰਡ ਕੇ ਅਤੇ ਜੰਗਲ 'ਚ ਲਾਤਾ ਸੀ। ਉਹ ਮਲੇਸ਼ੀਆ ਦੇਸ਼ ਵਾਲਿਆਂ ਨੂੰ ਇਹ ਚੀਜ਼ ਦਾ ਪਤਾ ਹੋਊਗਾ ਵੀ ਪਨਾਹ ਦੇ ਜੰਗਲ ਹੈਗੇ ਉੱਥੇ ਬਹੁਤ ਭਾਰੇ, ਉੱਥੇ ਬਲੈਕ ਹੁੰਦੀ ਆ ਫਲਾਂ ਦੀ, ਜਿਹੜੇ ਖਜੂਰਾਂ ਦੇ ਵੱਡੇ ਵੱਡੇ ਫਲ ਜਿਹੇ ਲੱਗਦੇ ਉੱਥੇ, ਅਤੇ ਉਹਦੀਆਂ ਹਜੇ ਵੀ ਮੇਰੇ ਕੋਲ ਵੀਡੀਓ ਫੋਟੋਆਂ ਉਵੇਂ ਪਈਆਂ ਵਾ ਵੀ ਜਦੋਂ ਮੈਨੂੰ ਉੱਥੇ ਤਾਰਿਆ, ਅਤੇ ਬਹੁਤ ਦੂਰ ਤੱਕ ਸਾਨੂੰ ਸਾਡੇ ਟੀਚੀ ਸਿਰ 'ਤੇ ਰਖਾ ਕੇ 10-12 ਕਿਲੋਮੀਟਰ ਤੋਰ ਕੇ ਲੈ ਕੇ ਗਏ, ਅਤੇ ਜਾ ਕੇ ਉੱਥੇ ਨਾ ਇੱਕ ਛੱਜ ਜਿਹਾ ਸੀਗਾ ਟੁੱਟਿਆ ਜਿਹਾ ਛੰਨ ਛੁੰਨ ਜੀ, ਅਤੇ ਉਹਦੇ 'ਚ ਸਾਨੂੰ ਕਹਿਤਾ ਵੀ ਇੱਥੇ ਰਹਿਣਾ ਵੀ ਤੁਹਾਨੂੰ ਬਾਅਦ 'ਚ ਘਰ ਇੱਥੇ ਬਣਾ ਕੇ ਦੇਵਾਂਗੇ। ਮੈਂ ਉਦੋਂ ਹੀ ਉਹਨਾਂ ਨੂੰ ਆਪਦੇ ਹਿਸਾਬ ਨਾਲ ਜਿੰਨੀ ਕੁ ਇੰਗਲਿਸ਼ ਆਉਂਦੀ ਸੀ ਹਿੰਦੀ ਪੰਜਾਬੀ ਮਿਕਸ ਹੀ ਕਰਕੇ ਮੈਂ ਕਿਹਾ ਵੀ ਮੈਂ ਇੱਦਾਂ ਦੇ ਹਾਲਾਤਾਂ 'ਚ ਨਹੀਂ ਰਹਿ ਸਕਦਾ ਗਾ। ਅਤੇ ਉਹਨਾਂ ਨੇ ਫਿਰ ਜਿਵੇਂ ਵੀ ਡੌਂਕਰ ਹੁੰਦੇ ਆ ਇਸ ਤਰ੍ਹਾਂ ਉਹਨਾਂ ਨੇ ਵੀ ਮੈਨੂੰ ਧੱਕਾ ਦੇ ਕੇ ਉੱਥੋਂ ਸੁੱਟ ਦਿੱਤਾ ਸੀ, ਅਤੇ ਮੈਂ ਸਮਝ ਗਿਆ ਸੀ ਵੀ ਹੁਣ ਕੰਮ ਬਹੁਤ ਔਖਾ ਵੀ ਹੁਣ ਤਾਂ ਵੀ ਜਾਨ ਖਤਮ ਆ, ਪਰਿਵਾਰ ਨਾਲ ਕੋਈ ਲਿੰਕ ਨਹੀਂ ਰਿਹਾ ਹੈਗਾ, ਘਰੋਂ ਲੜ ਕੇ ਬਾਹਰ ਆ ਗਏ ਹਾਂ, ਅਤੇ ਉੱਥੇ ਫਿਰ ਭੁੱਖੇ ਧਏ ਰਹੇ ਹਾਂ। ਅਤੇ ਥੋੜ੍ਹੇ ਕੁ ਟਾਈਮ ਬਾਅਦ ਜਿਹੜੀ ਉੱਥੇ ਘਟਨਾ ਮੇਨ ਵਾਪਰੀ ਆਪਾਂ ਸ਼ੋਰਟ 'ਚ ਦੱਸਾਂਗੇ, ਕੋਈ ਬੜਾ ਕਲੀਅਰ ਨਹੀਂ ਰੱਖਾਂ ਇਸ ਚੀਜ਼ ਨੂੰ, ਵੀ 2 ਕੁ ਦਿਨਾਂ ਬਾਅਦ ਕੋਈ ਉੱਥੋਂ ਉਹਨਾਂ ਦਾ ਬੰਦਾ ਆਇਆ, ਅਤੇ ਉਹ ਮੈਨੂੰ ਲੈ ਮੇਰਾ ਮੈਨੂੰ ਉਹਨੇ ਲੱਭਿਆ, ਅਤੇ ਮੇਰਾ ਜਦੋਂ ਉਹਨਾਂ ਨੇ ਨਾਂ ਬੋਲਿਆ ਅਤੇ ਮੈਂ ਉੱਥੇ ਜਦੋਂ ਉਹਨਾਂ ਕੋਲ ਗਿਆ, ਮੇਰੇ ਦੁਮਾਲਾ ਹੀ ਸਜਾਇਆ ਸੀ ਉਦੋਂ ਵੀ, ਅਤੇ ਮੈਂ ਕਿਹਾ ਵੀ ਮੇਰਾ ਨਾਂ ਇਹ, ਅਤੇ ਉਹ ਮੈਨੂੰ ਬਹਾ ਕੇ ਲਿਜਾ ਕੇ ਕਹਿੰਦੇ ਵੀ ਸਾਡੀ ਕੰਪਨੀ ਦੇ ਮਾਲਕ ਨੇ ਇਹ ਗੱਲ ਆਖੀ ਆ ਵੀ ਇਹ ਬੰਦੇ ਦੇ ਇਕੱਲੇ ਦੇ ਮੂੰਹ 'ਤੇ ਇਹ ਆਹ ਵੀ ਵਾਲ ਆ, ਦਾੜੀ ਆ, ਸਿਰ 'ਤੇ ਕੀ ਬੰਨੀ ਫਿਰਦਾ, ਵੀ ਇਹਨੂੰ ਕਹਿ ਵੀ ਜੇ ਸਾਡੀ ਕੰਪਨੀ 'ਚ ਇਹ ਕੰਮ ਕਰਨਾ ਤਾਂ ਇਹਨੂੰ ਕਟਾਉਣਾ ਪੈਣਾ। ਪਰੇਸ਼ਾਨ ਤਾਂ ਮੈਂ ਪੰਜਾਬ ਤੋਂ ਗਿਆ ਸੀ ਕਿਉਂਕਿ ਡੈਡੀ ਮੇਰੇ ਨਾਲ ਲੜਿਆ ਹੋਇਆ ਸੀਗਾ, ਅਤੇ ਉਹ ਮੈਨੂੰ ਛੱਡਣ ਵੀ ਏਅਰਪੋਰਟ ਨਹੀਂ ਗਿਆ ਹੈਗਾ, ਅਤੇ ਫਿਰ ਮੈਂ ਔਖਾ ਤਾਂ ਸੀਗਾ ਇੱਥੋਂ ਚਲਿਆ ਗਿਆ, ਫਿਰ ਔਖਾ ਉਹਨਾਂ 'ਤੇ ਹੋ ਗਿਆ ਜਦੋਂ ਉਹਨੇ ਆਹ ਗੱਲ ਆਖੀ, ਅਤੇ ਫਿਰ ਮੈਨੂੰ ਹੋਰ ਗੁੱਸਾ ਚੜਿਆ ਵੀ ਯਾਰ ਸਿੱਖੀ ਨੂੰ ਮੈਂ ਕਿਵੇਂ ਛੱਡ ਸਕਦਾ, ਵੀ ਇਸ ਚੀਜ਼ ਨੂੰ ਤਾਂ ਮੈਂ ਜਿਹੜੀ ਰਹਿਤ ਮਰਿਆਦਾ ਨੂੰ ਤਾਂ ਮੈਂ ਪ੍ਰਪੱਖ ਰੱਖਣ ਵਾਸਤੇ 2000 ਸਾਲਾਂ ਤੋਂ ਬਾਣਾ ਤਾਂ ਪਾਲਿਆ ਸੀ, ਅਤੇ 2018 ਦੀ ਗੱਲ ਆ ਵੀ 18 ਸਾਲ ਹੋ ਗਏ ਮੈਂ ਅੰਮ੍ਰਿਤ ਨਹੀਂ ਛਕਿਆ, ਅਤੇ ਵੀ ਜੇ ਮੈਂ ਕੇਸ ਦਾੜੀ ਕਟਾ ਦਾਂ ਅਤੇ ਫਿਰ ਮੈਂ ਅੰਮ੍ਰਿਤ ਛਕਣ ਤੱਕ ਕਦੋਂ ਪਹੁੰਚੂੰਗਾ, ਅਤੇ ਵੀ ਅੰਮ੍ਰਿਤ ਕੋਈ ਐਸੀ ਚੀਜ਼ ਤਾਂ ਹੈ ਨਹੀਂ ਵੀ ਯਾਰ ਛਕ ਲਈ ਛੱਡ ਦਾਂਗੇ, ਵੀ ਇਹ ਤਾਂ ਜੁਗਾ ਜੁਗੰਤਰਾਂ ਦਾ ਤਪ ਚਾਹੀਦਾ ਜੇ ਅੰਮ੍ਰਿਤ ਬੰਦੇ ਨੂੰ ਚਾਹੀਦਾ ਕਿਸੇ ਨੂੰ ਜਿਹਨੂੰ ਇਹ ਮਿਲਦਾ ਤਾਂ। ਅਤੇ ਮੈਂ ਕੀ ਕੀਤਾ, ਮੇਰੇ ਤੋਂ ਥੋੜ੍ਹਾ ਜਿਹਾ ਛੋਟੀ ਉਮਰ ਦਾ ਸੀ ਅਤੇ ਮੈਂ ਉਹਦੇ ਲਫੇੜਾ ਮਾਰਤਾ, ਉਹਨੇ ਮੈਨੂੰ ਉੱਥੇ ਤਾਂ ਕੁਛ ਨਹੀਂ ਕਿਹਾ, ਬਹਾ ਕੇ ਲਿਆ ਕੇ ਉਹਨੇ ਕੰਪਨੀ 'ਚ ਦੱਸਤਾ ਸੀ, ਫਿਰ ਕੰਪਨੀ ਵਾਲੇ ਮੈਨੂੰ ਗੱਡੀ 'ਚ ਉੱਥੋਂ ਲੈ ਗਏ ਚੱਕ ਕੇ, ਫਿਰ ਉਹਨਾਂ ਨੇ ਬਹੁਤ ਕੁੱਟਿਆ ਕੱਪੜੇ ਲਾ ਕੇ, ਫਿਰ ਉਹਨਾਂ ਨੇ ਵੇਖ ਲਓ ਵੀ ਇੰਨਾ ਕੁ ਕੁੱਟਿਆ ਵੀ ਉਹਨਾਂ ਨੇ ਮੇਰੇ ਆਹ ਕੇਸ ਦਾੜੀ ਫੜ ਫੜ ਮੈਨੂੰ ਖਿੱਚਿਆ, ਵੀ ਜਿਵੇਂ ਕਹਿ ਦਈਏ ਵੀ
ਵੀ ਕੋਈ ਕਸਰ ਨਹੀਂ ਛੱਡੀ ਆਪਦੀ, ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਕੁੱਟਿਆ। ਕੁੱਟ ਕੇ ਉਹਨਾਂ ਨੇ ਕੀ ਕੀਤਾ, ਤੁਰੀ ਜਾਂਦੀ ਗੱਡੀ, ਜਦੋਂ ਪਤਾ ਵੀ ਇਹ ਹੁਣ ਖਤਮ ਹੋ ਗਿਆ ਬੰਦਾ, ਅਤੇ ਉੱਥੋਂ ਹੀ ਉਹਨਾਂ ਨੇ ਮੈਨੂੰ ਆਹ ਦਿਨ ਛਿਪਦਾ ਸੀ, 6:30-7 ਵਜੇ ਦੀ ਘਟਨਾ ਇਹ ਉਸ ਦਿਨ ਦੀ। ਤੁਰੀ ਜਾਂਦੀ ਗੱਡੀ ਦੇ ਵਿੱਚੋਂ ਇਹਨਾਂ ਨੇ ਮੇਰਾ ਮੈਨੂੰ ਪਹਿਲਾਂ ਧੱਕਾ ਦਿੱਤਾ ਬਾਰੀ ਖੋਲ੍ਹ ਕੇ, ਉੱਤੇ ਮੇਰਾ ਟੇਚੀ ਸੱਟ ਗਈ ਸੀ। ਅਤੇ ਮੈਨੂੰ ਪਤਾ ਉਦੋਂ ਵੀ ਮੇਰੇ ਟੀ ਸ਼ਰਟ ਜੀ ਅਤੇ ਨੀਕਰ ਜੀ ਪਾਈ ਹੋਈ ਸੀਗੀ, ਅਤੇ ਮੇਰੇ ਸੱਟਾਂ ਕਾਫੀ ਲੱਗੀਆਂ ਸੀ। ਅਤੇ ਇੰਨਾ ਪਤਾ ਵੀ ਮੈਨੂੰ ਕਿਸੇ ਨੇ ਧੱਕਾ ਮਾਰ ਕੇ ਗੱਡੀ 'ਚੋਂ ਸੱਟ ਤਾ, ਬਾਕੀ ਮੈਨੂੰ ਕੁਛ ਪਤਾ ਨਹੀਂ ਸੀ, ਬੇਹੋਸ਼ ਹੋ ਗਿਆ ਸੀ। ਅਤੇ ਉੱਥੋਂ ਵਾਪਸ, ਹਾਂ ਥੋੜ੍ਹੇ ਸਮੇਂ ਬਾਅਦ ਜਦੋਂ ਹੋਸ਼ ਜੀ ਹੋਈ, ਹੱਡ ਪੈਰ ਜੇ ਸਾਰੇ ਦੁਖੀ ਜਾਂਦੇ ਆ, ਅਤੇ ਫਿਰ ਮੈਨੂੰ ਪਤਾ ਲੱਗਾ ਵੀ ਮੈਨੂੰ ਯਾਰ ਉਹਨਾਂ ਨੇ ਕੁੱਟਿਆ ਸੀ ਅਤੇ ਉਹ ਮੈਨੂੰ ਕਿਤੇ ਸੱਟ ਗਏ ਆ। ਫਿਰ ਮੈਂ ਆਪਦਾ ਬੈਗ ਲੱਭਿਆ, ਬੈਗ ਲੱਭਿਆ ਅਤੇ ਫਿਰ ਮੈਂ ਦਵਾ ਖੋਲ੍ਹ ਕੇ ਵੇਖਿਆ ਵੀ ਮੈਨੂੰ ਖੋਲਿਆ ਤਾਂ ਨਹੀਂ, ਕਿਉਂਕਿ ਮੈਂ ਜਾਣ ਲੱਗਾ ਗੁਟਕਾ ਸਾਹਿਬ ਲੈ ਕੇ ਗਿਆ ਸੀ ਛੋਟਾ ਜਿਹਾ, ਪੰਜਾਬਾਣੀਆਂ ਦਾ ਅਤੇ ਸੁਖਮਨੀ ਸਾਹਿਬ ਦਾ। ਮੈਨੂੰ ਸਿਰਫ ਉਹਦੀ ਫਿਕਰ ਸੀ ਵੀ ਕਿਤੇ ਉਹ ਉਹਨਾਂ ਨੇ ਕੱਢ ਲਿਆ। ਫਿਰ ਮੈਂ ਉਹਨੂੰ ਕੱਢ ਕੇ ਵੀ ਆਪਦੀ ਹੱਕ ਨਾਲ ਲਾਇਆ ਵੀ ਬਾਣੀਆਂ ਹਜੇ ਮੇਰੇ ਕੋਲ ਹੈਗੀਆਂ। ਮੈਂ ਫਿਰ ਵੇਖਿਆ ਮੇਰੇ ਸੱਟਾਂ ਫਿੱਟਾਂ ਤਾਂ ਕਾਫੀ ਵੱਜੀਆਂ ਹੋਈਆਂ ਸੀ, ਮੇਰੇ ਢੂਈ 'ਤੇ ਹਜੇ ਵੀ ਨਿਸ਼ਾਨ ਹੈਗੇ ਆ ਸੱਟ ਦੇ, ਸੱਟ। ਹਾਂ, ਅਤੇ ਜਦੋਂ ਉਹ ਚੀਜ਼ਾਂ ਵੇਖੀਆਂ ਮੈਂ, ਅਤੇ ਇੰਨਾ ਵੇਖਿਆ ਵੀ ਮੈਂ ਹਜੇ ਹੈਗਾ ਵਾਂ, ਅਤੇ ਉਹ ਮੈਨੂੰ ਬਾਹਲਾ ਮੇਰੀ ਸੁਣਨ ਸ਼ਕਤੀ ਅਤੇ ਮੇਰੀ ਦੇਖਣ ਦੀ ਜਿਹੜੀ ਸ਼ਕਤੀ ਸੀ ਉਹ ਕਮਜ਼ੋਰ ਹੋ ਚੁੱਕੀ ਸੀ, ਕਿਉਂਕਿ 26-27 ਤਰੀਕ ਦਾ ਇੱਥੋਂ ਤੁਰਿਆ ਭੁੱਖਾ ਅਤੇ ਆਇਆ ਸੀ, ਅਤੇ ਉਹਨਾਂ ਨੇ 5-4 ਦਿਨ ਉਹਨਾਂ ਨੇ ਰੱਖ ਕੇ ਕੁੱਟਿਆ, 3 ਦਿਨ ਉੱਥੇ ਹੋ ਗਏ ਸੀ, ਯਾਨੀ ਕਿ ਘੱਟੋ ਘੱਟ 8-9 ਦਿਨ ਮੈਨੂੰ ਭੁੱਖੇ ਧਿਆਏ ਨੂੰ ਹੋਏ ਸੀ, ਉਵੇਂ ਮੈਨੂੰ ਸੱਟ ਗਏ ਸੀ। ਸਾਰਾ ਕੁਝ ਬੈਗ ਫੜ ਕੇ ਮੈਂ ਪਹਿਲਾਂ ਉੱਥੋਂ ਜਗ੍ਹਾ ਬਦਲੀ, ਘੱਟੋ ਘੱਟ ਵੀ 2 ਕਿੱਲੇ ਤੁਰਿਆ ਗਿਆ ਹੋਣਾ, ਕਿਸੇ ਖਜੂਰ ਜੀ ਨਾਲ ਢੋਲ ਲਾ ਕੇ ਮੈਂ ਉੱਥੇ ਆਪਦਾ ਰਾਤ ਕੱਟੀ। ਸੱਪ ਸੁੱਪ ਜੀ ਐਂ ਤੁਰੇ ਫਿਰਦੇ ਸੀ, ਉਹ ਵੀਡੀਓ ਵੀ ਮੈਂ ਸ਼ੂਟ ਕੀਤੀਆਂ ਸੀ, ਹਾਲਾਂਕਿ ਉਹ ਮੇਰਾ ਪੁਲਿਸ ਕੋਲ ਆ ਫੋਨ। ਅਤੇ ਮੈਂ ਇਹ ਕੋਸ਼ਿਸ਼ ਕਰਦਾ ਸੀ ਵੀ ਮੈਨੂੰ ਕੁਛ ਚੀਜ਼ ਮਿਲੇ ਵੀ ਜਿਹੜੀ ਮੇਰੇ ਲੜਦੀ ਅਤੇ ਮੈਂ ਮਰ ਜਾਵਾਂ, ਇੰਨਾ ਔਖਾ ਸੀ। ਅਤੇ ਪਰ ਉਹ ਨਹੀਂ ਹੋਇਆ। ਅਤੇ ਫਿਰ ਨਾ ਕੁਦਰਤੀ ਜਿਹੜੀ ਇੰਸਟਾਗ੍ਰਾਮ ਐਪਲੀਕੇਸ਼ਨ ਆ ਨਾ ਬਾਈ, ਇਹਦਾ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਯੋਗਦਾਨ, ਕਿਉਂਕਿ ਉਦੋਂ ਮੈਂ ਉਦੋਂ ਵੀ ਬਹੁਤ ਹਾਈਲਾਈਟ ਸੀ, ਅਸਲੇ ਦਾ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਰਿਹਾ, ਅਤੇ ਮੈਨੂੰ ਉਦੋਂ ਵੀ ਬਹੁਤ ਲੋਕ ਪਸੰਦ ਕਰਦੇ ਹੁੰਦੇ ਸੀ, ਜਿਹੜੀ ਨਵੀਂ ਆਪਾਂ ਕਹਿ ਦਈਏ ਜਨਰੇਸ਼ਨ ਸੀ, ਮੇਰੇ ਹਾਣੀ ਸੀਗੇ। ਇੱਕ ਨਾ ਮੁੰਡਾ ਹਜੇ ਵੀ ਪੰਜਾਬ 'ਚ ਗੁਰਦਾਸਪੁਰ ਏਰੀਏ ਦਾ ਵੀਰ, ਉਹ ਵੀ ਸ਼ਾਇਦ ਸੁਣੂਗਾ, ਉਹਨਾਂ ਦੀ ਇੱਕ ਪੰਜਾਬੀ ਵੈਬਸਾਈਟ ਨਾਂ 'ਤੇ ਇੱਕ ਪੇਜ ਹੁੰਦਾ ਸੀ ਜੀ, ਉਹਨੂੰ ਮੈਂ ਇੱਕ ਨਾ ਮੈਸੇਜ ਕੀਤਾ ਅਤੇ ਉਹਨੂੰ ਮੈਂ ਕਿਹਾ ਵੀਰੇ ਮੈਂ ਤੈਨੂੰ ਇੱਕ ਬੰਦੇ ਦੀ ਸਟੋਰੀ ਭੇਜਣ ਲੱਗਾ ਅਤੇ ਉਹਨੂੰ ਜ਼ਰੂਰੀ ਪੋਸਟ ਕਰ। ਉਹਨੂੰ ਦੱਸਤਾ ਵੀ ਉਹ ਮੈਂ ਆ, ਪਰ ਲੋਕਾਂ ਨੂੰ ਨਹੀਂ ਦੱਸਣਾ ਵੀ ਉਹ ਮੈਂ ਆ। ਮੈਂ ਸਾਰੀ ਸਟੋਰੀ ਉਹਨੂੰ ਭੇਜ ਦਿੱਤੀ ਵੀ ਮਲੇਸ਼ੀਆ ਦੀ ਆਹ ਲੋਕੇਸ਼ਨ ਆ, ਮੈਨੂੰ ਲੋਕੇਸ਼ਨ ਨਹੀਂ ਸੈਂਡ ਕਰਨੀ ਹੁੰਦੀ, ਮੈਂ ਮੈਪ ਖੋਲ੍ਹ ਲੈਂਦਾ ਸੀ ਅਤੇ ਸਕਰੀਨਸ਼ੋਟ ਲੈ ਕੇ ਭੇਜ ਦਿੰਦਾ ਸੀ, ਗਾਲ ਆਪੇ ਲੱਭ ਲੂੰ ਮੈਂ ਕਿੱਥੇ, ਪਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਸੀ, ਪਤਾ ਹੀ ਨਹੀਂ ਲੱਗਦਾ ਸੀ। ਅਤੇ ਬੈਟਰੀ ਮੇਰੀ 4% ਸੀ ਫੋਨ ਦੀ, ਹੱਲ ਵੀ ਕੋਈ ਨਹੀਂ ਸੀ, ਫੋਨ ਵੀ ਮਾੜਾ ਇਸ ਕਰਕੇ ਸੀ ਵੀ ਇੱਥੋਂ ਮੈਂ ਦਿਹਾੜੀ ਕਰਦਾ ਗਿਆ ਸੀ, ਅਤੇ ਉਦੋਂ ਸ਼ਾਇਦ ਇਹ ਕੋਕਰੀ ਕਲਾਂ ਦੇ ਬੰਦੇ ਵੀ ਇਹ ਲਾਈਵ ਵੀਡੀਓ ਨੂੰ ਵੇਖਣਗੇ ਵੀ ਕੋਕਰੀ ਕਲਾਂ ਦਾ ਉਦੋਂ ਪਟਵਾਰ ਖਾਨਾ ਬਣਾਉਂਦੇ ਸੀ ਅਸੀਂ, ਮੈਂ ਉੱਥੇ ਢਾਉਣ ਦੀ ਦਿਹਾੜੀ ਕਰਦਾ ਸੀਗਾ, ਕੰਮ ਡੈਡੀ ਹੋਣਾ ਦੇ ਅੰਡਰ ਸੀ, ਪਰ ਮੈਂ ਉੱਥੇ ਲੇਬਰ ਕੰਮ ਕਰਦਾ ਸੀ। ਅਤੇ ਉਵੇਂ ਮੈਂ ਕੰਮ ਕਰਦਾ ਕਰਦਾ ਸਾਡੇ ਇੱਕ ਮੁੰਡਾ ਸੀ ਇੱਥੇ, ਉਹਦੇ ਕੋਲੋਂ ਟੁੱਟਿਆ ਮੈਂ ਫੋਨ ਲੈ ਕੇ ਗਿਆ ਮੈਂ 1500-2000 ਰੁਪਈਏ ਦਾ, ਅਤੇ ਫਿਰ ਉਹ ਫੋਨ ਮੈਂ ਉਹਦੀ ਵੱਡੀ ਭੈਣ ਨੂੰ ਦੇ ਕੇ, ਭੈਣ ਕੋਲ ਥੋੜ੍ਹਾ ਜਿਹਾ ਮਹਿੰਗਾ ਫੋਨ ਸੀਗਾ, ਉਹ ਲੈ ਕੇ ਗਿਆ, ਉਹਦੀ ਫੋਨ ਦੀ ਬੈਟਰੀ ਲੋ ਸੀ, ਅਤੇ ਜਦੋਂ ਉਹਨਾਂ ਨੇ ਕੋਈ ਚਾਰਾ ਨਾ ਚੱਲਿਆ ਅਤੇ ਮੈਂ ਆਪਦਾ ਬਾਹਰਲਾ ਨੰਬਰ ਵੀ ਭੇਜ ਦਿੱਤਾ ਵੀ ਆਹ ਨੰਬਰ 'ਤੇ ਸੰਪਰਕ ਕਰੋ। ਫਿਰ ਥਾਈਲੈਂਡ ਤੋਂ ਇੱਕ ਸਿੱਖ ਭੈਣ ਆ ਕੋਈ, ਉਹਦਾ ਨੰਬਰ ਹਜੇ ਵੀ ਮੇਰੇ ਕੋਲ ਹੈਗਾ, ਉਹਨੇ ਮੈਨੂੰ ਕਿਹਾ ਵੀ ਵੀਰੇ ਵੀ ਸਾਨੂੰ ਐਂ ਕਰਕੇ ਤੇਰੇ ਬਾਰੇ ਪਤਾ ਲੱਗਾ, ਮੇਰੇ ਪਾਪਾ ਨਾਲ ਗੱਲ ਕਰੋ। ਅਤੇ ਮੈਂ ਕਿਹਾ ਵੀ ਕਰਾਓ। ਜਦੋਂ ਕਹਿੰਦੀ ਉਹਨੇ ਮੈਨੂੰ ਕਹਿਤਾ ਵੀਰੇ, ਅਤੇ ਮੈਨੂੰ 6-7 ਵਾਰ ਹੀ ਸੁਣਦਾ ਹੁੰਦਾ ਸੀ, ਉਹ ਮੇਰੀ ਪਾਵਰ ਘੱਟ ਗਈ ਸੀ, ਦਿਮਾਗ ਡਾਊਨ ਹੋ ਗਿਆ ਸੀ ਜੀ, ਅਤੇ ਮੈਂ ਮੈਂਟਲੀ ਬਹੁਤ ਟਾਰਚਰ ਕੀਤਾ ਗਿਆ ਸੀ। ਅਤੇ ਜਦੋਂ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਅਤੇ ਉਹ ਕਹਿੰਦੇ ਸਿੰਘ ਸਾਹਿਬ ਤੁਸੀਂ ਆਪਦੀ ਸਾਨੂੰ ਲੋਕੇਸ਼ਨ ਭੇਜੋ। ਮੈਂ ਜਦੋਂ ਆਹ ਭੇਜੀ ਅਤੇ ਸਿਰਫ ਉਹਨਾਂ ਦਾ ਇੰਨਾ ਕਿ ਮੈਨੂੰ ਸੁਣਿਆ ਵੀ ਸਾਨੂੰ ਪਤਾ ਲੱਗ ਗਿਆ ਤੂੰ ਕਿੱਥੇ ਆ, ਅਤੇ ਫੋਨ ਬੰਦ ਹੋ। ਜਦੋਂ ਫੋਨ ਬੰਦ ਹੋ ਗਿਆ ਅਤੇ ਫਿਰ ਮੈਂ ਉੱਥੇ ਮੈਂ ਥੋੜ੍ਹਾ ਜਿਹਾ ਉਹ ਸੱਕ ਜਿਹਾ ਤੋੜ ਲਿਆ ਕਰਾਂ ਅਤੇ ਚੱਬ ਲਿਆ ਕਰਾਂ, ਅਤੇ ਮੈਂ ਫਿਰ ਉੱਥੇ ਟੋਆ ਪੱਟਿਆ, ਥੋੜ੍ਹਾ ਜਿਹਾ ਟੋਆ ਪੱਟ ਕੇ ਅਤੇ ਮੈਂ ਪਰਨਾ ਸੀ ਮੇਰੇ ਕੋਲ ਕੇਸ ਸੀ, ਉਹਦੇ 'ਚ ਮੈਂ ਗੁਟਕਾ ਸਾਹਿਬ ਲਪੇਟ ਕੇ ਟੋਏ 'ਚ ਨੱਪਣ ਲੱਗਾ ਵੀ ਸ਼ਾਇਦ ਵੀ ਹੋ ਸਕਦਾ ਵੀ ਮੈਂ
ਵੀ ਮਰ ਜਾਵਾਂ ਤੇ ਵੀ ਗੁਟਕਾ ਸਾਹਿਬ ਕਿਤੇ ਉਹਨਾਂ ਬੰਦਿਆਂ ਦੇ ਕਿਸੇ ਦੇ ਹੱਥ ਨਾਲ ਲੱਗ ਜਾਏ ਜਿਹੜੇ ਪਾੜ ਕੇ ਸੁੱਟ ਦੇਣ, ਮਿੱਟੀ ਹੋ ਜਾਏ ਤਾਂ ਹੋ ਜਾਏ। ਜੇ ਇੱਕ ਬੰਦੇ ਦਾ ਸਰੀਰ ਮਿੱਟੀ ਹੋ ਸਕਦਾ, ਗੁਰੂਆਂ ਦਾ ਸਰੀਰ ਮਿੱਟੀ ਹੋ ਸਕਦਾ, ਤੇ ਕੋਈ ਨਾ ਬਾਣੀ ਮਿੱਟੀ ਹੋਈ ਚੰਗੀ ਕਿਸੇ ਦੇ ਹੱਥੋਂ ਬੇਯਾਦ ਵੀ ਹੋਈ ਤਾਂ। ਪਰ ਮੇਰੇ ਤੋਂ ਟੋਹਾ ਨਹੀਂ ਪੱਟਿਆ ਗਿਆ। ਅੱਛਾ, ਵੀ ਇੰਨੀ ਮੇਰੇ 'ਚ ਹਿੰਮਤ ਨਹੀਂ ਸੀ ਵੀ ਮੇਰੀ ਸਰੀਰ ਖਤਮ ਹੋ ਗਿਆ ਸੀ। ਹਾਂ, ਇੰਨਾ ਜ਼ਰੂਰ ਆ ਵੀ ਮੈਂ ਡਿੱਗ ਪਿਆ ਸੀ। ਉਦੋਂ ਬਾਅਦ ਧੁੰਦਲਾ ਜਿਹਾ ਦੀਂਹਦਾ ਵੀ ਇੱਕ ਚਿੱਟੇ ਰੰਗ ਦੀ ਗੱਡੀ ਆਈ ਆ, ਠੀਕ ਆ। ਉਹ ਚਿੱਟੇ ਰੰਗ ਦੀ ਗੱਡੀ ਦੇ ਵਿੱਚੋਂ ਇੱਕ ਬੰਦਾ ਉਤਰਦਾ, ਉਹ ਆਸੇ ਪਾਸੇ ਤੁਰਿਆ ਫਿਰਦਾ, ਮੈਨੂੰ ਦੀਂਹਦਾ ਧੁੰਦਲਾ ਸਾਫ਼ ਨਹੀਂ ਦਿਸ ਰਿਹਾ ਹੈਗਾ, ਅਤੇ ਮੈਂ ਆਈ ਪਿਆ ਵਾਂ ਡਿੱਗਿਆ। ਅਤੇ ਉਹਨੇ ਜਦੋਂ ਮੈਨੂੰ ਵੇਖਿਆ ਸਾਰਾ ਕੁਛ, ਉਹਦੇ ਨਾਲ ਗੱਲਬਾਤ ਜਦੋਂ ਹੋ ਗਈ, ਗੱਲ ਸਾਹਮਣੇ ਕੋਲ ਆ ਗਿਆ ਅਤੇ ਵੀ ਅਸੀਂ ਹੋਈ ਹਾਂ, ਅਤੇ ਫਿਰ ਉਹ ਮੈਨੂੰ ਉੱਥੋਂ ਲੈ ਕੇ ਅਤੇ ਉਹਨਾਂ ਨੇ ਮੈਨੂੰ ਈਪੂ ਸ਼ਹਿਰ ਦੇ ਬੱਸ ਸਟੈਂਡ ਛੱਡਤਾ। ਵੀ ਸਾਨੂੰ ਇੱਕ ਬਾਬਾ ਜੀ ਆ ਜੋਗਿੰਦਰ ਸਿੰਘ, ਉੱਥੇ ਈਪੂ ਰਹਿੰਦੇ, ਨਾ ਨਰਵੈਰ ਆਸ਼ਰਮ ਕੁਛ ਇੱਦਾਂ ਦਾ ਹੈਗਾ, ਅਤੇ ਉਹਨਾਂ ਨੇ ਭੇਜਿਆ। ਉਹਨਾਂ ਦੀ ਥਾਈਲੈਂਡ ਗੱਲ ਹੋਈ ਆ ਤੁਹਾਡੇ ਬਾਰੇ, ਤੁਹਾਨੂੰ ਲੈਣ ਵਾਸਤੇ ਉਹਨਾਂ ਨੇ ਭੇਜਿਆ। ਮੈਂ ਕਿਹਾ ਵੀ ਚਲੋ ਠੀਕ ਆ। ਜਦੋਂ ਗਏ ਆ ਉੱਥੇ ਗਏ ਤਾਂ ਉੱਥੇ ਫਿਰ ਮੈਂ ਬੇਹੋਸ਼ ਬੱਸ ਸਟੈਂਡ, ਅਤੇ ਫਿਰ ਮੈਂ ਮਾਸਾ ਉੱਥੋਂ ਵੇਖਿਆ, ਮੈਂ ਉੱਥੇ ਬੰਦੇ ਨਾਲ ਗੱਲਬਾਤ ਕੀਤੀ। ਮੈਂ ਹੈਗਾ, ਮੈਨੂੰ ਇਹ ਸੀ ਵੀ ਮੈਂ ਮਰ ਗਿਆ, ਉਹ ਹੀ ਤੁਰਿਆ ਫਿਰਦਾ। ਕਲੀਅਰ ਹੋਇਆ ਜਦੋਂ ਬੰਦੇ ਨੇ ਮੈਨੂੰ ਟੱਚ ਕੀਤਾ ਵੀ ਮੈਂ ਜਾਉਂਦਾ ਵਾਂ। ਵੀ ਉਹ ਦਿਨਾਂ ਤੋਂ ਬਾਅਦ ਮੈਂ ਘਰੇ ਭੈਣ ਦੇ ਨਾਲ ਵੀਡੀਓ ਕਾਲ ਕੀਤੀ ਵੀ ਮੈਂ ਪਹੁੰਚ ਗਿਆ, ਕਿਉਂਕਿ ਡੈਡੀ ਗੁੱਸੇ ਸੀ, ਭੈਣ ਭਰਾ ਥੋੜ੍ਹੀ ਗੁੱਸੇ ਸੀ ਨਾ। ਅਤੇ ਉਹ ਜਦੋਂ ਵੀਡੀਓ ਕਾਲ ਹੋਈ ਤਾਂ ਭੈਣ ਨੂੰ ਮੈਂ ਆਪਦਾ ਮੂੰਹ ਨਹੀਂ ਦਿਖਾਇਆ ਸੀ, ਸਿਰਫ ਆਸੇ ਪਾਸੇ ਰੋਡ 'ਤੇ ਦੁਕਾਨਾਂ ਜਿਹੀਆਂ ਦਿਖਾਤੀਆਂ ਵੀ ਬੰਦਾ ਹੈਗਾ। ਮੈਂ ਕਿਹਾ ਵੀ ਮੈਂ ਕੰਮ 'ਤੇ ਹਾਂ, ਫਿਰ ਗੱਲ ਕਰੂੰਗਾ। ਚਲੋ ਉੱਥੇ ਬਾਬਿਆਂ ਕੋਲ ਗਏ, ਅਤੇ ਚਲੋ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਮਹੀਨਾ ਸਾਂਭਿਆ ਮੈਨੂੰ, ਪੈਰਾਂ 'ਤੇ ਖੜ੍ਹਾ ਹੋਇਆ। ਅਤੇ ਫਿਰ ਮੈਂ ਉੱਥੇ ਇੱਕ ਮਾਤਾ ਆਉਂਦੀ ਹੁੰਦੀ ਸੀ ਪ੍ਰਸ਼ਾਦਾ ਬਣਾਉਣ ਵਾਸਤੇ, ਕਿਉਂਕਿ ਉੱਥੇ 3-4 ਨਾਥ ਬਜ਼ੁਰਗ ਰਹਿੰਦੇ ਸੀ ਉਸ ਆਸ਼ਰਮ ਦੇ ਵਿੱਚ, ਮੈਂ ਵੀ ਉੱਥੇ ਸੀ, ਮੈਂ ਗ੍ਰੰਥੀ ਸਿੰਘ ਵਜੋਂ ਉੱਥੇ ਸੇਵਾ ਕਰਨ ਲੱਗ ਗਿਆ। ਅਤੇ ਮਾਤਾ ਜਿਹੜੇ ਪ੍ਰਸ਼ਾਦਾ ਛਕਾਉਣ ਉੱਥੇ ਬਣਾਉਣ ਆਉਂਦੇ ਸੀ, ਅਤੇ ਮਾਤਾ ਜੀ ਨਾਲ ਗੱਲਬਾਤ, ਉਹਨਾਂ ਨੇ ਮੇਰੇ ਬਾਰੇ ਜੀਵਨ ਮੇਰੀ ਜ਼ਿੰਦਗੀ ਬਾਰੇ ਮਾੜੀ ਜਿਹੀ ਗੱਲ ਖੋਲ੍ਹੀ ਵੀ ਤੂੰ ਕਿੱਥੋਂ ਆਇਆ, ਕੌਣ ਆ ਇੱਥੇ, ਨਿੱਕੀ ਉਮਰ 'ਚ ਕਿਵੇਂ, ਹੈ ਨਾ। ਮੈਂ ਜਦੋਂ ਉਹਨਾਂ ਨੂੰ ਦੱਸਿਆ ਅਤੇ ਸਾਡੀ ਗੱਲਬਾਤ ਚੱਲ ਪਈ ਵੀ ਮੈਂ ਆਹ ਕੁਛ ਜ਼ਿੰਦਗੀ 'ਚ ਕੀਤਾ। ਫਿਰ ਉਹਦੇ ਵਿੱਚ ਇੱਕ ਜ਼ਿਕਰ ਹੋਇਆ ਵੀ ਮੈਨੂੰ ਕੁੱਤਿਆਂ ਦਾ ਬਹੁਤ ਸ਼ੌਂਕ ਸੀ, ਮੇਰਾ ਸਟੱਡ ਫਾਰਮ ਹੁੰਦਾ ਸੀ ਪਿੰਡ, ਵੀ ਮੈਂ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਸ਼ੋਅ ਕਰਦਾ ਰਿਹਾ। ਉਹ ਕਹਿੰਦੇ ਵੀ ਸਾਡੇ ਇੱਥੇ ਇੱਕ ਡਾਕਟਰ ਆ ਕੁੜੀ, ਵੀ ਉਹਨੂੰ ਉਹਦਾ ਇੱਥੇ ਕਲੀਨਿਕ ਆ ਅਤੇ ਡੋਗ ਸ਼ੋਅ ਦਾ ਕੰਮ ਕਰਦੇ, ਉਹਨਾਂ ਨੂੰ ਬੰਦਿਆਂ ਦੀ ਲੋੜ ਹੁੰਦੀ ਆ। ਮੈਂ ਕਿਹਾ ਇੱਕ ਤਾਂ ਮੇਰਾ ਸ਼ੌਂਕ ਆ ਅਤੇ ਇਹ ਸ਼ੌਂਕ ਨਾਲ ਮੈਂ ਕੰਮ ਵਧੀਆ ਕਰੂੰਗਾ, ਗੱਲ ਕਰ ਲਿਓ। ਉਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ, ਉਹ ਗੱਲਬਾਤ ਮੈਂ ਬਾਬਿਆਂ ਨਾਲ ਕੀਤੀ। ਮੈਂ ਕਿਹਾ ਬਾਬਾ ਜੀ ਵੀ ਐਂ ਕਰਕੇ ਵੀ ਮੈਂ ਉੱਥੇ ਕੰਮ 'ਤੇ ਲੱਗ ਜਾਂ, ਵੀ ਸੁਬਹਾ ਸ਼ਾਮ ਨੂੰ ਮੈਂ ਮਹਾਰਾਜ ਪ੍ਰਕਾਸ਼ ਕਰ ਦਿਆ ਕਰੂੰਗਾ, ਸਤਨੇਮ ਕਰ ਦਿਆ ਕਰੂੰਗਾ, ਸੌਖਾ ਸਨ ਕਰ ਦਿਆ ਕਰੂੰਗਾ ਅਤੇ ਦਿਨੇ ਕੰਮ ਕਰਿਆ ਕਰੂੰਗਾ। ਇਹ ਤਾਂ ਉਹ ਗੱਲ ਹੋਈ ਵੀ ਝਾੜੀਆਂ 'ਚੋਂ ਨਿਕਲ ਕੇ ਕੰਡਿਆਂ 'ਚ ਫਸਣ ਵਾਲੀ ਸੀ, ਜੰਗਲ 'ਚੋਂ ਨਿਕਲ ਕੇ ਮੈਂ ਬਾਬੇ ਕੋਲ ਫਸ ਗਿਆ। ਉਹਨੇ ਜਾਣ ਨਹੀਂ ਦਿੱਤਾ, ਉਹਨੇ ਕੀ ਜਾਣ ਦੇਣਾ ਸੀ। ਉਹ ਕਹਿੰਦੇ ਵੀ ਇੱਥੇ ਬੰਦੇ ਆਉਂਦੇ ਤਾਂ ਆਪਦੀ ਮਰਜ਼ੀ ਨਾਲ ਜਾਂਦੇ, ਸਾਡੀ ਮਰਜ਼ੀ ਨਾਲ, ਵੀ ਅਸੀਂ ਡਿਫਾਲਟਰ ਕੇਸ ਹੀ ਚੱਕਦੇ ਹਾਂ, ਵੀ ਇੱਥੇ ਮੁੜ ਕੇ ਜਾਣ ਨਹੀਂ ਦਿੰਦੇ। ਜਿਹੜੇ ਉੱਥੇ ਦੇਖੋ ਜੀ, ਸੱਚ ਸਭਨਾਂ ਦਾ ਖਸਮ ਆ, ਇਹ ਅਖੀਰ ਹੀ ਕਿਤੇ ਨਾ ਕਿਤੇ ਆ ਕੇ ਸਾਹਮਣੇ ਆ ਹੀ ਜਾਂਦਾ। ਉਹ ਜਦੋਂ ਉੱਥੇ ਜਿਹੜੇ ਬਜ਼ੁਰਗ ਸੀਗੇ ਗੱਲਬਾਤ, ਉਹਨਾਂ ਨੇ ਜਦੋਂ ਮੈਂ ਕੀਤੀ ਵੀ ਤੇਰੀ ਸਟੋਰੀ ਕੀ ਆ, ਤੂੰ ਇੱਥੇ ਕਿਵੇਂ ਬੈਠਾ, ਉਹ ਵੀ ਰੋ ਕੇ ਸਾਰੇ, ਵੀ ਸਾਡਾ ਮਨ ਨਹੀਂ ਕਰਦਾ ਅਸੀਂ ਗੁਰੂ ਨਾਨਕ ਨਰਵੈਰ ਆਸ਼ਰਮ 'ਚ ਰਹੀਏ, ਅਸੀਂ ਤਾਂ ਕੈਦ ਕੀਤੇ ਹੋਏ ਹਾਂ, ਸਾਨੂੰ ਵੇਖ ਕੇ ਤਾਂ ਇਹਨਾਂ ਦਾ ਕੰਮ ਚੱਲਦਾ, ਅਤੇ ਤੂੰ ਵੀ ਸਾਡੇ 'ਚ ਫਸ ਗਿਆ। ਫਿਰ ਉੱਥੋਂ ਪੰਜਾਬ ਤੋਂ ਨਾ ਇੱਕ ਉਹ ਵੀ ਵੀਰ ਵੀਡੀਓ ਵੇਖੂਗਾ, ਫਿਰੋਜ਼ਪੁਰ ਕੇ ਫਰੀਦਕੋਟ ਏਰੀਏ ਦਾ, ਅਤੇ ਹੁਣ ਬਾਘੇ ਪੁਰਾਣੇ ਦਾ ਆਈਲੈਂਡ ਸੈਂਟਰ ਆ, ਅਤੇ ਇਹਦੇ 'ਚ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ, ਉਹਦਾ ਨਾਂ ਜੇ ਪੀ ਸਿੰਘ ਆ, ਅਤੇ ਉਹ ਮਾਲਕ ਆਈਲੈਂਡ ਸੈਂਟਰ ਦਾ, ਉਹ ਵੀ ਟੂਰਿਸਟ ਉੱਥੇ ਪਹੁੰਚ ਗਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਹਨੂੰ ਵੀ ਉਹੀ ਕੁਛ ਗਾਲਾਂ, ਦੁੱਪੜ ਬਥੇਰਾ ਦਾ, ਪਾਸਪੋਰਟ ਖੋਲ੍ਹਿਆ, ਉਹ ਹਜੇ ਉੱਥੇ ਸੀਗਾ ਹੀ ਸੀਗਾ, ਅਤੇ ਮਗਰ ਹੀ ਇੱਕ ਜੀਰੇ ਤੋਂ ਗ੍ਰੰਥੀ ਸਿੰਘ ਹੋਰ ਪਹੁੰਚ ਗਿਆ, ਅਤੇ ਉਹਦੇ ਨਾਲ ਵੀ ਉਹੀ ਵਿਹਾਰ। ਫਿਰ ਤਿੰਨਾਂ ਨੇ ਬਹਿ ਕੇ ਅਸੀਂ ਰਣਨੀਤੀ ਘੜੀ ਨਿਕਲਣ ਦੀ, ਵੀ ਤੁਹਾਡੇ ਕੋਲ ਤਾਂ ਮੈਂ ਕਿਹਾ ਪਾਸਪੋਰਟ ਹੈਗੇ, ਤੁਸੀਂ ਨਾ ਦਿਲ ਛੱਡੋ, ਇਹ ਤਾਂ ਆਪਾਂ ਇਹ ਤੋਂ ਲੈ ਲਵਾਂਗੇ, ਮੇਰੇ ਕੋਲ ਤਾਂ ਕੁਛ ਵੀ ਨਹੀਂ, ਤੁਸੀਂ ਮੇਰੇ ਵੱਲ ਦਾ ਵੇਖੋ ਵੀ ਮੈਂ ਤੁਹਾਡੀ ਤੋਂ ਉਮਰ ਤੋਂ ਵੀ ਛੋਟਾ, ਅਤੇ ਮੇਰੇ ਕੋਲ ਪਾਸਪੋਰਟ ਹੈ ਹੀ ਨਹੀਂ ਗਾ। ਉਹਨਾਂ ਦੇ ਮਿਹਨਤਾਂ ਤਰਲੇ ਕਰਕੇ ਪਾਸਪੋਰਟ ਦਵਾ ਕੇ ਅਤੇ ਜੇ ਪੀ ਸਿੰਘ ਨੂੰ ਉੱਥੋਂ ਭੇਜਿਆ। ਗਿਆਨੀ ਜੀ ਫਸ ਗਏ ਜੀਰੇ ਵਾਲੇ, ਉਹ ਵਿਆਹੇ ਵਰੇ ਸੀ, ਉਹ ਨਾ ਰੋਣ ਜੋਗੇ ਨਾ ਹੱਸਣ ਜੋਗੇ ਫਸ ਗਏ।
उन्होंने पासपोर्ट दवा दा तो कहते जान नहीं देना पर पासपोर्ट ले लो जो ये कोई उत्थे काम कार होना बाबा जोगिंदर सिंह का तो उत्थे जो काम से उठ गए वह तो मैं ज्ञानी जी ने आख्या मैं क्या ज्ञानी जी चल गए फिर उड जाने कोई चक्कर नहीं कहते जे इतने चार पाँच बंदे अपनी निगाह से रखे आ मैं क्या चाह बना कर रही जी चाह चू बनाई जो तो गल बात कीतियाँ काम कार लग गए तो मैं क्या सौ जाओ यार घंटा घंटा बाकी काम बाद करा जो कमरा च वड़ के सौ गए तो उन्होंने मैं बहरों कुंडा लाता तो मैं ज्ञानी जी ने जी रहा मैं मित्रा मैं जाना तो जो तू रहना तो रह पा तो कहता यार मैंने तो राह नहीं पता मैं मैनू खरा पता निकलना ही है तो मैं यार आए ना करके सारा छज पत्त जा भानी जाइए आ गुग ला दिए सारे समान वो कहता छट मैं चाह यार गुरु महाराज प्रकाश रहन दे चल गए पर यह नहीं धोन चो किला मैं जरूर कड के जाना फिर मैं बाबे नूं फोन लाया सी मैं क्या बाबा किवें आ कहता बोलता किवें फतेह नहीं बुलाई मैं क्या फतेह महापुरशां नूं बुलाई दी हुंदी आ ते मैं चलिया तेनों कहा सी ना मैं जिद्दे जाना दस के जाऊंगा तो जो लाला मैनू फड़ ली रहना मैं मलेशिया च पासपोर्ट मेरे को है नहीं क्योंकि मैं उन्ना टाइम नहीं निकलिया जिन्ना टाइम मैनू उत्थों निकल लई गड्डी नहीं मिली तो गड्डी मैं उत्थे बैठा बाबे दीआं लत्तां घुट्टी जांदा सी रात नूं उत्थे बैठ के कोई बंदे ने गलबात तोर ली भी जी मैं उबर ते आया गड्डी घरे है नहीं सी फिर मैं सोचा भी उबर की चीज़ होंदी आ फिर वह कहिंदा जी मैं पहलों ग्रैब ग्रूब सर्च कीती उह नहीं होई फिर मैं उबर ते आया मैं क्या दो चीज़ा ग्रैब ते उबर कोई छह आ इह फिर जो मैं यूट्यूब ते वेख्या ते वह एक गड्डियां अपने तां इधर बाद च चलिया पहलों उह मैनूं नहीं पता सी भी वह इहो जिहियां चीज़ां डाउनलोड कर लो उन्हां ते जो तुसीं लोकेशन पाओगे उन्होंने तुहानूं लैण आपे आ जाणा पैसे चाहीदे आ पैसे अपने कोल सीगे ते मैं पंगे लैंदे लैंदे जदों उबर ते बंदे नूं लोकेशन भेजती मैं इत्थे बैठा बस स्टैंड जाणा तो गड्डी आके बाहर खड़ गई तो वह कहते मैं तेनों लैन आया तो मैं कहा गड्डी तो तैयार खड़ी है भी आप इतने क्यों रहना फिर उतों बस स्टैंड गए बस स्टैंड तो गह बंद गलबात हुई भी सी बस चढ़ गए अनलीगल सीगे मैं भगौड़ा सी किसी उत्थे केस च गह जाके गल दसांगे तो कोला लंपर तो वीर जसविंदर सिंह हैगा वह मैं उतों मीह पेंदे च लैके गया ते ले जा के उत्थे वह मैनू कहिंदा ज्ञानी जी ये गल वेख लो मैनू भी ज्ञानी जी कहिंदे सी भी ये गल वेख लो भी इत्थे तुसीं रह नहीं सकदे कि आंदी गल गुरु घरे भी थोनू असी बाबा सरबजीत सिंह जी होणा गलबात उन्हां दी हुंदी सी भी होई आ करके थोनू रख लैंदे आ एक दो दिन उत्थे जदों पहुंचे आ ते मैनू उपरा जिहा तां लगणा ही सी ना भाई ते भाई बहुत रोया मैं जदों महाराज अग्गे गया उत्थे भी मैं हुण थोड़ा जिहा रिलैक्स आ तो मैं हुण रज के सौना रैसट चाहिए मेरे शरीर में दवाई नहीं मिलती बाहरले मुल्क जो थोड़े को पासपोर्ट है नहीं था। अच्छा तो जो उ गए तो एक अपने सिंह हैगा बटाले का एक कोटकपुरे का लांगरी से बटाले का ग्रंथी सिंह से मैं जो उ सौ गया जाके तो सवेरे उन्होंने ठाता भी सौना सूना नहीं पानी पढ़नी पैनी है लंगर च सेवा करा क्योंकि डर है नहीं आप किसी क्यों ना कि कुछ देना पैना कोई गल मैं मन से सोचा भी मैं रैसट कर लैन दो यार मैं नहीं ठीक दिमागी तौर पर भी परेशान तो उत्थे चलो आ गल बात सिलसिला चलता रहा मैं भी सेवा ही है महाराज की कर लेने तो शुक्रवार को गए सी शनिवार को रख लिया सैचरडे संडे संगत आँदी आ ऐतवार को उन्होंने किसी गल पिछे रौला पै गया कमेटी का ग्रंथी संघ ना तो उन्होंने उन्होंने सत श्रीकाल बुलाती भी चलो इतों हूँ ग्रंथी सिंह वाली पोजिशन खाली हो गई तो उन्होंने मेरे न गलबात की भी ग्रंथी सिंह की ड्यूटी तुम कर लोगे इतने भी गल मर्यादा तो रहत की आँदी है तो मैं उन्होंने ये आख्या भी मैं बाणी तो पढ़ लूंगा पर मैं अमृतधारी नहीं बेअमृत गया बंदा ग्रंथी सिंह नहीं बन सकता तो जे मैनू पांच प्यारे हुक्म करनगे तो विसाखी तो मैं अमृत जरूर छक लूँगा पर हुण तुसीं मैनू हुक्म करोगे पंजा प्यारियां दा सिर मत्थे आ ते आपां कोई ना मार औखे समय महाराज दी सेवा कर लांगे ते फिर उत्थे छे क महीने मैं फरवरी मार्च तो लैके मैं अगस्त तक कोला लंपर उत्थे पतालंग जाया दे विच संत अतर सिंह ब्रह्म विद्या निकेतन जिथे महाराज प्रकाश आ ते उत्थे मैं सेवा कीती आ ते उत्थों फिर हौली हौली सेवा करदे करदे बाणी पढ़दे पढ़दे इतिहास नाल जुड़ गए इतिहास पढ़ लग गए खाड़कू सिंघां दीआं जीवनियां पढ़ियां तो हौली हौली जदों इह चीज़ अल परिपक्क हो गई भी जिंदगी नाल मोह नहीं हैगा हुण तो हुण पंजाब चल गए
ਤੇ ਫਿਰ ਉੱਥੋਂ ਵਾਈਟ ਪਾਸਪੋਰਟ ਬਣਾ ਕੇ ਤੇ ਮੈਂ ਪੰਜਾਬ ਆ ਗਿਆ। ਪੰਜਾਬ ਆਉਣ ਦੀ ਗੱਲ ਇਹ ਆ ਵੀ ਥੋੜ੍ਹੀ ਇਹਦੇ ਵਿੱਚ ਗੱਲ ਆਪਾਂ ਹੋਰ ਦੱਸਾਂਗੇ ਵੀ ਮੈਂ ਜ਼ਿੰਦਗੀ ਤੋਂ ਅੱਕਿਆ ਹੋਇਆ ਬੰਦਾ ਸੀ ਉਹ ਦਿਨਾਂ ਦੇ ਵਿੱਚ, ਕਿਸੇ ਚੀਜ਼ ਨਾਲ ਮੋਹ ਨਹੀਂ ਰਿਹਾ, ਟੁੱਟਿਆ ਹੋਇਆ ਸੀਗਾ। ਤੇ ਮੈਂ ਪੁਰਾਣੇ ਵਾਲੇ ਬੰਦਿਆਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਨਾਂ ਨਹੀਂ ਲੈਣੇ ਕਿਉਂਕਿ ਭਗੌੜੇ ਆ, ਤੇ ਮੈਂ ਕਿਹਾ ਯਾਰ ਵੀ ਮੈਨੂੰ ਵੀ ਆਪਦੇ ਨਾਲ ਰਲਾ ਲਓ ਵੀ ਮੈਂ ਬਹੁਤ ਔਖਾ, ਮੈਂ ਰਹਿ ਨਹੀਂ ਸਕਦਾ, ਜੋ ਜੇ ਕੰਮ ਹੋਣਗੇ ਕਰਾਂਗੇ ਆਪਾਂ। ਮਹਾਰਾਜ ਅੱਗੇ ਉੱਥੇ ਅਰਦਾਸਾਂ ਸੋਧਿਆ ਅਤੇ ਭਾਈ ਸੁੱਖਾ ਸਿੰਘ ਯੂਕੇ ਵਾਲਿਆਂ ਨੇ ਮਦਦ ਕੀਤੀ ਅਤੇ ਉਹਨਾਂ ਨੇ ਜਦੋਂ ਮੈਨੂੰ ਉੱਥੋਂ ਵਾਪਸ ਭੇਜਿਆ, ਹੈਦਰਾਬਾਦ ਉਤਰਿਆ ਮੈਂ। ਜਦੋਂ ਪਾਸਪੋਰਟ ਮੇਰਾ ਵਾਈਟ ਪਾਸਪੋਰਟ ਬਣਿਆ ਕਿਉਂਕਿ ਹੈ ਨਹੀਂ ਸੀ ਪੁਰਾਣਾ, ਅਤੇ ਉਹ ਕਹਿੰਦੇ ਵੀ ਮੈਂ ਕਿਹਾ ਵੀ ਮੇਰਾ ਪੁਰਾਣਾ ਪਾਸਪੋਰਟ ਲਿਆਓ ਗੱਲ ਕਰਨੀ ਆ, ਉਹ ਕਹਿੰਦੇ ਉੱਥੇ ਕਮਾਂਡਰ ਹੋਇਆ ਵਿਆ ਉਹਦੇ ਕੋਲ ਤੇਰਾ ਪਾਸਪੋਰਟ ਮਿਲਿਆ ਜਦੋਂ ਤੂੰ ਨਵੇਂ 'ਤੇ ਨਿਕਲ ਜਾ, ਅਤੇ ਜਿਵੇਂ ਅੱਜ ਪਾਸਪੋਰਟ ਬਣਿਆ ਅਤੇ ਕੱਲ੍ਹ ਨੂੰ ਜਿੰਨੀ ਵੀ ਕੀਮਤ 'ਚ ਟਿਕਟ ਬਣਦੀ ਹੈ ਬਣਾ ਕੇ ਮੈਨੂੰ ਇੰਡੀਆ ਘੇਰਾ ਪਹੁੰਚਦੇ ਕਰੋ। ਹੈਦਰਾਬਾਦ ਦੀ ਪੁਲਿਸ ਪੁੱਛਗਿੱਛ ਕਰਨ ਲੱਗੀ, ਕੁਦਰਤੀ ਤੌਰ 'ਤੇ ਉਹਨਾਂ ਨੇ ਕਿਹਾ ਤਾਂ ਚੱਲ ਛੱਡ, ਬਾਣੇ 'ਚ ਸੀਗਾ ਮੈਂ ਅਤੇ ਉਹਨਾਂ ਨੇ ਛੱਡਤਾ। ਹਾਂ, ਮਲੇਸ਼ੀਆ ਦੇ ਵਿੱਚ ਜਿੰਨਾ ਟਾਈਮ ਰਿਹਾ ਮੈਂ ਉੱਥੇ ਬਾਣੇ 'ਚ ਰਿਹਾ, ਏਅਰਪੋਰਟ 'ਤੇ ਵੀ ਆਇਆ ਬਾਣੇ 'ਚ, ਉਹਨਾਂ ਨੇ ਮੈਨੂੰ ਛੱਡਤਾ। ਮਹਾਰਾਸ਼ਟਰ ਆ ਗਿਆ, ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਜਦੋਂ ਆਇਆ ਮੈਂ ਅਤੇ ਮੈਨੂੰ ਉੱਥੋਂ ਨਾ ਸੰਗਤ ਨੇ ਪੈਸੇ ਦਿੱਤੇ ਸੀ ਵੀ ਜਿਹੜੀ 50,000 ਰੁਪਈਆ ਸੀਗਾ ਮੇਰੇ ਕੋਲ, ਅਤੇ ਮੈਂ ਆਉਣ ਸਾਰ ਜਦੋਂ ਮਹਾਰਾਜ ਦੇ ਉੱਥੇ ਦਰਸ਼ਨ ਕੀਤੇ ਸੱਚਖੰਡ ਸਾਹਿਬ, ਅਤੇ ਮੈਂ ਕਿਹਾ ਵੀ 50,000 ਰੁਪਈਆ ਹੈਗਾ ਮੱਥਾ ਟੇਕ ਦਿੰਦੇ, ਮੈਂ ਕਿਹਾ ਇਹ ਕੀ ਕਰਨਾ, ਇੱਥੇ ਸੇਵਾ ਸੁਵਾ ਕਰੀ ਜਾਵਾਂਗੇ। ਕਿਉਂਕਿ ਜਿਹੜੇ ਬੰਦਿਆਂ ਕੋਲ ਮੈਂ ਇੰਡੀਆ ਆਉਣਾ ਸੀਗਾ, ਤੁਹਾਨੂੰ ਪਹਿਲਾਂ ਗੱਲਬਾਤ ਦੱਸੀ ਪੁਰਾਣਿਆਂ ਕੋਲ ਜੀ, ਉਹ ਇੱਕ ਦਿਨ ਪਹਿਲਾਂ ਫੜੇ ਗਏ ਸੀ। ਅੱਛਾ, ਉਹਨਾਂ ਕੋਲ ਜੋ ਹਥਿਆਰ ਸੀ, ਜੋ ਗੱਡੀਆਂ ਸੀ, ਉਹ ਫੜੇ ਗਏ ਸੀ ਸਾਡੇ ਯਾਰ ਦੋਸਤ। ਮੈਂ ਕਿਹਾ ਚਲੋ ਇਹ ਵੀ ਮਹਾਰਾਜ ਦੇ ਹੁਕਮ 'ਚ ਹੀ ਆ, ਉਹਨਾਂ ਨੂੰ ਜੋ ਚੰਗਾ ਲੱਗੇ ਭਾਵੇ। ਫਿਰ ਮੈਂ ਕਿਹਾ ਵੀ ਯਾਰ ਜੇ ਗੋਲਕ 'ਚ ਪੈਸੇ ਪਾਉਂਦੇ ਆਪਾਂ ਗੁਰਦੁਆਰਾ ਸਾਹਿਬ ਦੇ ਸੱਚਖੰਡ ਸਾਹਿਬ 'ਤੇ, ਤਾਂ ਜਾਣਾ ਵੱਡੇ ਢਿੱਡਾਣਿਆਂ ਦੇ ਜੇਬਾਂ 'ਚ, ਇਹਦਾ ਤਾਂ ਕੋਈ ਬੁੱਕਤ ਨਹੀਂ ਹੈਗੀ ਵੀ ਆਪਾਂ 50,000 ਰੁਪਇਆ ਇੱਥੇ ਕੋਈ ਗਰੀਬ ਹੋਊਗਾ ਉਹਨਾਂ ਨੂੰ ਦੇ ਦਿੰਦੇ ਹਾਂ। ਫਿਰ ਮੈਂ ਕਿਹਾ ਵੀ ਐਂ ਨਹੀਂ ਆਪਾਂ ਬੰਦੇ ਵੇਖ ਕੇ ਪੈਸੇ ਦੇਵਾਂਗੇ, ਜਿੱਥੋਂ ਸੇਵਾ ਸ਼ੁਰੂ ਹੋਈ ਆ ਪਿੱਛੇ ਤਾਂ ਮੇਰੀ ਘਟਨਾ ਵਾਪਰੀ ਆ ਵੀ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ। ਜਦੋਂ ਗੱਲਬਾਤ ਕੋਈ ਨਾ ਹੋਈ ਕਿਸੇ ਕਾਰਨ ਕਰਕੇ, ਮਹਾਰਾਸ਼ਟਰ ਦੀ ਪੁਲਿਸ ਮੇਰੇ ਪਿੱਛੇ ਉੱਥੋਂ ਦੇ ਬੰਦੇ ਨੇ ਲਾਤੀ, ਅਤੇ ਮੈਨੂੰ ਕਿਸੇ ਬੰਦੇ ਨੇ ਸੁਨੇਹਾ ਲਾਤਾ, ਕਿਉਂਕਿ ਮੇਰੇ ਕੋਲ ਨਾ ਕੋਈ ਚੀਜ਼ ਸੀਗੀ ਜਿਹੜੀ ਉਹ ਬੰਦੇ ਨੂੰ ਚਾਹੀਦੀ ਸੀ, ਪਰ ਉਹ ਅਨਲੀਗਲ ਸੀ, ਉਹ ਕਹਿੰਦਾ ਜਾਂ ਤਾਂ ਮੈਨੂੰ ਦੇ ਨਹੀਂ ਮੈਂ ਪੁਲਿਸ ਨੂੰ ਫੜਾ ਦੂੰਗਾ। ਕੀ ਸੀ ਉਹ? ਮੈਂ ਥਾਈਲੈਂਡ ਤੋਂ ਨਾ ਕਿਸੇ ਜਾਨਵਰ ਦੇ ਦੰਦ ਇੰਪੋਰਟ ਕਰਾਏ ਸੀ, ਉਹ ਲੈ ਕੇ ਆਇਆ ਸੀ, ਉਹ ਮੇਰੇ ਸ਼ਸਤਰਾਂ ਨੂੰ ਲੱਗੇ ਹੋਏ, ਜਿਵੇਂ ਅਕਸਰ ਸਿੰਘ ਸ਼ਸਤਰਾਂ ਲਾਉਂਦੇ ਨੇ, ਬਹੁਤ ਕੀਮਤੀ ਆ ਉਹ, ਕਿਸੇ ਕੋਲੇ ਨਹੀਂ, ਦੋ ਹੀ ਆ ਉਹ ਵੀ, ਦੋਵੇਂ ਮੇਰੇ ਕੋਲ। ਮੈਂ ਕਿਹਾ ਵੀ ਮੈਂ ਨਹੀਂ ਦੇਣੇ, ਉਹਨਾਂ ਨੇ ਪੁਲਿਸ ਨੂੰ ਦੱਸਤਾ ਸੀ ਵੀ ਇਹ ਅਨਲੀਗਲ ਚੀਜ਼ ਆ, ਤੁਸੀਂ ਇਹਨੂੰ ਫੜੋ, ਡਰਾਇਓ, ਜਵਾਕ ਹੈਗਾ ਅਤੇ ਤੁਸੀਂ ਮੇਰੇ ਤੋਂ ਲੱਖ ਲੈ ਲਿਓ ਅਤੇ ਸਾਥੋਂ ਆਹ ਚੀਜ਼ ਦੇ ਦਿਓ। ਮੈਂ ਉਸੇ ਟਾਈਮ ਹੀ ਅਡੇ ਟਾਈਮ ਹੀ ਟ੍ਰੇਨ ਚੜ੍ਹ ਕੇ ਲੁਧਿਆਣੇ ਇੱਧਰ ਆ ਗਿਆ, ਪੈਸੇ ਫਿਰ ਮੇਰੇ ਨਾਲ ਹੀ ਆ ਗਏ। ਅਤੇ ਮੈਂ ਬੱਸ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਕੋਈ ਬੰਦੇ ਇਹੋ ਜਿਹੇ ਵਿਖ ਗਏ ਹੋਣ ਸਿੱਖ ਵੀ ਉਹਨਾਂ ਨੂੰ ਪੈਸੇ ਦੇ ਦੇਈਏ, ਯਾਰ ਮੈਂ ਪੈਸੇ ਨਹੀਂ ਰੱਖਣੇ ਕੋਲ, ਵੀ ਇਹ ਮੇਰੇ ਨਹੀਂ ਹੈਗੇ, ਇਹ ਸੰਗਤ ਦੇ ਆ। ਅਤੇ ਫਿਰ ਕੀ ਹੋਇਆ ਵੀ ਜਦੋਂ ਮੈਂ ਆ ਕੇ ਲੁਧਿਆਣੇ ਉਤਰਿਆ ਅਤੇ ਮੈਨੂੰ ਪੁਰਾਣੇ ਮੇਰੇ ਦੋਸਤ ਲੈਣ ਆਏ, ਅਤੇ ਰਾਤ ਨੂੰ 10-11 ਵਜੇ ਉਹਨਾਂ ਨੇ ਮੈਨੂੰ ਇੱਥੇ ਤਾਰਤਾ ਘਰੇ, ਅਤੇ ਜਦੋਂ ਕੁੰਡਾ ਖੜਕਾਇਆ ਅਤੇ ਘਰਦਿਆਂ ਨੇ ਤਾਂ ਕਹਿਣਾ ਕੋਈ ਪਿੰਡੋਂ ਆਇਆ, ਹੁਣ ਉਹਨਾਂ ਨੂੰ ਕੀ ਪਤਾ ਵੀ ਸਾਡਾ ਸ਼ੋਹਰ ਫੇਰ ਮੁੜਿਆ ਆ। ਉਹੀ ਜਦੋਂ ਮੈਂ ਆਇਆ ਅਤੇ ਮੰਮੀ ਜਿਵੇਂ ਪਿੰਡਾਂ ਵਾਲੀਆਂ ਮਾਵਾਂ ਕਹਿੰਦੀਆਂ ਹੁੰਦੀਆਂ, ਤੂੰ ਕਿਵੇਂ ਆ ਗਿਆ ਇੱਥੇ, ਤੈਨੂੰ ਨਹੀਂ ਪਤਾ ਤੇਰਾ ਪਿਓ ਤੇਰੇ ਨਾਲ ਕਿੰਨਾ ਗੁੱਸੇ ਜਾ। ਮਨ ਟੁੱਟ ਗਿਆ ਬਾਈ ਉਦੋਂ, ਜ਼ਿੰਦਗੀ ਤੋਂ ਹੋਰ ਔਖਾ ਹੋ ਗਿਆ ਵੀ ਮੈਨੂੰ ਮੇਰਾ ਪਿਓ ਇਹ ਗੱਲ ਪੁੱਛੇ ਵੀ ਪੁੱਤ ਬਾਹਰਲੇ ਮੁਲਕ ਤੂੰ ਜਿੱਥੇ ਗਿਆ ਸੀ ਇੱਥੋਂ ਮੁੜਿਆ ਵਾ ਅਤੇ ਕਿਉਂ ਮੁੜਿਆ ਅਤੇ ਬੀਤੀ ਕੀ ਤੇਰੇ ਨਾਲ, ਅਤੇ ਮੈਂ ਉਹਨੂੰ ਫਿਰ ਪਿਓ ਨੂੰ ਕੋਲ ਬਹਿ ਕੇ ਦੱਸਾਂ ਵੀ ਆਏ ਹੋਈ ਮੇਰੇ ਨਾਲ ਬਹੁਤ ਔਖਾ। ਉੱਥੋਂ ਵੀ ਮੈਂ ਇੱਥੋਂ ਵੀ ਮੈਂ ਸੱਟ ਖਾ ਕੇ ਗਿਆ, ਉੱਥੋਂ ਵੀ ਮੇਰੇ ਸੱਟਾਂ ਵੱਜੀਆਂ, ਪਿੰਡ ਆ ਕੇ ਫਿਰ ਮੈਨੂੰ ਫਿਰ ਮੇਰੇ ਪਿਓ ਨੇ ਮੈਨੂੰ ਬੁੱਕਲ 'ਚ ਨਹੀਂ ਲਿਆ। ਅਤੇ ਫਿਰ ਮੈਂ ਕੀ ਕੀਤਾ, ਮੈਂ ਕਿਹਾ ਵੀ ਇੱਕ ਵਾਰੀ ਬਾਹਰ ਖੋਲ੍ਹੋ ਤੁਸੀਂ, ਮੈਂ ਆਪਦਾ ਕਮਰੇ 'ਚ ਗਿਆ ਸਵੇਰੇ ਆਪਦੇ ਕੱਪੜੇ ਕੁਪੜੇ ਧੋ ਕੇ ਟੰਗ 'ਤੇ ਅਤੇ ਨਹਾ ਕੇ ਨਿਤਨੇਮ ਕਰੀ ਜਾਂਦਾ ਮੈਂ। ਉਦੋਂ ਕੁਦਰਤੀ ਆ ਇਹ ਵੀ ਉਦੋਂ ਘੱਟੋ ਘੱਟ 8-9 ਘੰਟੇ ਵੀ ਬਾਣੀ ਪੜ੍ਹ ਲੈਂਦਾ ਸੀ ਮੈਂ ਬਹਿ ਕੇ, ਵੀ ਇੰਨਾ ਬੀਜੀ ਨਹੀਂ ਸੀਗਾ ਜਿਵੇਂ ਹੋਣਾ ਮੈਂ। ਅਤੇ ਮੈਂ ਪੜ੍ਹੀ ਜਾਂਦਾ ਬਾਣੀ, ਡੈਡੀ ਨੇ ਵੇਖਿਆ ਵੀ ਡੈਡੀ ਕਹਿੰਦਾ ਵੀ ਉਹ ਆ ਗਿਆ, ਇਹ ਨਹੀਂ ਮਰਦਾ ਗਾ ਜੇਤੀ, ਇਹ ਦੱਦ ਲੱਗ ਗਿਆ ਆਪਣੇ, ਵੀ ਇਹਨੇ ਨਾ ਕੋਈ ਕੰਮ ਕਰਨਾ ਨਾ ਇਹ ਕਿਸੇ ਕੰਮ ਦਾ ਅਤੇ ਆਪਣੇ ਸਿਰ ਚੜੂਗਾ ਇਹ। ਮੈਨੂੰ ਨਾਲੇ ਮੈਂ ਬਾਣੀ ਪੜ੍ਹੀ ਜਾਂਦਾ, ਫਿਰ ਮੈਂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਮਨ ਸ਼ਾਂਤੀ ਰਵੇ ਤਾਂ ਚੰਗਾ। ਅਤੇ ਉਹ ਜਿਹੜਾ 50,000 ਰੁਪਇਆ ਸੀ ਉਹਦਾ ਕੀ ਕੀਤਾ ਫਿਰ? ਉਹ ਬਸ ਆ ਵੀ ਦੂਗਾ ਉਹ ਦੇਣੇ ਆ ਕਿਸੇ ਨੂੰ। ਅਤੇ ਮੈਂ ਕਿਹਾ ਨਾ ਮੰਮੀ ਡੈਡੀ ਨੂੰ, ਡੈਡੀ ਕਹਿੰਦਾ ਵੀ ਸ਼ੋਰ ਨੂੰ ਕਹਿ ਦੇ
ਵੀ ਜ਼ਿਆਦਾ ਰੋਟੀ ਵਾਲਾ ਡੱਬਾ ਬੰਨ ਲਿਆ ਅੱਗੇ ਕੋਈ ਦਿਹਾੜੀ ਜਾਇਆ ਕਰੇ ਅਤੇ ਨਹੀਂ ਫਿਰ ਚੱਲ ਘਰੋਂ ਬਾਹਰ। ਮੈਂ ਕਿਹਾ ਪਹਿਲਾਂ ਮੇਰੇ ਬਾਰੇ ਪੁੱਛ ਤਾਂ ਲੈਂਦੇ ਕਿਵੇਂ ਆਇਆ, ਕਾਹਤੋਂ ਮੁੜਿਆ, ਜਿਉਂਦਾ ਮੈਂ ਆ ਗਿਆ ਮਰ ਜਾਂਦੇ ਉੱਥੇ ਬੰਦੇ ਜਿੱਥੋਂ ਮੈਂ ਮੁੜਿਆ। ਮੈਂ ਕਿਹਾ ਵੀ ਮੈਂ ਕੱਲ੍ਹ ਨੂੰ ਮੈਂ ਵੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਜਾਣਾ, ਪਰਸੋਂ ਤੋਂ ਮੈਂ ਕੰਮ 'ਤੇ ਜਾਊਂ। ਕਹਿੰਦੇ ਵੀ ਠੀਕ ਆ। ਅੰਮ੍ਰਿਤਸਰ ਸਾਹਿਬ ਮੱਥਾ ਟੇਕ ਕੇ ਮੈਂ ਰਾਜਸਥਾਨ ਬੁੱਢਾ ਜਿਹਾ ਉੱਡ ਗਿਆ, ਜਿੱਥੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਗਾਏ ਸੀ। ਉੱਥੇ ਕਹਿੰਦਾ ਸਾਡੀ ਗਾਂ ਦੂਰ ਦੀ ਰਿਸ਼ਤੇਦਾਰੀ ਸੀ, ਉੱਥੇ ਮੈਂ ਰਾਤ ਕੱਟੀ ਅਤੇ ਸਵੇਰ ਹੁੰਦਿਆਂ ਮੈਂ ਵੇਖਿਆ ਅਤੇ ਜਵਾਕ ਜੇ ਨਾ ਤਿਆਰ ਤਿਊਰ ਆ ਕੇ ਸਕੂਲ ਚੱਲੇ ਜਾਂਦੇ। ਮੈਂ ਕਿੱਧਰ ਚੱਲੇ? ਕਹਿੰਦੇ ਸਕੂਲੇ ਪ੍ਰੋਗਰਾਮ ਵੀ ਆਇਆ ਜਾਣਾ ਤਾਂ ਹੁਣ ਵਿਹਲਾ ਸੀਗਾ ਮੈਂ ਉੱਠ ਗਿਆ। ਅਤੇ ਉੱਥੇ ਨਾ ਸਾਰੇ ਜਣੇ ਬੈਠੇ ਅਤੇ ਮੈਂ ਵੇਖਿਆ ਦੂਰ ਵੀ ਰਾਜਸਥਾਨ ਏਰੀਆ ਅਤੇ ਯਾਰ ਵੀ ਇੱਥੇ ਅੰਮ੍ਰਿਤ ਛੱਕੇ ਵਾਲੇ ਥੋੜ੍ਹੇ ਆ। ਅਤੇ ਮੈਂ ਕਿਹਾ ਵੀ ਮੈਂ ਕਰਦਾ ਇਹਨਾਂ ਨੂੰ 100-100 ਰੁਪਈਆ ਦੇ ਦਿੰਦਾ। ਅਤੇ ਉਹਨਾਂ ਨੂੰ ਮੈਂ 100-100 ਰੁਪਈਆ ਦੇ ਦਿੱਤਾ। ਘਰਦਿਆਂ ਦਾ ਜਦੋਂ ਫੋਨ ਆਇਆ ਵੀ ਐਂ ਕਰਕੇ ਵੀ ਡੈਡੀ ਕਹਿੰਦਾ ਵੀ, ਮੈਂ ਕਿਹਾ ਵੀ ਡੈਡੀ ਗੱਲ ਹੈਗੀ ਐਂ ਵੀ ਮੈਂ ਘਰੇ ਭਾਵੇਂ ਆਵਾਂ ਚਾਹੇ ਨਾ ਆਵਾਂ ਮੈਨੂੰ ਨਹੀਂ ਤੁਸੀਂ ਬੁਲਾਉਣਾ। ਉਹ ਕਹਿੰਦੇ ਚੱਲ ਪੁੱਤ ਆਇਆ, ਜਿਹੜੀ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਵੀ ਚਲੋ ਛੱਡੋ ਗੁੱਸੇ ਨੂੰ। ਮੈਂ ਕਿਹਾ ਵੀ ਹੁਣ ਮੈਂ ਲੇਟ ਹੀ ਆਊਂਗਾ। ਫਿਰ ਮੈਂ ਉੱਥੋਂ ਹੁੰਦਾ ਹੋਇਆ ਪੈਸੇ ਸਿਰੇ ਲਾਉਣ ਦੀ ਬਾਬਤ ਮੈਂ ਭਾਈ ਜੁਗਰਾਜ ਸਿੰਘ ਤੂਫਾਨ ਦੇ ਘਰੇ ਉੱਠ ਗਿਆ। ਮੇਰੇ ਮਨ 'ਚ ਇਹ ਗੱਲ ਵੱਜੀ ਵੀ ਮੈਂ ਇਤਿਹਾਸ ਪੜ੍ਹਦਾ ਹੁੰਦਾ ਸੀ ਸਿੰਘਾਂ ਦਾ, ਅਤੇ ਯਾਰ ਵੀ ਪੈਸੇ ਉਹਨਾਂ ਨੂੰ ਦੇ ਅਤੇ ਮੈਂ ਤੁਹਾਨੂੰ ਉਹ ਫੋਟੋਆਂ ਦਊਂਗਾ। ਭਾਈ ਜੁਗਰਾਜ ਸਿੰਘ ਤੂਫਾਨ ਦੇ ਘਰੇ ਰਾਤ ਨੂੰ ਗਿਆ ਮੈਂ 9-10 ਵਜੇ। ਉਹਨਾਂ ਦੀ ਭੈਣ ਹੈਗੀ, ਉਹਨਾਂ ਨੇ ਬਾਹਰ ਖੋਲ੍ਹਿਆ ਅਤੇ ਉਹਨਾਂ ਦੀ ਬੇਟੀ ਆ ਉਹਦੇ ਘਰ ਵਾਲਾ ਸੀਗਾ ਸਿੰਘ, ਮੈਨੂੰ ਚੇਤਾ ਉਹਦਾ ਨਾਂ ਜਰਨੈਲ ਸਿੰਘ ਆ ਸ਼ਾਇਦ ਸਿੰਘ ਦਾ ਨਾਂ। ਉਹਨਾਂ ਨੇ ਜਦੋਂ ਬਾਹਰ ਖੋਲ੍ਹਿਆ ਉਹਨਾਂ ਘਰੇ ਰਾਤ ਵੀ ਰਿਹਾ ਅਤੇ ਉਹਨਾਂ ਦੇ ਵਿੱਚੋਂ ਉਸ ਪੈਸਿਆਂ ਦੇ ਵਿੱਚੋਂ ਕੁਛ ਪੈਸੇ ਮੈਂ ਭਾਈ ਜੁਗਰਾਜ ਸਿੰਘ ਦੇ ਤੂਫਾਨ ਦੇ ਚਾਚਾ ਚਾਚੀ ਦੇ ਘਰੇ ਦਿੱਤੇ ਸੀ। ਇਹਨਾਂ ਨੇ ਲਏ ਨਹੀਂ ਸੀ, ਇਹਨਾਂ ਦੀ ਜਿਹੜੀ ਬੱਚੀ ਸੀ ਉਹਨੂੰ ਮੈਂ ਆਪਦੀ ਖੁਸ਼ੀ ਜਿੰਨੇ ਕੁ ਮੇਰੇ ਹੱਥ 'ਚ ਆਏ ਮੈਂ ਦੇ ਦਿੱਤੀ ਵੀ ਵੰਡਣੀ ਹੀ ਆ, ਆਪਾਂ ਥੋੜ੍ਹੀ ਕਹਿੰਦੇ ਹਾਂ। ਅਤੇ ਇੱਦਾਂ ਜਦੋਂ ਸੇਵਾ ਸ਼ੁਰੂ ਹੋਈ ਉਹ ਫੋਟੋਆਂ ਵਾਇਰਲ ਹੋ ਗਈਆਂ ਸੀ ਉੱਥੋਂ ਜਿਹੜੀ ਸਾਰੀ ਸੇਵਾ ਉਹ ਸ਼ੁਰੂ ਹੋਈ। ਖੜਕੂ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕਰਦਾ ਕੋਈ ਸਿੰਘ। ਫਿਰ ਗੱਲ ਮੇਰੇ ਕੋਲ ਪਹੁੰਚੀ ਜਿਨ੍ਹਾਂ ਨੇ ਭਾਈ ਸੁਰਿੰਦਰ ਸਿੰਘ ਸੋਢੀ ਦਾ ਬਦਲਾ ਲਿਆ ਸੀ, ਜਰਨਲ ਲਾਭ ਸਿੰਘ, ਉਹਨਾਂ ਦਾ ਉਹਨਾਂ ਦੀ ਮੇਰੇ ਸਾਨੂੰ ਨੂੰਹ ਹੋਣੀ ਆ, ਉਹ ਹਸਪਤਾਲ ਦਾਖਲ ਸੀ ਹਰਿਆਣੇ ਦੇ ਵਿੱਚ। ਸ਼ਹੀਦ ਭਾਈ ਬਾਬਾ ਸਿੰਘ ਦੇ ਪਰਿਵਾਰ ਚੋਂ ਉਹਨਾਂ ਨੂੰ ਵੀ ਇਸ ਗੱਲ ਨੂੰ ਸੁਣਦੇ ਆ ਸੱਚੀਆਂ ਗੱਲਾਂ। 38,000 ਰੁਪਇਆ ਬਿੱਲ ਸੀ ਉਹਨਾਂ ਦਾ, ਉਹ ਉੱਥੇ ਤਾਰਿਆ, ਉੱਥੋਂ ਗੱਲ ਲੀਕ ਹੋ, ਇਹ ਗੱਲਾਂ ਹੋ ਗਈਆਂ ਵੀ ਕੋਈ ਸਿੰਘ ਪਰਿਵਾਰ ਸ਼ਹੀਦਾਂ ਪਰਿਵਾਰਾਂ ਦੀ ਕੋਈ ਸਿੰਘ ਹੈਗਾ ਮਦਦ ਕਰਦਾ ਤੁਰਿਆ ਫਿਰਦਾ, ਗੱਲ ਹਾਈਲਾਈਟਾਂ ਹੋ ਗਈ, ਹਾਈਲਾਈਟ ਹੋ ਗਈ, ਲੋ ਮੇਰੇ ਤੱਕ ਲੋਕਾਂ ਨੇ ਪਹੁੰਚ ਕਰਨੀ ਸ਼ੁਰੂ ਕਰਤੀ। ਮੈਂ ਫਿਰ ਸੋਚਿਆ ਮੈਂ ਕਿਹਾ ਯਾਰ ਜਿਹੜੇ ਕੰਮਾਂ ਤੋਂ ਆਪਾਂ ਖਹਿੜਾ ਛਡਾਉਣਾ ਸੀ ਪੈਸਿਆਂ ਤੋਂ, ਅਤੇ ਪੈਸੇ ਤਾਂ ਆਪਣੇ ਕੋਲੇ ਆਉਣ ਲੱਗ ਕੇ ਕੀ ਕਰੀਏ। ਇਕੱਲਾ ਬੈਠਾ ਸੋਚਦਾ ਵੀ ਮੈਂ ਤਾਂ ਬਾਣੀ ਪੜ੍ਹਨਾ ਆ ਵੀ ਪੈਸੇ ਤੋਂ ਮੈਂ ਕੀ ਲੈਣਾ, ਪੈਸਾ ਮੇਰੇ ਕੋਲ ਆਊਗਾ ਮੈਨੂੰ ਫਿਰ ਦੇਣ ਜਾਣਾ ਪਿਆ, ਕੋਈ ਸਮਾਂ ਖਰਾਬ ਹੋਊਗਾ। ਫਿਰ ਚੱਲ ਸੋ ਚੱਲ ਚੱਲ ਦੀ ਰਹੀ ਬਈ, ਅਤੇ ਮੈਂ ਕਿਹਾ ਵੀ ਮੈਂ ਫਿਰ ਪੰਜਾਬ ਰਹਿਣਾ ਹੀ ਨਹੀਂ ਚਾਹੁੰਦਾ, ਮੈਂ ਡੁਬਈ ਉੱਠ ਗਿਆ 2019 'ਚ। ਮੈਂ 2018 ਦੇ ਐਂਡ 'ਚ ਮਹੀਨਾ ਕੁ ਇੱਥੇ ਰਿਹਾ ਮੈਂ, 2 ਮਹੀਨੇ, ਫਿਰ ਮੈਂ ਡੁਬਈ ਉੱਠ ਗਿਆ। ਅਤੇ ਡੁਬਈ 15 ਦਿਨ ਰਿਹਾ, ਉੱਥੇ ਵੀ ਕੰਮ ਲੋਟ ਰਿਹਾ ਨਹੀਂ ਆਇਆ ਗਾ ਵੀ ਇੱਥੇ ਕੰਮ ਹੈ ਨਹੀਂ ਕੋਈ ਚੱਜ ਦਾ ਵੀ ਬਾਣੀ ਪੜ੍ਹੀ ਨਹੀਂ ਜਾਣੀ। ਅਤੇ ਵਾਪਸ ਜਦੋਂ ਮੈਂ ਪੰਜਾਬ ਆਇਆ ਮੈਂ ਕਿਹਾ ਅੰਮ੍ਰਿਤਸਰ ਸਾਹਿਬ ਹੀ ਰਹਿਣਾ ਪਰ ਕਿਸੇ ਨੂੰ ਦੱਸਣਾ ਨਹੀਂ। ਇੱਕ ਨਾ 2018 ਦੇ ਵਿੱਚ ਕਠੂਏ ਪਠਾਨਕੋਟ ਵਾਲੀ ਸਾਈਡ ਮੰਦਰ ਦੇ ਵਿੱਚ ਰੇਪ ਹੋਇਆ ਸੀ ਆਸਫਾ ਕੁੜੀ ਦਾ, ਚੇਤਾ ਤੁਹਾਨੂੰ? ਇੱਕ ਮੰਦਰ ਦੇ ਵਿੱਚ 7-8 ਸਾਲ ਦੀ ਕੁੜੀ ਆਸਫਾ ਦਾ ਰੇਪ ਹੋਇਆ ਸੀ ਅਤੇ ਉਹ ਪਰਿਵਾਰ ਦੀ ਪੈੜ ਅਸੀਂ ਦੱਬੀ ਸੀ ਵੀ ਕਿਹਨੇ ਕੀਤਾ। ਉਹਦੇ ਵਿੱਚ ਇੱਕ ਦਵਿੰਦਰ ਸਿੰਘ ਸਾਡੇ ਨਾਲ ਸਿੰਘ ਰਲਿਆ। ਮੈਂ ਕਿਹਾ ਵੀ ਉਹ ਬੰਦੇ ਜਿਨ੍ਹਾਂ ਨੇ 8 ਸਾਲ ਦੀ ਕੁੜੀ ਦਾ ਰੇਪ ਕੀਤਾ ਉਹ ਮਾਰਨੇ ਹੀ ਮਾਰਨੇ ਆ ਜੋ ਮਰਜ਼ੀ ਹੋ ਜਾਵੇ। ਉਹ ਕਹਿੰਦੇ ਵੀ ਠੀਕ ਆ। ਉਹ ਬੰਦਿਆਂ ਨਾਲ ਜਦੋਂ ਗੱਲਬਾਤ ਹੋਈ ਉਹ ਕਹਿੰਦੇ ਬਾਬਾ ਜੀ ਗੱਲਬਾਤ ਇਹ ਆ ਵੀ ਰੇਪ ਤਾਂ ਹੋਇਆ ਪਰ ਇਹ ਗੁੱਜਰ ਸੀਗੇ, ਇੱਕ ਥਾਂ 'ਤੇ ਨਹੀਂ ਰਹਿੰਦੇ, ਟਿਕਾਣਾ ਬਦਲ ਗਏ, ਕੀ ਪਤਾ ਕੌਣ ਸੀ, ਸਾਡੇ ਉੱਥੋਂ ਨਿਕਲ ਗਈ ਖੇਡ। ਉਹ ਬੰਦਾ ਜਦੋਂ ਉਹਨੂੰ ਪਤਾ ਲੱਗ ਗਿਆ ਦਵਿੰਦਰ ਸਿੰਘ ਨੂੰ ਵੀ ਅੰਮ੍ਰਿਤਪਾਲ ਸਿੰਘ ਪੰਜਾਬ ਆ ਗਿਆ, ਉਹ ਮੈਨੂੰ ਮਿਲਣ ਲਈ ਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਆ ਗਿਆ। ਬਾਹਰੋਂ ਪੈਸੇ ਆਉਣ ਦੇ ਮੇਰੇ ਆਏ ਖਾਤੇ 'ਚ, ਉਹ ਪੈਸੇ ਭਾਈ ਜੁਗਰਾਜ ਸਿੰਘ ਤੂਫਾਨ ਦੇ ਚਾਚਾ ਚਾਚੀ ਦੇ ਘਰੇ ਦਿੱਤੇ, ਉਹ ਪੈਸੇ ਜਰਨਲ ਲਾਭ ਸਿੰਘ ਦੇ ਪਰਿਵਾਰ ਨੂੰ ਦਿੱਤੇ। ਅਤੇ ਜਦੋਂ ਇਹ ਗੱਲਾਂ ਬਾਤਾਂ ਹੋਈਆਂ ਅਤੇ ਇਹ ਬੰਦਾ ਮਿਲਣ ਆ ਗਿਆ ਅਤੇ ਖਾਤੇ 'ਚ ਬਾਹਰੋਂ ਕਰੰਸੀ ਆਈ ਕਰਕੇ ਸਾਨੂੰ ਪੁਲਿਸ ਨੇ ਸੁੱਤੇ ਪਏ ਸੀ ਅਸੀਂ 7-8 ਦਸੰਬਰ 2018 ਅਤੇ ਸਾਡਾ ਕੁੰਡਾ ਖੜਕ ਗਿਆ। ਦਵਿੰਦਰ ਸਿੰਘ ਨੂੰ ਮੈਂ ਰਾਤ ਹੀ ਕਹਿਤਾ ਸੀ, ਮੈਂ ਕਿਹਾ ਦਵਿੰਦਰ ਵੀ ਯਾਰ ਮੇਰਾ ਨਾ ਫੋਨ ਟਰੇਸ ਹੋਈ ਜਾਂਦਾ ਅਤੇ ਤੂੰ ਮੇਰੇ ਨਾਲ ਨਾ ਰਹਿ ਵੀ ਚੱਕਰ ਵੱਡਾ ਪੈ ਜਾਣਾ।
ਉਹ ਕਹਿੰਦਾ ਵੀ ਨਹੀਂ ਬਾਬਾ ਜੀ ਵੀ ਮੈਂ ਰਹਿਣਾ ਹੀ ਤੁਹਾਡੇ ਨਾਲ, ਮੈਂ ਘਰੇ ਨਹੀਂ ਰਹਿਣਾ। ਮੈਂ ਕਿਹਾ ਵੀ ਬਾਈ ਐਂ ਨਹੀਂ ਕਰੀਦਾ ਹੁੰਦਾ, ਤੂੰ ਮੇਰੇ ਨਾਲ ਨਾ ਰਹਿ, ਮੈਨੂੰ ਖਤਰਾ ਵਾ, ਹੋ ਸਕਦਾ ਪੁਲਿਸ ਮੈਨੂੰ ਫੜ ਲਵੇ। ਕਹਿੰਦਾ ਵੀ ਜਿਵੇਂ ਹੋਊਗੀ ਵੀ ਤੁਹਾਡੇ ਲੇਖੇ ਲਾਤੀ ਜ਼ਿੰਦਗੀ ਹੁਣ, ਵੀ ਮੈਂ ਤੁਸੀਂ ਜੋ ਮੈਨੂੰ ਸਮਝਾਉਂਦੇ ਰਹੇ ਆ ਵੀ ਮੈਂ ਫਿਰ ਹੁਣ ਤੁਹਾਡੇ ਨਾਲ ਹੀ ਰਹਿਣਾ। ਮੈਂ ਕਿਹਾ ਫਿਰ ਜਿਵੇਂ ਹੰਡਾਉਣੀ ਭਾਈ ਹੰਡਾ ਲਏਗਾ ਜੀ? ਕਹਿੰਦਾ ਵੀ ਹਾਂ। 2018 ਦੇ ਵਿੱਚ ਸ਼ਾਇਦ ਉਹ SHO ਬਣ ਗਿਆ ਹੋਊਗਾ, ਹੁਣ ਸੂਬਾ ਸਿੰਘ ਉਹਦਾ ਨਾਂ ਸੀ, ਕਿਉਂਕਿ ਜਿਹੜਾ ਉਦੋਂ SHO ਸੀ ਉਹ ਤਾਂ ਡਿਪਟੀ ਬਣ ਗਿਆ, ਇਹ ਤਾਂ ਮੈਂ ਪਤਾ ਕੀਤਾ ਸੀ। ਜਦੋਂ ASI ਸੀ ਕਿ ਸਬ ਇੰਸਪੈਕਟਰ ਸੀ, ਉਦੋਂ ਸੂਬਾ ਸਿੰਘ ਨੇ ਸਾਨੂੰ ਇੱਕ ਹੋਟਲ ਦੇ ਵਿੱਚ ਤੀਜੀ ਮੰਦਿਰ 'ਚ ਬਾਹਰ ਖੜਕਾਤਾ ਕੁੰਡਾ, ਅਤੇ ਮੈਂ ਉਦੋਂ ਬੈਠਾ ਬਾਣੀ ਪੜ੍ਹੀ ਜਾਂਦਾ ਸੀ ਸਵੇਰੇ ਸੁਨੇਹਾ, ਅਤੇ ਦਵਿੰਦਰ ਸਿੰਘ ਸੁੱਤਾ ਪਿਆ ਅਤੇ ਬਾਹਰ ਖੜਕ ਗਿਆ, ਅਤੇ ਮੈਂ ਇਹਨੂੰ ਕਿਹਾ ਪੁਲਿਸ ਆ ਗਈ। ਕਹਿੰਦਾ ਤੈਨੂੰ ਕਿਵੇਂ ਪਤਾ? ਮੈਂ ਕਿਹਾ ਹੋਟਲ ਵਾਲਿਆਂ ਤਾਂ ਚਾਹ ਪਿਆਉਣੀ ਨੇ ਆਪਣਾ ਸੁਨੇਹਾ, ਪੁਲਿਸ ਆ ਗਈ ਅਤੇ ਤੂੰ ਵੇਖ ਲਾ ਵੀ ਹੁਣ। ਕਹਿੰਦਾ ਵੀ ਕੋਈ ਚੱਕਰ ਨਹੀਂ, ਬਾਹਰ ਖੋਲ੍ਹ ਦੇ। ਮੈਂ ਕਿਹਾ ਵੀ ਉਹਨਾਂ ਨੇ ਕਿਹਾ ਵੀ ਆ ਜਾਓ, ਅਤੇ ਉਹਨਾਂ ਦੇ ਨਾਲ ਪੁਲਿਸ ਵਾਲਿਆਂ ਦੇ ਨਾਲ, ਅਤੇ ਉਹਨਾਂ ਨੇ ਸਿੱਧੀਆਂ ਅਨੁਸਾਰ ਉਹਨਾਂ ਕੋਲ ਸਟੇਨ ਗਨ ਅਤੇ ਇੱਕ ਕੋਲ AK-47 ਸੀ, ਉਹਨਾਂ ਨੇ ਸਿੱਧੀਆਂ ਸਾਡਿਆਂ ਨੂੰ ਕਰਤੀਆਂ ਪਿਆਂ 'ਤੇ। ਮੈਂ ਬੈਠਾ ਬਾਣੀ ਪੜ੍ਹੀ ਜਾਂਦਾ, ਅਤੇ ਮੈਂ ਨਹਾ ਕੇ ਹਟਿਆ ਸੀ ਅਤੇ ਚੋਲਾ ਪਾਇਆ, ਬੁੱਕਲ ਮਾਰੀ ਭੂਰੀ ਦੀ ਬੈਠਾ ਮੈਂ, ਅਤੇ ਉਹ ਪਿਆ ਸੀਗਾ। ਅਤੇ ਜਦੋਂ ਉਹ ਉੱਠਿਆ ਅਤੇ ਉਹਨੇ ਵੇਖ ਲਿਆ ਵੀ ਅਸਲਾ ਸਿੱਧਾ ਸਾਡੇ ਵੱਲ ਪੁਲਿਸ ਨੇ ਕਰਤਾ, ਉਹ ਡਰ ਗਿਆ। ਅਤੇ ਜਦੋਂ ਡਰ ਗਿਆ ਅਤੇ ਮੈਂ ਵੇਖ ਲਿਆ ਵੀ ਉਹ ਕੰਬੀ ਜਾਂਦਾ, ਅਤੇ ਮੈਂ ਉਹਨੂੰ ਹੱਸ ਕੇ ਕਿਹਾ, ਮੈਂ ਕਿਹਾ ਤੈਨੂੰ ਕਿਹਾ ਸੀ ਨਾ ਵੀ ਇਹ ਬਹੁਤ ਔਖਾ ਕੰਮ ਆ ਬਾਈ। ਅਤੇ ਪੁਲਿਸ ਵਾਲਿਆਂ ਨੇ ਸਾਡੇ ਉਹਦੀ ਦਸਤਾਰ ਫਰੋਲੀ, ਮੇਰੀ ਕਾਲਰ ਕੂਲਰ ਜੇਬਾਂ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਇੱਕ ਕੈਪਸੂਲ ਹੁੰਦੇ ਆ ਵੀ ਕਿਤੇ ਉਹ ਨਾ ਖਾ ਜੇ ਇਹ। ਉਹਨਾਂ ਨੂੰ ਇਹ ਕਲੀਅਰ ਸੀ ਵੀ ਜਿਹੜਾ ਅੰਮ੍ਰਿਤਪਾਲ ਸਿੰਘ ਬਾਹਰੋਂ ਫਿੱਟ ਕਰਕੇ ਬੰਦਾ ਭੇਜ ਦਿੱਤਾ ਗਿਆ ਵਾ, ਵੀ ਖਾੜਕੂ ਜਥੇਬੰਦੀਆਂ ਦੇ ਟੱਚ 'ਚ ਆ ਇਹ, ਕਿਉਂਕਿ ਇਹਨੂੰ ਪੈਸਾ ਆਇਆ ਹੋਇਆ, ਉਦੋਂ ਪੈਸਾ 20-20 ਦਾ ਆਉਂਦਾ ਸੀ। ਅੱਛਾ। ਅਤੇ ਮੈਂ ਉਹਨਾਂ ਨੂੰ ਕਿਹਾ, ਸੂਬਾ ਸਿੰਘ ਨਾਲ ਮੇਰੀ ਇਹ ਗੱਲਬਾਤ ਉਦੋਂ ਹੋਈ, ਮੈਂ ਨਹੀਂ ਜਾਣਦਾ ਸੀ ਕਿਸੇ ਨੂੰ, ਮੈਂ ਕਿਹਾ ਤੁਹਾਡੀ ਡਿਊਟੀ ਅਫਸਰ ਹੋ, ਮੈਂ ਕਿਹਾ ਸਾਨੂੰ ਫੜਨਾ, ਬਹਿ ਜਾਓ, ਬਾਣਾ ਪਾ ਲੈਂਦਾ, ਦਸਤਾਰ ਸਜਾ ਲੈਣ ਦਿਓ, ਜੇ ਨਹੀਂ ਦਸਤਾਰ ਸਜਾਉਣੀ ਮੜਾਸਾ ਜਿਹਾ ਮਾਰ ਲੈਣਾ ਅਤੇ ਚਲੋ ਚੱਲ ਗਏ, ਅਤੇ ਵਧੀਕੀ ਸਾਡੇ ਨਾਲ ਨਾ ਕੋਈ ਕਰਿਓ। ਉਹ ਕਹਿੰਦੇ ਵੀ ਠੀਕ। ਫਿਰ ਉਹਨੇ ਬਾਥਰੂਮ ਸੀਟਾਂ ਪੱਟ, ਸੀਲਿੰਗ ਪੱਟ, ਬੈੱਡ ਪੱਟ, ਕੁਛ ਵੇਖਿਆ। ਮੈਂ ਕਿਹਾ ਜਿਹੜਾ ਕੋਈ ਲੱਭ ਦੇ ਉਹ ਇੱਥੇ ਹੈ ਨਹੀਂ ਗਾ ਨਾ ਤੁਹਾਨੂੰ ਉੱਥੇ ਆਉਣਾ। ਫਿਰ ਸਾਨੂੰ ਉਵੇਂ ਉਹਨਾਂ ਨੇ ਹੱਥ ਕੜੀਆਂ ਪਿੱਛੇ ਲਾ ਕੇ ਮੈਨੂੰ ਅਤੇ ਦਵਿੰਦਰ ਸਿੰਘ ਨੂੰ ਕੋਤਵਾਲੀ ਥਾਣੇ ਲੈ ਕੇ ਬੈਠੇ ਰਹੇ। ਉੱਥੇ ਪੁੱਛ ਗਿੱਛ ਹੋਣ ਲੱਗ ਗਈ, ਦਵਿੰਦਰ ਸਿੰਘ ਦੀ ਹੋਰ ਕਮਰੇ 'ਚ, ਮੇਰੀ ਹੋਰ ਕਮਰੇ 'ਚ, ਅਤੇ ਅਸੀਂ ਉੱਥੇ ਉਹਨਾਂ ਨੇ ਸਾਨੂੰ ਦੱਸਦਾ ਰੱਖਿਆ। ਰੋਜ਼ ਕਹਿੰਦਾ ਕਰਨ ਵਾ ਘੰਟਾ ਕੀ ਆ, ਛਾੜਦੇ ਨੇ ਘੰਟਾ, ਕਦੇ ਚੰਡੀਗੜ੍ਹੋਂ ਆ ਜੇ, ਕੋਈ ਦਿੱਲੋਂ ਆ ਜੇ, ਕਦੇ ਕੋਈ। ਆਪਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਬਾਈ ਪਤਾ ਸੀ ਵੀ ਇੱਧਰ ਨੂੰ ਮੋੜ ਮੁੜ ਜੂਗਾ। ਪਹਿਲੀ ਵਾਰ ਦੇਖਿਆ ਸਾਰਾ ਕੁਛ? ਨਹੀਂ, ਪੁਲਿਸ ਨਾਲ ਵਾਹ ਤਾਂ ਸ਼ੁਰੂ ਤੋਂ ਬਹੁਤ ਟਾਈਮ ਤੋਂ ਪੈਂਦਾ ਹੈ। ਜੇ ਇੱਕ ਮੋਨੇ ਮੁੰਡੇ ਤੋਂ ਪਿੰਡ 'ਚ ਤੁਰੇ ਜਾਂਦੇ ਤੋਂ 2-3 ਪਿਸਤੌਲ ਫੜੇ ਜਾਣ, ਉਹਦੇ 'ਤੇ 25-54 ਨਾੜ ਦਾ ਪਰਚਾ ਪਾ ਕੇ ਅਤੇ ਉਹਦੀ ਥੋੜ੍ਹੇ ਕੁ ਦਿਨਾਂ ਬਾਅਦ ਜ਼ਮਾਨਤ ਆ, ਕੇਸਾਧਾਰੀ ਬੰਦੇ ਤੋਂ ਇਕੱਲੀ ਗੋਲੀ ਵੀ ਫੜੀ ਜਾਵੇ ਉਹਦੇ 'ਤੇ ਜੂਏ ਵੀ ਲੱਗਦੀ ਆ। ਇਸ ਕਰਕੇ ਪੁਲਿਸ ਦੇ ਚਾਲ ਚੱਲਣ ਅਤੇ ਕੇਸਾਂ ਦੇ ਵਿੱਚ ਸਿੰਘਾਂ 'ਚ ਅਤੇ ਮੋਨੇ ਬੰਦੇ 'ਚ ਫਰਕ ਆ। ਪਰ ਹਾਂ, ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਵਾਪਰੀ ਸੀ ਜਦੋਂ ਥਾਣੇ ਦੇ ਵਿੱਚ ਗੱਲਬਾਤ ਹੋਈ, ਅਤੇ ਜਿਵੇਂ ਤੁਸੀਂ ਮੇਰੇ ਬਾਰੇ ਪੁੱਛਦੇ ਹੋ, ਫਿਰ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਸੀ ਵੀ 1994 ਦੇ ਵਿੱਚ ਤੂੰ ਜੰਮਿਆ ਅਤੇ 2018 ਤੱਕ ਸਾਰਾ ਕੁਝ ਦੱਸ, ਕਿਹੜੇ ਕਿਹੜੇ ਬੰਦੇ ਨਾਲ ਲਿੰਕ ਆ, ਬੈਕ ਪੁੱਛਣਾ, ਗਾਂਹ ਨੂੰ ਪੁੱਛਣਾ, ਉਛਾਲਣਾ ਸ਼ੁਰੂ ਕਰਨਾ, ਜਦੋਂ ਬਿਆਨ ਬਦਲ ਗਏ ਉਦੋਂ ਉਹਨਾਂ ਨੇ ਟੰਗ ਦੇਣਾ। ਪਰ ਮਹਾਰਾਜ ਦੀ ਕਿਰਪਾ, ਬਾਣੇ ਦਾ ਇੰਨਾ ਕੁ ਵੀ ਵਿਸ਼ਵਾਸ ਸੀ ਵੀ ਉਹਨਾਂ ਨੇ ਸਾਨੂੰ ਡੋਲਣ ਨਹੀਂ ਦਿੱਤਾ। ਚਾਹੇ ਉਦੋਂ ਧੁੰਦਾ ਕੋਰਾ ਪੈਂਦਾ ਸੀ, ਸਾਡੇ ਕੱਪੜੇ ਲਵਾ ਲੈਣੇ, ਸਾਨੂੰ ਸੰਗਲਾਂ ਨਾਲ ਬੰਨ ਕੇ ਰੱਖਣਾ। ਅਤੇ ਇਹ ਇੱਕ ਪੱਖ ਹੈ। ਇੱਕ ਪੱਖ ਜਿਹੜਾ ਹੋਰ ਵੀ ਜਾਣਨਾ ਚਾਹੁੰਦੇ ਹਾਂ ਕਿ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਮਾਇਆ ਦੇ ਪੱਖੋਂ ਜਾਂ ਆਪਾਂ ਫਾਈਨੈਂਸ਼ੀਅਲ ਕਹਿ ਲਈਏ ਕਿੰਨਾ ਕੁ ਸਮਰਥ ਦਾ, ਕਿਹੋ ਜਿਹੇ ਪਰਿਵਾਰ 'ਚ ਜਨਮ ਹੋਇਆ, ਉਹ ਪਰਿਵਾਰ ਕਿਹੋ ਜਿਹੇ ਪਰਿਵਾਰ ਦੇ ਵਿੱਚੋਂ ਤੁਸੀਂ ਉੱਠੇ ਹੋ? ਪਰਿਵਾਰ ਸਾਡਾ ਜਿਹੜਾ ਹੈਗਾ ਵਾ ਦਿਹਾੜੀਦਾਰ, ਅੱਜ ਵੀ ਜਿਹੜਾ ਮੇਰਾ ਵੱਡਾ ਭਰਾ ਉਹ ਵੀ ਦਿਹਾੜੀ ਕਰਦਾ, ਡੈਡੀ ਵੀ ਹੈ ਤਾਂ ਠੇਕੇਦਾਰ ਆ, ਘਰਾਂ ਦੇ ਠੇਕੇ ਮਕਾਨਾਂ ਦੇ ਲੈਂਦਾ, ਪਰ ਹੈ ਉਹ ਵੀ ਦਿਹਾੜੀ ਆ। ਅਤੇ ਵੀ ਕੋਈ ਜ਼ਮੀਨ ਜਾਇਦਾਦ ਕੋਈ ਇਹ ਨਹੀਂ, ਫੈਕਟਰੀ ਆ ਜਾਂ ਕੋਈ ਬਾਹਲਾ ਲੈਣ ਲਾਟ ਹੈਗੇ ਆ, ਨਹੀਂ। ਵੀ ਜਿਹੜੀ ਉੱਠਿਆਂ ਦੀ ਗੱਲ ਇਹ ਆ ਵੀ ਸੁਰਤ ਜਿਹੜੀ ਮੈਨੂੰ 6-8 ਸਾਲਾਂ ਦੀ ਗੱਲਬਾਤ ਲਾਈਏ ਆਪਾਂ, 2007 ਦੇ ਵਿੱਚ ਜਦੋਂ ਮੈਂ ਬਾਣਾ ਪਾਲਿਆ ਸੀ, ਅਤੇ ਉਦੋਂ ਮੈਨੂੰ ਇਹ ਚੇਤਾ ਵੀ ਮੈਂ ਆਪਦੀ ਮਾਤਾ ਦੇ ਨਾਲ ਜਾਂਦਾ ਰਿਹਾ ਵੀ ਮਾਤਾ ਸਾਡੇ ਪਿੰਡ, ਉਹ ਵੀ ਬੰਦੇ ਸੁਣਨਗੇ ਇਹ ਲਾਈਵ ਸੁਣਦੇ, ਜਾਂ ਮੰਮੀ ਹੋਣਾਂ ਨੂੰ ਇਸ ਗੱਲ ਦਾ ਪਤਾ ਵੀ ਸਾਡੇ ਮਹਿਲੇ ਮਾਸਟਰ ਕੇ ਵੱਜਦੇ ਆ,
ਉਹਨਾਂ ਦੇ ਘਰ ਝਾੜੂ ਪੋਚਾ ਕਰਨ ਜਾਂਦੀ ਹੁੰਦੀ ਸੀ ਮਾਸਟਰਾਂ ਦੇ ਘਰੇ, ਤੇ ਮੈਂ ਉਹਨਾਂ ਦੇ ਨਾਲ ਜਾਂਦਾ ਹੁੰਦਾ ਸੀ। ਤੁਸੀਂ ਵੀ ਦਿਹਾੜੀ ਉੱਤੇ ਕਰਿਆ? ਮੈਂ ਦਿਹਾੜੀ ਦੀ ਗੱਲ ਇੱਦਾਂ ਵਾ ਵੀ ਪੰਜ ਭੈਣ ਭਰਾ ਸੀ, ਤੇ ਦਿਹਾੜੀ ਦੇ ਨਾਲ ਡੈਡੀ ਦੇ ਨਾਲ ਭਰਾ ਦੇ ਕੰਮ ਦੇ ਨਾਲ ਕੋਈ ਤਿੰਨ ਭੈਣਾਂ ਦੇ ਵਿਆਹ ਤਾਂ ਹੋਣੇ ਨੀ, ਦਾਦਾ ਦਾਦੀ ਵੀ ਨਾਲ ਰਹੇ ਆ। ਤੇ ਮੈਂ ਪੜ੍ਹਿਆ ਵਾ ਪਲੱਸ ਟੂ ਨੋਨ ਮੈਡੀਕਲ 2012 'ਚ ਮੈਂ ਪਾਸ ਕੀਤੀ ਆ। ਆਈ ਟੀ ਆਈ ਕਰਕੇ ਮੈਂ ਕਿਹਾ ਵੀ ਡੈਡੀ ਕਹਿੰਦਾ ਪੁੱਤ ਚੱਲ ਤੂੰ ਪੜ੍ਹ ਲਾ ਵੀ ਤੈਨੂੰ ਪੜ੍ਹਾ ਲੈਂਦੇ ਹਾਂ ਵੀ ਜੇ ਤੂੰ ਹੁਸ਼ਿਆਰ ਆ। ਤਾਂ ਮੈਂ ਬੀ ਬੀ ਏ ਕਰਨ ਜਲੰਧਰ ਡੀ ਏ ਵੀ ਕਾਲਜ ਗਿਆ ਵਾਂ, ਅਤੇ ਉੱਥੇ ਮੈਂ 1.5-2 ਮਹੀਨੇ ਰਿਹਾ ਵਾਂ। ਵੀ ਇੱਕ ਮੇਰੀ ਮੈਸ ਦੀ ਫੀਸ ਉੱਥੋਂ ਦੀ ਜਿਹੜੀ ਹੋਸਟਲ ਦੀ ਆਈ ਹੈ 1560 ਰੁਪਈਏ, ਹਜੇ ਤੱਕ ਉਹ ਰਸੀਦ ਮੇਰੇ ਕੋਲ ਉਵੇਂ ਪਈ ਹੈ, ਮੇਰੇ ਤੋਂ ਦਿੱਤੀ ਨਹੀਂ ਗਈ ਸੀ 2013 ਦੇ ਵਿੱਚ, ਮੇਰੇ ਤੋਂ ਮੇਰੀ ਹੋਸਟਲ ਫੀਸ ਨਹੀਂ ਦਿੱਤੀ ਗਈ ਸੀ, ਜਿਹਦੇ ਕਰਕੇ ਮੈਨੂੰ ਉਹ ਪੜ੍ਹਾਈ ਛੱਡਣੀ ਪਈ ਸੀ। ਫਿਰ ਮੈਂ ਡੈਡੀ ਦੇ ਨਾਲ ਸਾਡੀ ਡਾਲਾ ਪਿੰਡ ਆ ਇੱਥੇ ਮਹਿਰੋ ਦੇ ਨਾਲ, ਉੱਥੇ ਦੁਕਾਨ ਕੀਤੀ ਛੋਟੀ ਜੀ, ਅਤੇ 35,000 ਰੁਪਈਆ ਸਾਡੇ ਕੋਲ ਸੀਗਾ ਪੂੰਜੀ 2010 ਦੇ ਵਿੱਚ। 35,000 ਰੁਪਈਆ ਲਾ ਕੇ ਅਸੀਂ ਦੁਕਾਨ 1200-1300 ਰੁਪਈਆ ਮਹੀਨੇ ਦੇ 2 ਛੱਟਰ ਵਾਲੀ ਕਿਰਾਏ 'ਤੇ ਲਈ ਸੀ, ਸੀਮੈਂਟ ਸਰਗੇ ਦਾ ਕੰਮ ਕੀਤਾ ਉੱਥੇ। ਅਤੇ ਉਹ ਜਦੋਂ ਮੈਂ ਪੜ੍ਹ ਕੇ ਆਇਆ 2003 ਸਾਲ ਹੋ ਗਏ ਸੀ, 4 ਦਿਨ ਉਹਦੇ 'ਤੇ ਆ ਕੇ ਮੈਂ ਬਹਿ ਗਿਆ ਸੀ। ਅਤੇ ਫਿਰ ਉੱਥੇ ਮੈਂ ਉੱਥੋਂ ਦੇ ਲੋਕਾਂ ਨੂੰ ਸਾਰਿਆਂ ਨੂੰ ਤਕਰੀਬਨ ਇਹਨਾਂ ਚੀਜ਼ਾਂ ਦਾ ਪਤਾ, ਉਹਲਾ ਕਾਹਦਾ ਕਿਰਤ ਕੀਤੀ ਆ ਬਾਈ ਇਹ ਵਿਹਲੇ ਨਹੀਂ ਆਪਾਂ ਫੋਰਚੂਨਰਾਂ 'ਚ ਚੜ੍ਹ ਗਏ, ਵੀ ਟਰੈਕਟਰ ਨਹੀਂ ਹੁੰਦੇ ਜਵਾਕਾਂ ਦੇ ਚਲਾਉਣਾ, 50 ਰੁਪਈਏ ਤੋਂ ਲੈ ਕੇ ਉਹ 150-200 ਤੱਕ ਵੀ ਮੈਂ ਸੜਕ 'ਤੇ ਖੜ ਵੇਚੇ ਆ ਉਹ। ਫਿਰ ਰੋਟੀਆਂ ਵੇਲਣ ਵਾਲੇ ਚਗਲੇ ਹੁੰਦੇ ਸੀਗੇ, ਕਦੇ ਕੋਈ ਬੰਦਾ ਪਤਾ ਕਰੇ ਵੀ ਮਹਿਰੋ ਤੋਂ ਜਦੋਂ ਡਾਲੇ 'ਚ ਟਰੰਗ ਖੱਬੇ ਹੱਥ ਜੰਗ ਕੇ ਵੱਜਦੇ ਵਰਕਸ਼ਾਪ ਆ, ਉਹਨਾਂ ਤੋਂ ਬਣਾਉਂਦੇ ਹੁੰਦੇ ਸੀ ਉਹ ਬੰਦੇ 130-132 ਰੁਪਈਏ ਦੇ ਬਣਾ ਕੇ ਦਿੰਦੇ ਸੀ, 150 ਰੁਪਈਏ ਦਾ ਮੈਂ ਵੇਚਦਾ ਹੁੰਦਾ ਸੀ। ਅਤੇ ਉਹ ਮੈਂ ਰੋਜ਼ 100 ਪੀਸ ਭਾਰੇ ਹੁੰਦੇ ਸੀ ਚੱਕ ਕੇ ਬਾਹਰ ਲਾ ਕੇ ਸੜਕ 'ਤੇ ਮੇਜ ਲਾ ਕੇ ਟਿਕਾਉਣੇ, ਅਤੇ ਫਿਰ ਜਦੋਂ ਕਿਸੇ ਨੇ ਵੇਚਣ ਆਉਣਾ 20 ਗੱਲਾਂ ਕਰਨੀਆਂ, ਬਹੁਤ ਕੁਛ ਬੋਲਦੇ ਸੀ ਲੋਕ, ਉਹ ਵੀ ਵੇਚਣੇ ਖੁਸ਼ ਹੋਣਾ ਵੀ ਇਹ 'ਚੋਂ 10 ਰੁਪਈਏ ਬਚ ਗਏ ਯਾਰ, ਠੀਕ ਆ। ਉਹ ਚੀਜ਼ਾਂ ਵੀ ਵੇਚੀਆਂ ਆਪ ਵੀ ਮੇਰੇ ਕੋਲ ਸਾਰਾ ਰਿਕਾਰਡ ਪਿਆ ਵੀ ਲੋਕ ਜਾਣੂ ਆ ਇਸ ਚੀਜ਼ ਤੋਂ ਵੀ ਸੀਮੈਂਟ ਸਿਰ 'ਤੇ ਚੱਕ ਚੱਕ ਲਾਉਂਦੇ ਰਹੇ ਆ, ਰੁਪਈਆ ਸੀਮੈਂਟ ਦੀ ਬੋਰੀ ਦਾ ਲੈਂਦੇ ਹੁੰਦੇ ਸੀ, ਬੱਜਰੀ ਦੇ ਘੋੜੇ ਟਰਾਲੇ ਲਾਉਂਦੇ ਹੁੰਦੇ ਸੀ ਇੱਥੇ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ ਬਾਈ ਇਹ। ਕੋਈ ਕੁਛ ਕਹੀ ਜਾਵੇ ਆਪਾਂ ਨੂੰ ਨਹੀਂ ਇਸ ਚੀਜ਼ ਦਾ ਫਿਕਰ ਹੈਗਾ। ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੋਸ਼ ਵੀ ਇਲਜ਼ਾਮ ਲਗਾਉਂਦੇ ਨੇ ਬਹੁਤ ਲੋਕ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਇਹ ਮੁਸਲਿਮ ਪਰਿਵਾਰ 'ਚੋਂ ਨੇ, ਇਹਨਾਂ ਦਾ ਬੈਕਗ੍ਰਾਉਂਡ ਇਸ ਤਰ੍ਹਾਂ ਦਾ, ਉਹ ਗੱਲ ਦੇ ਪਿੱਛੇ ਦੀ ਸੱਚਾਈ ਕੀ ਹੈ? ਸੱਚਾਈ ਇਹ ਆ ਵੀ ਪਹਿਲਾਂ ਜੇ ਆਪਾਂ ਬਹੁਤ ਡੂੰਘਾਈ ਨਾਲ ਸੋਚੀਏ ਤੇ ਜਾਤ ਪਾਤਾਂ ਦੇ ਵਿੱਚ ਆਉਣਾ ਨਹੀਂ ਚਾਹੀਦਾ, ਜਾਤ ਪਾਤ ਕੋਈ ਚੀਜ਼ ਨਹੀਂ ਹੈਗੀ ਬਿਲਕੁਲ। ਨਾ ਮੈਂ ਮੁਸਲਿਮ ਹਾਂ, ਨਾ ਸਿੱਖ ਹਾਂ, ਨਾ ਇਸਾਈ ਹਾਂ, ਨਾ ਮੈਂ ਹਿੰਦੂ ਹਾਂ, ਮੈਂ ਤਾਂ ਇੱਕ 10ਵੇਂ ਪਾਤਸ਼ਾਹ ਦੀ ਫੌਜ ਦਾ ਸਿੰਘ ਹਾਂ। ਮੈਨੂੰ ਇਹ ਕਲੀਅਰ ਆ ਵੀ ਮੈਂ ਉਹਨਾਂ ਦਾ ਸਿੰਘ ਹਾਂ, ਮੈਨੂੰ ਜੋ ਕੋਈ ਮਰਜ਼ੀ ਕਵੇ, ਜਿਹੜੀ ਅਸਲ ਸੱਚਾਈ ਆ ਦੁਨਿਆਵੀ ਤੌਰ 'ਤੇ ਇਹਦਾ ਆਪਾਂ ਜਵਾਬ ਦੇਵਾਂਗੇ ਵੀ ਸਾਡਾ ਜੱਦੀ ਪਿੰਡ ਮਹਿਰੋਂ ਆ, ਅਤੇ ਸਾਡਾ ਜਦੋਂ ਇੱਥੇ 6ਵੇਂ ਪਾਤਸ਼ਾਹ ਆਏ ਆ ਮੋਗੇ ਇੱਧਰ ਮੱਦੋ ਕੇਰੀਏ 'ਚ, ਉਦੋਂ ਬਾਅਦ ਪਿੰਡ ਆਏ ਆ, ਵੀ ਜੇ ਵੇਖਿਆ ਜਾਵੇ ਜਿਹੜਾ ਮੁਸਲਿਮ ਧਰਮ ਆ ਇਹ ਸਿੱਖਾਂ ਤੋਂ ਬਹੁਤ ਪੁਰਾਣਾ ਧਰਮ ਆ, ਬਹੁਤ ਪਹਿਲਾਂ ਦਾ ਧਰਮ ਆ, ਅਤੇ ਸਾਡੇ ਵੱਡੇ ਵਡੇਰੇ ਪਹਿਲੋਂ ਆਏ ਬੈਠੇ ਸੀ ਇੱਥੇ ਹੀ ਸੀਗੇ, ਕੀ ਪਤਾ ਕੌਣ ਆ ਕਿੱਥੋਂ ਦੇ ਸੀ ਉਹ, ਕਿਹਦੇ ਨਾਲ ਉਹਨਾਂ ਦੀ ਤਾਰ ਜੁੜਦੀ ਆ ਜੀ। ਪਰ ਇੰਨਾ ਜ਼ਰੂਰ ਕਲੀਅਰ ਆ ਵੀ ਉਹ ਉੱਥੇ ਰਹਿੰਦੇ ਸੀ, ਅਤੇ ਉਹ ਜਿਹੜਾ ਦਰਖਤ ਆ ਜਿੱਥੇ ਸਾਡਾ ਘਰ ਹੁੰਦਾ ਸੀ, ਕਿਉਂਕਿ ਪੁਰਾਣੇ ਦਰਖਤਾਂ ਥੱਲੇ ਪਹਿਲਾਂ ਘਰ ਹੁੰਦੇ ਸੀ, ਉਹ ਬੋਹੜ ਵਾਲਾ ਘਰ ਵੱਜਦਾ ਜਿੱਥੇ ਉੱਥੇ ਰਹਿੰਦੇ ਸੀ। ਉਦੋਂ ਮੇਰੇ ਹਿਸਾਬ ਨਾਲ ਕਿੱਲੇ ਕਵਾੜ 'ਤੇ 6ਵੇਂ ਪਾਤਸ਼ਾਹ ਜੀ ਆਏ ਆ, ਅਤੇ ਸਾਡੇ ਵੱਡਿਆਂ ਨੂੰ ਇਹ ਸੀਗਾ ਵੀ ਕੋਈ ਸੰਤ ਆਏ ਆ ਜਿਨ੍ਹਾਂ ਦੇ ਨਾਲ ਲਾਮ ਲਸ਼ਕਰ ਘੋੜੇ ਆ ਹਥਿਆਰਾਂ ਵਾਲੇ ਕਿਰਪਾਨਾਂ ਵਾਲੇ ਬੰਦੇ ਫੌਜ ਲਈ ਫਿਰਦੇ ਆ, ਉਹ ਉਹਨਾਂ ਕੋਲ ਪ੍ਰਸ਼ਾਦਾ ਲੈ ਕੇ ਵੀ ਗਏ ਸੀ ਸਾਡੇ ਵੱਡੇ। ਉਹਨਾਂ ਦੀ ਜਗ੍ਹਾ ਇੱਥੇ ਬਣੀ ਹੋਈ ਹੈ ਪਿੰਡ, ਉਹਨਾਂ ਦੀ ਸਮਾਗਮ ਵੀ ਮਨਾਉਂਦਾ ਵਾ ਉਹ, ਸਾਡੇ ਜਿਹੜੇ ਵਡੇਰੇ ਆ ਸਾਈਂ ਕੁਟੀਆ ਵਾਜ ਦੀ ਆ, ਦਾਦਾ ਜੀ ਉੱਥੇ ਰਹੇ ਆ, ਦਾਦਾ ਜੀ ਤੋਂ ਪਹਿਲਾਂ ਪੜਦਾਦਾ ਜੀ ਉੱਥੇ ਰਹੇ ਆ, ਦਾਦਾ ਜੀ ਤੋਂ ਬਾਅਦ ਦਾਦੇ ਦੇ ਮੇਰੇ ਦੇ 5 ਮੁੰਡੇ ਸੀ, ਉਹਨਾਂ ਦੇ ਵਿੱਚੋਂ ਇੱਕ ਮੁੰਡਾ ਡੈਡੀ ਮੇਰਾ ਗੁਰਦੁਆਰਾ ਸਾਹਿਬ ਨਾਲ ਜੋੜ ਦਿੱਤਾ ਗਿਆ, ਗੁਰਦੁਆਰਾ ਸਾਹਿਬ ਰਹੇ ਆ ਉੱਥੇ, ਗ੍ਰੰਥੀ ਸਿੰਘ ਵੀ ਡਿਊਟੀ ਕੀਤੀ ਅੰਮ੍ਰਿਤ ਛਕਿਆ ਸੀ ਹੈ ਨਾ। ਅਤੇ ਫਿਰ ਡੈਡੀ ਤੋਂ ਬਾਅਦ ਮੈਂ ਆ ਗਿਆ, ਕਿਉਂਕਿ ਮੇਰਾ ਭਰਾ ਮੋਨਾ ਵਾ ਉਹ ਨਹੀਂ ਇਸ ਚੀਜ਼ਾਂ ਨੂੰ, ਹਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈਗਾ ਪਰ ਸਿੱਖ ਨਹੀਂ, ਉਹ ਮੁਸਲਿਮ ਨੇ ਉਹ। ਹਾਂ ਠੀਕ ਹੈ, ਤਾਂ ਜਾਣੀ ਕਿ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ ਪੁੱਤਰ ਹੈ ਜਿਵੇਂ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਕਿ ਉਹ ਪੰਥ ਦੇ ਨਾਲ ਆ, ਗੁਰੂ ਘਰ ਦੇ ਨਾਲ ਆ,
ਬਾਕੀ ਜਿਹੜਾ ਜਿਹੜਾ ਮੁਸਲਿਮ ਪਰਿਵਾਰ ਚੋਂ ਸੀ ਉਸੇ ਤਰ੍ਹਾਂ ਨੇ ਉਹ। ਹਾਂਜੀ, ਉਹਨਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਉਹ ਨਹੀਂ ਆ ਸਕਦੇ, ਆ ਸਕਦੇ ਪਰ ਉਹਨਾਂ ਦੀ ਨਹੀਂ ਮਨਸ਼ਾ ਬਈ। ਜਿਵੇਂ ਹੁਣ ਡੈਡੀ ਹੋਣੀ ਪੰਜ ਭਰਾ ਵਾ, ਡੈਡੀ ਦਾ ਨਾਂ ਬਲਜਿੰਦਰ ਸਿੰਘ ਆ ਤੇ ਤਾਏ ਆ ਚਾਰੇ, ਫੁੰਮਣ ਖਾਂ, ਤੋਤਾ ਖਾਂ ਤੇ ਬੂਟਾ ਖਾਂ ਤੇ ਰਲਦੂ ਖਾਂ। ਡੈਡੀ ਬਲਜਿੰਦਰ ਸਿੰਘ ਤੇ ਬਾਪੂ ਮੇਹਰ ਸਿੰਘ ਤੇ ਦਾਦਾ ਬੁੱਕਣ ਖਾਂ ਵਾ। ਠੀਕ ਆ, ਇਹਨਾਂ ਚੀਜ਼ਾਂ ਨੂੰ ਮਾਇਨੇ ਨਹੀਂ ਰੱਖਦੀਆਂ। ਜੇ ਸਿੱਖ ਇਹ ਗੱਲ ਕਹਿਣ ਵੀ ਯਾਰ ਇਹ ਤਾਂ ਮੁਸਲਮਾਨ ਸਿੱਖ ਬਣੇ ਆ, ਤੇ ਜਿਵੇਂ ਮਾਝਵੀ ਸਿੱਖਾਂ ਨੇ ਅੱਕਿਆ ਹੋਇਆ ਨੇ ਬਾਬਾ ਜੀਵਨ ਸਿੰਘ ਦੇ ਨਾਂ ਤੇ ਗੁਰੂ ਘਰ ਬਣਾ ਲਏ, ਤੇ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਆ, ਅਸੀਂ ਵੀ ਆਪਦੇ ਅੱਡ ਬਣਾ ਲੈਂਦੇ ਭਾਈ, ਅਸੀਂ ਪੀਰ ਬੁੱਧੂ ਸ਼ਾਹ ਦੇ ਬਣਾ ਲੈਂਦੇ ਹਾਂ, ਅਸੀਂ ਜਿਹੜੇ ਕਿਸੇ ਹੋਰ ਮੁਸਲਮਾਨ ਕੋਈ ਦੇ ਉਹ ਹੋਇਆ ਹੋਊਗਾ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਨਾਂ ਤੇ ਬਣਾ ਲਏ, ਸਾਈ ਮੀਆਂ ਮੀਰ ਦੇ ਨਾਂ ਤੇ ਬਣਾ ਲਏ, ਫਿਰ ਜਰ ਲੈਣਗੇ, ਵੰਡੀਆਂ ਪੈ ਜਾਣਗੀਆਂ ਭਾਈ। ਬਹੁਤ ਸਾਰੇ ਲੋਕ ਤੁਹਾਡਾ ਸਮਰਥਨ ਕਰਦੇ ਨੇ, ਪਰ ਜਿਹੜੇ ਲੋਕ ਇਸ ਤਰ੍ਹਾਂ ਜਿਹੜੇ ਸਵਾਲ ਖੜੇ ਕਰਦੇ ਨੇ ਜਾਂ ਤੁਹਾਨੂੰ ਮਨਜ਼ੂਰ ਨਹੀਂ ਕਰਦੇ, ਉਦੋਂ ਦੁੱਖ ਲੱਗਦਾ? ਨਹੀਂ ਬਾਈ, ਕਿਸੇ ਚੀਜ਼ ਦਾ ਦੁੱਖ ਨਹੀਂ ਮੈਨੂੰ ਜ਼ਿੰਦਗੀ ਦੇ ਵਿੱਚ, ਕਿਉਂਕਿ ਇਹ ਜਿਹੜੀ ਕੁਦਰਤ ਦੇ ਵਿੱਚ ਵਿਘਣ ਪੈ ਚੁੱਕਾ ਜੇ ਮੈਂ ਆਪਦੀ ਆਤਮਾ ਨੂੰ ਇਸ ਗੱਲੋਂ ਪਰੇਸ਼ਾਨ ਨਹੀਂ ਹੋਵਾਂ, ਪਰ ਇੱਕ ਚੀਜ਼ ਦਾ ਹਮੇਸ਼ਾ ਲਾਂਭਾ ਦੋ ਜ਼ਰੂਰ ਰੱਖੂੰਗਾ ਮੈਂ ਵੀ ਮੈਨੂੰ ਸਿੱਖ ਹੀ ਸਿੱਖ ਨਹੀਂ ਮੰਨ ਰਹੇ ਹਜੇ। ਉਹ ਇਹ ਕਹਿੰਦੇ ਆ ਜਦੋਂ ਕੋਈ ਗੱਲਬਾਤ ਘਟਨਾ ਵਾਪਰ ਜੇ ਤੇ ਉਹ ਕਹਿਣਗੇ ਯਾਰ ਵੀ ਇਹ ਤਾਂ ਮੁਸਲਾ। ਜਿਹੜੀ ਇਹ ਗੱਲ ਆ ਨਾ ਬਾਈ, ਦੁਸ਼ਮਣ ਗੋਲੀ ਮਾਰ ਦੇਵੇ ਉਹਦਾ ਦੁੱਖ ਨਹੀਂ, ਜਦੋਂ ਸਿੱਖ ਆ ਗੱਲ ਮੈਨੂੰ ਕਹਿੰਦਾ ਤੇ, ਪਰ ਇੰਨਾ ਵੀ ਸਿੱਖਾਂ ਨੇ ਹਜੇ ਤੱਕ ਵੀ ਇਹ ਚੀਜ਼ ਨੂੰ ਕਬੂਲ ਨਹੀਂ ਕੀਤਾ ਵੀ ਇਹ ਸਿੰਘ ਆ। ਥੋੜ੍ਹੀ ਜਿਹੀ ਮੈਂ ਕਈ ਗੱਲਾਂ ਦਾ ਜਵਾਬ ਆ ਇਹ, ਅਤੇ ਮੈਂ ਗੱਲ ਵੀ ਕਲੀਅਰ ਕਰ ਦੇਵਾਂ ਜੀ। 2021 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਸੈਕਟ ਪੀਤੀ ਗਈ ਲੁਧਿਆਣੇ ਦੇ ਬੰਦੇ ਵੱਲੋਂ, ਉਹ ਮੁੱਦਾ ਅਸੀਂ ਚੱਕਿਆ ਨਹੀਂ ਜੀ ਬਾਈ। ਅਸੀਂ ਤਾਂ ਉੱਥੇ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਗਏ ਹਾਂ, ਸਾਨੂੰ ਉੱਥੇ ਖਬਰ ਮਿਲੀ ਵੀ ਕੋਈ ਬੰਦਾ ਸਿਗਰਟ ਪੀਂਦਾ ਫੜਿਆ ਗਿਆ। ਅਸੀਂ ਅੰਮ੍ਰਿਤਸਰ ਸਾਹਿਬ ਤੋਂ ਸਾਰੇ ਸਿੰਘਾਂ ਨੇ ਗੱਡੀਆਂ ਚੱਕੀਆਂ ਅਨੰਦਪੁਰ ਸਾਹਿਬ ਉੱਠ ਕੇ, ਬੰਦਾ ਸਵੇਰੇ 4:30-5 ਵਜੇ ਫੜਿਆ ਗਿਆ, ਫੜ ਕੇ ਉਹ ਪੁਲਿਸ ਨੂੰ ਸੀ ਏ ਸਟਾਫ ਨੂੰ ਦੇਤਾ ਉੱਥੋਂ ਦੇਣੇ। ਅਸੀਂ ਉੱਥੇ ਪਹੁੰਚੇ ਹਾਂ ਸ਼ਾਮ ਨੂੰ, ਬੰਦਾ ਤਾਂ ਸਾਡੇ ਕੋਲ ਨਹੀਂ ਆਇਆ। ਹਾਂ, ਉੱਥੇ ਜਾਂਦਿਆਂ ਨੂੰ ਵਿਸ਼ਵਾਸ ਸੀ ਲੋਕਾਂ ਨੂੰ, ਸਾਨੂੰ ਪ੍ਰੇਮ ਕਰਦੇ ਸੀ, ਉਹਨਾਂ ਨੇ ਇੱਕ ਸਾਨੂੰ ਕਮੇਟੀ ਜੀ ਬਣਾਈ ਉਹਦੇ 'ਚ ਪਾ ਤਾ। ਚਲੋ ਮੈਂ ਕਿਹਾ ਠੀਕ ਆ, ਪਤਾ ਤਾਂ ਕਰਾਂਗੇ। ਜਦੋਂ ਪਤਾ ਕੀਤਾ, ਇੱਥੇ ਕਈ ਬੰਦੇ ਸ਼ੰਕਾ ਕਰਦੇ ਆ ਵੀ ਹਾਂ ਅੰਮ੍ਰਿਤਪਾਲ ਸਿੰਘ ਕਹਿੰਦਾ ਸੀ ਵੀ ਬੰਦਾ ਮੇਰੇ ਕੋਲ ਰਿਮਾਂਡ 'ਤੇ ਅਤੇ ਇਹਨੇ ਛੱਡ ਕਿਉਂ ਦਿੱਤਾ। ਉਹ ਤੁਸੀਂ ਇੰਟਰਵਿਊ ਬੈਕ ਕਰਕੇ ਇਕੱਲੀ ਇਕੱਲੀ ਲਫ਼ਜ਼ ਸੁਣੋਗੇ ਨਾ, ਉਦੋਂ ਤੁਹਾਨੂੰ ਪਤਾ ਲੱਗਣਾ ਮੈਂ ਇਹ ਗੱਲ ਕਿਹਾ ਕਹੀ ਸੀ। ਬੰਦਾ ਪੁਲਿਸ ਕੋਲ ਆ, ਸਾਡੇ ਨਾਲ ਗੱਲਬਾਤ ਕਰਨ ਨੂੰ ਦੇ ਦਿੰਦੇ ਆ, ਠੀਕ ਆ, ਅਤੇ ਇੰਨਾ ਹੀ ਬਹੁਤ ਆ ਵੀ ਸਾਨੂੰ ਕਲੀਅਰ ਆ ਵੀ ਇਹਦੇ 'ਚ ਕੋਈ ਮਿਲੀ ਭੁਗਤ ਹੈਗੀ ਆ ਕਿ ਨਹੀਂ, ਉਹ ਸਾਨੂੰ ਪਤਾ ਲੱਗੀ ਜਾਂਦਾ ਸੀ। ਉੱਥੇ 3 ਕਾਰਨਾਂ ਕਰਕੇ ਮੈਂ ਸੱਟ ਖਾਧੀ ਜਿਹਦੇ ਕਰਕੇ ਬਦਨਾਮ ਹੋਇਆ ਸੀ ਮੈਂ। ਉਹ ਇਹ ਸੀ, ਪਹਿਲੇ ਬੰਦੇ ਨੇ ਇਹ ਗੱਲ ਆਖੀ, ਮੈਂ ਕਿਹਾ ਯਾਰ ਬਾਈ ਵੀ ਜਿਹਦੇ ਕੋਲ ਰਿਵਾਲਵਰ ਹੈਗਾ ਉਹਦੇ ਪਾਇਆ ਸੀਗਾ, ਟਕਸਾਲੀ ਸਿੰਘ ਸੀ, ਝੂਠ ਕੋਈ ਨਹੀਂ, ਉਹ ਬੰਦਾ ਹੈਗਾ ਹਜੇ ਵੀ। ਮੈਂ ਕਿਹਾ ਤੇਰੇ ਕੋਲ ਰਿਵਾਲਵਰ ਹੈਗਾ ਅਤੇ ਮੈਨੂੰ ਇਹ ਦੇ ਦੇਵੇਂ, ਤਾਂ ਕੱਲ੍ਹ ਪੁਲਿਸ ਨੇ ਮੈਨੂੰ ਉਹਦੇ ਕੋਲ ਬਹਾਤਾ ਸੀ, ਤਲਾਸ਼ੀ ਨਹੀਂ ਲਈ ਅਤੇ ਮੈਂ ਉਹਦੇ ਗੋਲੀ ਮਾਰ ਦਿੱਤਾ। ਉਹ ਕਹਿੰਦੇ ਜੇ ਗੋਲੀ ਮਾਰਨੀ ਹੁੰਦੀ ਮੈਂ ਨਾ ਮਾਰ ਦਿੰਦਾ, ਅਤੇ ਮੈਂ ਕਿਹਾ ਫਿਰ ਰੱਖਿਆ ਕਾ ਤੂੰ, ਅਤੇ ਉਹ ਮੇਰੇ ਐਂਟੀ ਹੋ ਗਿਆ ਸੀ ਉਸ ਧਰਨੇ 'ਚ, ਉਹ ਕਹਿਣ ਲੱਗ ਗਿਆ ਜਲਸਿੰਘਾਂ ਦਾ ਬੰਦਾ। ਮੈਂ ਕਿਹਾ ਵੀ ਮੇਰੇ ਕੋਲ ਹਥਿਆਰ ਹੈ ਨਹੀਂ, ਮੈਨੂੰ ਮੇਰਾ ਵੀਰ ਦੇ ਦੇ ਗੋਲੀ ਮੈਂ ਮਾਰ ਦੂੰਗਾ, ਵੀ ਮੇਰੇ ਸਾਹਮਣੇ ਬੈਠਾ ਜਰਿਆ ਨਹੀਂ ਜਾਂਦਾ ਮੈਥੋਂ। ਉਹਨੇ ਨਹੀਂ ਦਿੱਤਾ। ਦੂਜੀ ਵਾਰ ਜਦੋਂ ਪਿੱਛੇ ਕਾਨਫਰੰਸ ਜਥੇਬੰਦੀਆਂ ਦੀ ਅਤੇ ਉੱਥੇ ਸਾਰੇ ਸਿੰਘਾਂ ਦੀ ਹੋਈ ਆ, ਅਤੇ ਉੱਥੇ ਮੈਂ ਲੇਟ ਹੋ ਗਿਆ ਸੀ ਕਿਸੇ ਕਾਰਨ ਕਰਕੇ, ਅਤੇ ਮੈਂ ਵੀ ਕਿਸੇ ਤੋਂ ਹਥਿਆਰ ਮੰਗਣ ਹੀ ਗਿਆ ਸੀ, ਮੈਨੂੰ ਸ਼ੌਂਕ ਨਹੀਂ ਸੀਗਾ ਉੱਥੋਂ ਜਾਣ ਦਾ। ਉਹ ਕਹਿੰਦੇ ਅੰਮ੍ਰਿਤਪਾਲ ਸਿੰਘ ਦੀ ਗੱਲ ਮੰਨਣੀ ਆ ਕਿ ਨਹੀਂ ਮੰਨਣੀ? ਸਟਾਫ ਕਹਿੰਦਾ, ਉਹ ਕਹਿੰਦੇ ਜੀ ਉਹ ਤਾਂ ਮੁਸਲਮਾਨਾਂ ਦਾ ਮੁੰਡਾ, ਸਾਨੂੰ ਉਹਦੀਆਂ ਗੱਲਾਂ 'ਤੇ ਯਕੀਨ ਨਹੀਂ। ਮੈਂ ਕਿਵੇਂ ਨਾ ਪਿੱਛੇ ਹਟਦਾ। ਤੀਜੀ ਗੱਲ, ਸਾਡੀ ਸਰਮੌਰ ਸੰਸਥਾ ਜਥੇਬੰਦੀ ਆ ਇੱਕ ਐਜੀਪੀਸੀ ਵੀ ਰਲੀ ਆ ਵਿੱਚ, ਉਹਨਾਂ ਨੇ ਮੈਨੂੰ ਕਿਹਾ ਵੀ ਅੰਮ੍ਰਿਤਪਾਲ ਸਿੰਘ ਗੱਲ ਕਰਨੀ ਕੋਈ ਆ, ਅਤੇ ਮੈਨੂੰ ਪਾਸੇ ਕਰਕੇ ਕਹਿੰਦੇ ਤੂੰ ਤਾਂ ਅੱਜ ਰੋਨਾ ਬੇਅਦਬੀ ਨੂੰ, ਅਤੇ ਸਾਨੂੰ ਤਾਂ ਹਫ਼ਤਾ ਪਹਿਲਾਂ ਹੀ ਪਤਾ ਸੀ ਵੀ ਆਹ ਕੰਮ ਹੋਣਾ, ਅਸੀਂ ਤਾਂ ਕੁੱਕਿਆ ਨਹੀਂ, ਤਾਂ ਤੂੰ ਬਾਹਲਾ। ਸਿੱਖਾਂ ਨੂੰ ਪਤਾ ਸੀ ਬਈ, ਸਿੱਖ ਚੀਜ਼ ਹੋਰ ਆ, ਸਿੰਘਾਂ ਨੂੰ ਪਤਾ ਸੀ, ਸਿੰਘਾਂ ਨੂੰ ਪਤਾ ਸੀ ਹਾਂ ਵੀ ਇੱਦਾਂ ਹੋਣਾ। ਹਾਂ, ਇਸ ਗੱਲ ਦਾ ਮਤਲਬ ਵੀ ਇਸ ਗੱਲ ਦਾ ਪਤਾ ਸੀ ਵੀ ਕੇਸਗੜ੍ਹ ਸਾਹਿਬ ਬੇਅਦਬੀ ਹੋਣੀ ਆ, ਕਿਸੇ ਤਰ੍ਹਾਂ ਦੀ ਵੀ ਹੋ ਸਕਦੀ, ਉਸ ਗੱਲ ਦਾ ਸਿੱਖਾਂ ਦੀ ਮੇਨ ਜਥੇਬੰਦੀ ਨੂੰ ਪਤਾ ਸੀ।
ਉਹਨਾਂ ਕੋਲ ਰਿਕਾਰਡਿੰਗ ਵੀ ਹੈਗੀ ਹੈ ਇਸ ਚੀਜ਼ ਦੀ। ਬਹੁਤ ਵੱਡੀ ਗੱਲ ਹੈ ਬਾਈ ਜੀ, ਸੁਣੀ ਹੋਈ ਆ, ਲੋਹੇ ਤੇ ਲਕੀਰ ਲੀਕ ਆ, ਇਹ ਆਪਦੇ ਦਿਲ 'ਚ ਰੱਖੀ ਹੋਈ ਆ ਗੱਲ, ਜ਼ਾਹਰ ਨਹੀਂ ਕਰਨੀ। ਇਹ ਕੰਮ ਕੱਢ ਕੇ ਦੱਸਾਂਗੇ ਵੀ ਇਹ ਬੰਦਿਆਂ ਨੇ ਆਹ ਇਹ ਰੋਲ ਨਿਭਾਇਆ ਸੀ ਉੱਥੇ। ਹਰੇਕ ਚੀਜ਼ ਦਾ ਜਵਾਬ ਸਮਾਂ ਆਉਣ 'ਤੇ ਦੇਈਦਾ, ਹਜੇ ਸਮਾਂ ਬਣਿਆ ਨਹੀਂ। ਅਤੇ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਵੀ ਯਾਰ ਸਿੱਖਾਂ ਨੂੰ ਇਸ ਚੀਜ਼ ਦਾ ਪਤਾ ਸੀ ਵੀ ਸ਼੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਹੋਣ ਵਾਲੀ ਆ, ਅਤੇ ਇਹਨਾਂ ਨੇ ਡੱਕਾ ਨਹੀਂ ਤੋੜਿਆ ਅਤੇ ਮੈਨੂੰ ਲਾਹ ਕੇ ਮਾਰਿਆ ਵੀ ਤੂੰ ਮੁਸਲਮਾਨਾਂ ਦਾ ਮੁੰਡਾ, ਅਤੇ ਯਾਰ ਵੀ ਕੀ ਕਰੇਂਗਾ ਤੂੰ? ਅਤੇ ਤੁਸੀਂ ਮੈਨੂੰ ਦੱਸੋ ਬਾਈ ਮੈਂ ਉੱਥੇ ਕੀ ਕਰਦਾ? ਸਰਕਾਰ ਨਾਲ ਮੱਥਾ ਲਾਉਣਾ ਬਹੁਤ ਔਖਾ ਬਾਈ, ਇਹਦੇ ਤਾਂ ਪਿੱਛੇ ਤਾਂ ਐਂ ਲੋਹੇ ਦੀਆਂ ਕੰਧਾਂ ਬਣ ਕੇ ਖੜ੍ਹਨਾ ਪੈਣਾ ਪੰਥ ਨੂੰ। ਅਤੇ ਫਿਰ ਉੱਥੇ ਅਖੀਰੀ ਵੀ ਮੈਨੂੰ ਜਦੋਂ ਇਹਨਾਂ ਨੇ ਕਹਿਤਾ ਵੀ ਇਹ ਤਾਂ ਮੁਸਲਮਾਨ ਇਹਦੇ 'ਤੇ ਯਕੀਨ ਨਹੀਂ, ਹਥਿਆਰ ਵਾਲਾ ਬੰਦਾ ਕਹਿੰਦਾ ਜਾ ਭੱਜ ਤੈਨੂੰ ਅਸੀਂ ਹਥਿਆਰ ਨਹੀਂ ਦੇਣਾ, ਸਿੱਖ ਨੇ ਟਕਸਾਲੀ ਸਿੰਘ ਨੇ, ਅਤੇ ਜਥੇਬੰਦੀ ਨੇ ਕਹਿਤਾ ਵੀ ਸਾਨੂੰ ਤਾਂ ਹਫ਼ਤਾ ਪਹਿਲਾਂ ਹੀ ਪਤਾ ਸੀ ਘਟਨਾ ਵਾਪਰਨੀ ਹੈ, ਤੈਨੂੰ ਬਾਹਲਾ ਫਿਕਰ ਆ। ਅਤੇ ਫਿਰ ਤੁਸੀਂ ਦੱਸੋ ਵੀ ਜਦੋਂ ਜਿਹਦਾ ਪਿਓ ਆ ਉਹਨੂੰ ਫਿਕਰ ਨਹੀਂ ਹੈਗਾ, ਅਤੇ ਮੈਨੂੰ ਤਾਂ ਫਿਕਰ ਹੈ ਨਾ, ਮੈਂ ਨਹੀਂ ਕਹਿੰਦਾ ਮੇਰਾ ਪਿਓ ਨਹੀਂ ਗੁਰੂ ਗ੍ਰੰਥ ਸਾਹਿਬ। ਦੇਖੋ ਜੇ ਕੁਰਾਨ ਦੀ ਬੇਅਦਬੀ ਹੋ ਜੇ ਨਾ, ਬਾਈਬਲ ਦੀ ਬੇਅਦਬੀ ਹੋ ਜੇ, ਗੀਤਾ ਦੀ ਹੋ ਜੇ, ਅਤੇ ਉਹ ਵੀ ਮੇਰੇ ਲਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਆ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਵੀ ਮੈਂ ਸਿੱਖ ਬਣ ਗਿਆ ਅਤੇ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਿਤ ਹਾਂ ਅਤੇ ਦੂਜੇ ਧਾਰਮਿਕ ਗ੍ਰੰਥ ਮੇਰੇ ਲਈ ਮਾਨਤਾ ਨਹੀਂ ਰੱਖਦੇ। ਮੈਂ ਹਾਂ ਉਹਨਾਂ ਦਾ ਸਤਿਕਾਰ ਕਰਦਾ, ਪਰ ਉਹਨਾਂ ਨੂੰ ਮੈਂ ਝੁਕ ਨਹੀਂ ਸਕਦਾ। ਚਾਹੇ ਮੈਂ ਮੁਸਲਮਾਨ ਪਰਿਵਾਰ 'ਚ ਜਨਮ ਲਿਆ, ਮੈਨੂੰ ਕਹਿਣਗੇ ਕੁਰਾਨ ਨੂੰ ਮੱਥਾ ਟੇਕਦੇ, ਮੈਂ ਕਦੇ ਨਹੀਂ ਟੇਕੂੰਗਾ, ਕਿਉਂਕਿ ਮੈਂ ਸਕੂਲ ਦੇ ਵਿੱਚ ਹੋਰ 'ਚ ਭਰਤੀ ਹੋ ਗਿਆ। ਇਹ ਦਸਵੇਂ ਪਾਤਸ਼ਾਹ ਦੀ ਫੌਜ ਆ ਵੀ ਇਹ ਇਸ ਚੀਜ਼ ਨੂੰ ਨਹੀਂ ਮੰਨਦੀ ਵੀ ਨਹੀਂ ਝੁਕਣਾ, ਅਸੀਂ ਨਹੀਂ ਝੁਕਣਾ ਬਸ। ਅੱਛਾ, ਜਿਹੜੇ ਦੂਜੇ ਪਰਿਵਾਰ ਨੇ ਤੁਹਾਡੇ ਚਾਚੇ ਤਾਇਆਂ ਦੇ, ਉਹ ਤੁਹਾਡੇ ਨਾਲ ਇਹਨਾਂ ਗੱਲਾਂ ਦੇ ਨਾਲ ਸਹਿਮਤ ਨੇ ਵੀ ਤੁਸੀਂ ਸਿੱਖੀ ਦੇ ਵਿੱਚ ਹੋ, ਜਾਂ ਉਹਨਾਂ ਦਾ ਸਹਿਚਾਰ ਕਿਵੇਂ ਦਾ? ਨਹੀਂ ਉਹ ਇਸ ਚੀਜ਼ ਨਾਲ ਨਹੀਂ ਸਹਿਮਤ ਹੈਗੇ। ਉਹਨਾਂ ਨੂੰ ਜਦੋਂ ਮੇਰਾ ਸ਼ੁਰੂ ਤੋਂ ਮੈਂ ਤੁਹਾਨੂੰ ਦੱਸਦਾ ਵੀ 2007 'ਚ ਬਾਣਾ ਪਾਲਿਆ ਸੀ ਮੈਂ। ਅੰਮ੍ਰਿਤ ਛਕਣ ਦਾ ਕਾਰਨ ਦੋ ਸੀ। ਪਹਿਲਾ ਕਾਰਨ ਇਹ ਸੀ ਵੀ ਮੈਂ ਆਪਦੀ ਜ਼ਿੰਦਗੀ 'ਚ ਅੰਮ੍ਰਿਤ ਪਾਣ ਉਦੋਂ ਕਰੂੰਗਾ ਜਦੋਂ ਮੈਂ ਨਿਤਨੇਮੀ ਅਤੇ ਰਹਿਤ ਮਰਿਆਦਾ ਦੇ ਵਿੱਚ ਪੱਕਾ ਹੋ ਗਿਆ। ਦੂਜਾ ਕਾਰਨ ਇਹ ਸੀ ਵੀ ਮਾਂ ਪਿਓ ਪ੍ਰੈਸ ਕਰਦੇ ਸੀ ਵੀ ਆਪਣੇ ਦੂਜੇ ਘਰਾਂ ਦੇ ਬੰਦੇ ਆ ਜਿਹੜੇ, ਅਤੇ ਉਹ ਖੁਸ਼ ਨਹੀਂ ਹੈਗੇ, ਅਤੇ ਭਲਕੇ ਮਾਂ ਪਿਓ ਨੂੰ ਜਿਵੇਂ ਹੁੰਦਾ ਸੀ ਤੈਨੂੰ ਵਿਆਹੁਣਾ ਵੀ ਆ ਅਤੇ ਤੂੰ ਤਾਂ ਅੰਮ੍ਰਿਤ ਛਕ ਕੇ ਨਿਹੰਗ ਸਿੰਘ ਬਣ ਨੂੰ ਫਿਰਦੇ ਤਾਂ ਕੁੜੀ ਕਿੱਥੋਂ ਲੱਭਾਂਗੇ? ਉਦੋਂ ਥੋੜ੍ਹਾ ਜਿਹਾ ਡਾਮਾ ਡੋਲ ਜਿਹਾ ਕੰਮ ਸੀ, ਕਿਉਂ ਉਦੋਂ ਮਾਂ ਪਿਓ 'ਤੇ ਨਿਰਭਰ ਸੀ, ਪਿਓ ਦੀ ਜੇਬ 'ਚ ਹੱਥ ਸੀ ਉਦੋਂ। ਅਤੇ ਜਦੋਂ ਇਹ ਨਿਕਲ ਗਿਆ ਤਾਂ ਫਿਰ ਅਸੀਂ ਆਪਦਾ ਬਾਕੀ ਹੋ ਗਏ, ਹੁਣ ਸਾਨੂੰ ਪਰਵਾਹ ਹੀ ਕਿਸੇ ਦੀ ਨਹੀਂ। ਹੁਣ ਤਾਂ ਉਹ ਦੂਜੇ ਚਾਚੇ ਤਾਏ ਛੱਡ ਗੌਰਮੈਂਟ ਆ ਕੇ ਮੱਥਾ ਲਾ ਲਵੇ, ਮਰਨਾ ਝੁਕਣਾ ਨਹੀਂ ਗਾ। ਅਤੇ ਜੇ ਗੱਲ ਕਹੀਏ ਵਿਆਹ ਵਿਊਹ ਦੀ, ਅਤੇ ਉਹ ਤਾਂ ਬਾਬੇ ਨਾਨਕ ਨਾਲ ਕਰਾ ਲਿਆ ਸੀ ਆਪਾਂ 2019 'ਚ, ਅਤੇ ਹੁਣ ਬਾਹਰ ਹਰ ਕਰਾਈ ਜਾਣਾ ਗਾ, ਉਹਦਾ ਚੀਜ਼ ਦਾ ਵੀ ਫਿਕਰ ਨਹੀਂ ਹੈਗਾ। ਜਿਵੇਂ ਤੁਸੀਂ ਸਮਾਜ ਸੇਵਾ ਕਰਦੇ ਹੋ ਤਾਂ ਸਮਾਜ ਸੇਵਾ ਦੇ ਵਿੱਚ ਜਿਹੜੇ ਲੋਕ ਉਤਰਦੇ ਨੇ ਉਹਨਾਂ ਲੋਕਾਂ ਦੇ ਉੱਤੇ ਇਹ ਇਲਜ਼ਾਮਬਾਜ਼ੀ ਹੁੰਦੀ ਰਹਿੰਦੀ ਹੈ ਕਿ ਗੱਡੀਆਂ 'ਚ ਘੁੰਮਦੇ ਨੇ, ਇਹ ਗੱਡੀਆਂ ਕਿੱਥੋਂ ਆਈਆਂ, ਹਿਸਾਬ ਮੰਗਿਆ ਜਾਂਦਾ ਕਿ ਹਿਸਾਬ ਦਿਓ ਸਾਨੂੰ ਕਿ ਪੈਸਾ ਕਿੱਥਾ ਜਿਹੜਾ ਕਿੰਨਾ ਪੈਸਾ ਆਇਆ, ਕਿੱਥੇ ਲਾਇਆ, ਕਿਹਨਾਂ ਨੂੰ ਦੇ ਰਹੇ ਹੋ, ਤੁਸੀਂ ਆਪਣੇ ਉੱਤੇ ਇਨਵੈਸਟ ਕਰ ਰਹੇ ਹੋ, ਇਹ ਆਪਣੇ ਘਰ ਪਾ ਰਹੇ ਨੇ, ਇਹ ਗੱਡੀਆਂ 'ਚ ਘੁੰਮਦੇ ਨੇ, ਵੱਡੀਆਂ ਵੱਡੀਆਂ ਗੱਡੀਆਂ ਨੇ ਇਹਨਾਂ ਦੇ ਕੋਲ, ਉਹ ਗੱਲਾਂ ਨੂੰ ਫਿਰ ਤੁਸੀਂ ਕਿਵੇਂ ਟੈਕਲ ਕਰਦੇ ਹੋ, ਜਵਾਬ ਕਿਵੇਂ ਦਿੰਦੇ ਹੋ? ਜਵਾਬ ਤਰੀਕੇ ਦੇ ਨਾਲ ਦੇਈਦਾ। ਪਹਿਲੀ ਗੱਲ ਤਾਂ ਇਹ ਆ, ਜਵਾਬ ਦੇਣਾ ਕਿਹਨੂੰ ਆ, ਬੰਦਾ ਉਹ ਮਾਇਨੇ ਰੱਖਦਾ। ਜਿਹੜੇ ਬੰਦੇ ਨੇ 1 ਰੁਪਈਆ ਵੀ ਮੈਨੂੰ ਦਿੱਤਾ ਉਹ ਮੇਰੇ ਤੋਂ ਸਾਰੀ ਜ਼ਿੰਦਗੀ ਦਾ ਹਿਸਾਬ ਲੈ ਲਵੇ, ਦੇ ਦੂੰਗਾ। ਜਿਹਨੇ ਰੁਪਈਆ ਫੜਾਇਆ ਹੀ ਨੀਗਾ ਅਤੇ ਉਹਨੂੰ ਫਿਰ ਮੈਂ ਲੱਖਾਂ ਕਰੋੜਾਂ ਦਾ ਹਿਸਾਬ ਥੋੜ੍ਹੀ ਦਊਂਗਾ। ਦੂਜੀ ਗੱਡੀਆਂ ਗੁੱਡੀਆਂ ਦੀ ਗੱਲ ਜਿਹੜੀ ਹੈਗੀ ਮੇਨ ਬਹੁਤ ਜ਼ਰੂਰੀ ਆ ਬਾਈ, ਇਹ ਪੰਥ ਦਾ ਪੈਸਾ ਇਹ। ਜਦੋਂ ਗੱਲ ਕਲੀਅਰ ਹੋ ਗਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ, ਗੁਰੂ ਮਰਿਆਦਾ ਨੂੰ ਕਾਇਮ ਰੱਖਣ ਲਈ ਹੀ ਸਿਰ ਭੇਟ ਕਰਨਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੱਲੇ ਹੋਏ ਦੱਸੇ ਹੋਏ ਰਾਹਾਂ 'ਤੇ ਚੱਲਣਾ, ਅਤੇ ਫਿਰ ਘੋੜਾ ਤਾਂ ਦਸਵੇਂ ਪਾਤਸ਼ਾਹ ਵਾਲਾ ਹੀ ਚਾਹੀਦਾ ਕਿ ਨਹੀਂ? ਜਿਹਦੇ ਅਸੂਲਾਂ 'ਤੇ ਚੱਲਾਂਗੇ ਘੋੜਾ ਵੀ ਤਾਂ ਉੱਡਾ ਹੀ ਚਾਹੀਦਾ ਨਾ, ਅਤੇ ਵੱਡੀਆਂ ਗੱਡੀਆਂ ਚਾਹੀਦੀਆਂ ਬਾਈ, ਹਥਿਆਰ ਚੰਗੇ ਚਾਹੀਦੇ ਆ, ਅਤੇ ਉਹ ਫਿਰ ਦਿਹਾੜੀ ਕਰਕੇ ਤਾਂ ਆਉਣੇ ਨਹੀਂ ਬਾਈ, ਉਹ ਪੰਥ ਦੇ ਪੈਸੇ ਨਾਲ ਹੀ ਆਉਣਗੇ, ਅਤੇ ਪੰਥ ਦਾ ਪੈਸਾ ਫਿਰ ਵੀ ਨਹੀਂ ਅਸੀਂ ਲਾਇਆ। ਆਪਣੇ ਨਾਮ ਕਰਵਾਇਆ ਕੁਛ ਇਹਨੂੰ ਨਾ? ਜਦੋਂ ਕੋਈ ਪਰਿਵਾਰ ਮਿਲਦਾ ਉਹਨਾਂ ਨੇ ਕਹਿਤਾ ਵੀ ਅੰਮ੍ਰਿਤਪਾਲ ਸਿੰਘ 2 ਲੱਖ ਰੁਪਈਆ ਤੈਨੂੰ ਦਿੱਤਾ, ਮੈਂ ਇਹ ਪੁੱਛਦਾ ਵੀ ਕਿੰਨਾ ਕਿਹੜੀ ਸੇਵਾ 'ਤੇ ਲਾਉਣਾ ਇਹ, ਅਤੇ 100 ਦੇ ਵਿੱਚੋਂ 90% ਪਰਿਵਾਰ 2020 ਤੋਂ ਬਾਅਦ ਇਹ ਮਿਲੇ ਆ ਵੀ ਇਹ ਤੁਹਾਡਾ ਪਰਸਨਲ ਸਿੰਘਾਂ ਵਾਸਤੇ ਖਰਚਾ, ਉਹ ਸਿੰਘ ਜਿੱਥੇ ਮਰਜ਼ੀ ਲਾਉਣ, ਠੀਕ ਆ,
ਹੁਣ ਜੇ ਸਾਡੇ ਕੋਲੇ ਤਕੜੇ ਸ਼ਸਤਰ ਤੇ ਵਸਤਰ ਦੇ ਗੱਡਖਾਨਾ ਨਾ ਹੋਊਗਾ ਤੇ ਜਦੋਂ ਇੱਥੇ ਬਜ਼ੁਰਗ ਦੀ ਜੈਪੁਰ ਦੇ ਵਿੱਚ ਪੱਗ ਲਾ ਕੇ ਉਹਨੂੰ ਗੰਦੇ ਨਾਲੇ ਚ ਢਾਇਆ ਸੀ ਤੇ ਉਦੋਂ ਜੇ ਫੋਰਚੂਨਰ ਸੀ ਥੱਲੇ ਤੇ ਗਈ ਆ ਜਦੋਂ ਸਿੱਖ ਬੀਬੀ ਦੀ ਪੱਤ ਲੁੱਟੀ ਗਈ ਸੀ ਦਿੱਲੀ ਫੋਰਚੂਨਰ ਸੀ ਤਾਂ ਥੱਲੇ ਗਈ ਆ ਜਦੋਂ ਸਿਕਲੀਗਰ ਸਿੱਖਾਂ ਦੇ ਘਰ ਰੁੜ ਗਏ ਸੀਗੇ ਉਧਰ ਗੁਜਰਾਤ ਵਾਲੀ ਸਾਈਡ ਤੇ ਥੱਲੇ ਫੋਰਚੂਨਰ ਸੀ ਤੇ ਗਈ ਆ ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਤੁਸੀਂ ਇਹ ਗੱਲ ਨੂੰ ਨਾ ਹਾਈਲਾਈਟ ਕਰੋ ਵੀ ਸਿੰਘ ਗੱਡੀਆਂ ਲਈ ਫਿਰਦੇ ਆ ਤੁਸੀਂ ਤਾਂ ਇਹ ਕਹੋ ਵੀ ਸਿੰਘਾਂ ਕੋਲੇ ਹੈਲੀਕਾਪਟਰ ਹੋਣੇ ਚਾਹੀਦੇ ਆ ਤੁਸੀਂ 32 ਬੋਰ ਦੇ ਪੈਸਟਲ ਨੂੰ ਰਿਵਾਲਵਰ ਨੂੰ ਰੋਈ ਜਾਂਦੇ ਯਾਰ ਹਥਿਆਰ ਲਈ ਫਿਰਦੇ ਆ ਤੁਸੀਂ ਇਹ ਸੁੱਖ ਮਨਾਓ ਵੀ ਸਿੰਘਾਂ ਕੋਸ਼ਿਸ਼ ਕਰ ਵੀ ਤੂੰ ਟੈਂਕ ਤੇ ਆਇਆ ਕਰ ਕਾਮਯਾਬ ਹੋਵਾਂਗੇ ਨਾ ਬਾਈ ਰਹੀ ਗੱਲ ਖਰਚੇ ਦੀ ਜਦੋਂ ਕਿਸੇ ਦੇ ਘਰੇ ਨਾ ਫੋਨ ਆਉਂਦਾ SHO ਦਾ SHO ਨਹੀਂ ਲਾਉਂਦਾ ਹੁੰਦਾ ਮੁਨਸ਼ੀ ਲਾਉਂਦਾ ਹੁੰਦਾ ਵੀ ਭਾਈ ਫਲਾਨੇ ਬੰਦੇ ਨੇ ਤੁਹਾਡੇ 'ਤੇ ਦਰਖਾਸਤ ਦੇ ਤੀ ਅਤੇ ਬੰਦੇ ਦੇ ਪੈਰੋਂ ਥੱਲੋਂ ਜ਼ਮੀਨ ਨਿਕਲ ਜਾਂਦੀ ਕਦੇ ਸਰਪੰਚ ਕੋਲੇ ਜਾਂਦਾ ਕਦੇ ਮੈਂਬਰ ਕੋਲੇ ਮੇਰਾ ਖਹਿੜਾ ਛੜਾ ਅਤੇ ਸਾਡੇ ਪੁਲਿਸ ਕਦੋਂ ਆਉਂਦੀ ਆ ਪਰਚਾ ਦਰਜ ਕਰਕੇ ਆਉਂਦੀ ਸਿੱਧੀ ਕਰੇ ਸਿੱਧੀ ਕਰੇ ਬੰਦਾ ਚੱਕ ਲੈਂਦੀ ਆ ਅਤੇ ਨਿਬੜੀ ਕਿਵੇਂ ਆ ਉਹਨਾਂ ਨਾਲ ਅਤੇ ਨਿਬੜੂਗੀ ਕਿਵੇਂ ਉਹ ਅਸੀਂ ਹੀ ਜਾਣਦੇ ਨਾ ਬਾਈ 2019 ਤੋਂ ਲੈ ਕੇ 20 ਤੋਂ ਲੈ ਕੇ ਜਿਹੜੇ ਹੁਣ ਤੱਕ ਸਿੰਘ ਰਲੇ ਆ ਤੇ ਮੇਰੇ ਕਹਿਣ ਤੇ ਜਿੰਨੇ ਉਹਨਾਂ ਨੇ ਕੰਮ ਕੀਤੇ ਆ ਤੇ ਉਹ 20 ਸਿੰਘਾਂ ਤੇ ਪਰਚੇ ਦਰਜ ਆ 20 ਤੇ ਤੇ 20 ਸਿੰਘਾਂ ਤੋਂ ਇੱਕ 20 ਸਿੰਘ ਨੂੰ ਟੈਨਸ਼ਨ ਨਹੀਂ ਹੈਗੀ ਵੀ ਮੇਰੇ ਕੇਸ ਦੀ ਜ਼ਮਾਨਤ ਕੌਣ ਕਰਾਊਗਾ ਮੇਰੇ ਕੇਸ ਦੀ ਵਕੀਲ ਦੀ ਫੀਸ ਕੌਣ ਦਊਗਾ ਤੇ ਜੇ ਕੋਈ 20 ਕੇਸਾਂ ਦੇ ਵਿੱਚੋਂ ਕਿਸੇ ਬੰਦੇ ਨੇ ਇੱਕ ਸਰਾਖ ਵਾਲਾ ਨੋਟ ਵੀ ਦਿੱਤਾ ਹੋਵੇ ਵੀ ਅੰਮ੍ਰਿਤਪਾਲ ਸਿੰਘ ਆਹ ਚੱਕ ਯਾਰ ਵੀ ਤੂੰ ਬੁੱਤ ਢਾਏ ਸੀ ਤੂੰ ਦਿੱਲੀ ਕੁੜੀ ਪਿੱਛੇ ਉਹ ਸਿਰ ਦੇਣ ਗਿਆ ਸੀ ਬਦਲਾ ਲੈਣ ਗਿਆ ਸੀ ਤੇ ਤੂੰ ਯਾਰ ਦਸਤਾਰ ਲਈ ਗਿਆ ਸੀ ਤੂੰ ਯਾਰ ਕੋਟ ਦੁੰਨੇ ਵਾਲਾ ਉਹ ਪ੍ਰੋਡਿਊਸਰ ਕੁੱਟਿਆ ਸੀਗਾ ਠੀਕ ਆ ਇੱਕ ਭੈਣ ਆ ਗੁਰਪ੍ਰੀਤ ਕੌਰ ਉਹਨਾਂ ਨੇ ਜ਼ਰੂਰ ਸਾਡੇ ਬੁੱਤਾਂ ਵਾਲੇ ਕਿਸੇ ਦਾ ਸਾਰਾ ਖਰਚਾ ਚੱਕਿਆ ਉਹ ਤਾਂ ਸਾਡੇ ਆਪਦੇ ਆ ਟੌਰਚਰ ਹੋਇਆ ਬੁੱਤਾਂ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਇਹ ਆ ਵੀ ਇਹ ਜਿਹੜੇ ਬੁੱਤਾਂ ਵਾਲੇ ਕੇਸ ਦੀ ਸਟੇਟਮੈਂਟ ਹੈਗੀ ਆ ਉਹ ਆਪਾਂ ਬਰੀ ਹੋਣ ਤੋਂ ਬਾਅਦ ਦੇਵਾਂਗੇ ਵੀ ਬੁੱਤ ਤੋੜਨ ਦਾ ਜਿਹੜਾ ਸੀਗਾ ਐਕਸ਼ਨ ਕਰਨ ਦਾ ਤਰੀਕਾ ਕਿੰਨੇ ਵਾਰੀ ਬਣਿਆ ਸੀ ਕਿੰਨੇ ਵਾਰੀ ਫੇਲ ਹੋਇਆ ਉਹ ਕੇਸ ਚੱਲਦਾ ਹੁਣ ਵੀ ਕੇਸ ਹਾਂ ਉਹ ਕੇਸ ਚੱਲਦਾ ਸਿੰਘਾਂ ਨੂੰ ਸੰਗਤ ਨੂੰ ਇਸ ਗੱਲ ਦਾ ਸਿੱਖਾਂ ਨੂੰ ਨਹੀਂ ਪਤਾ ਉਹਨਾਂ ਨੇ ਕੀ ਕਰਨਾ ਉਦੋਂ ਹੀ ਧਰਨਾ ਧੁਰਨਾ ਲਾ ਕੇ ਵੀਡੀਓ ਫੋਟੋਆਂ ਬਣਾ ਲਈਆਂ ਬਾਹਰ ਹੋ ਗਏ ਤੇ ਤੀਜਾ ਸਾਲ ਚੱਲਣ ਵਾਲਾ ਜਨਵਰੀ ਦੇ ਵਿੱਚ ਤੇ ਕਈਆਂ ਨੂੰ ਇਹ ਨਹੀਂ ਪਤਾ ਵੀ ਕੇਸ ਖਤਮ ਹੋ ਗਿਆ ਕਿ ਨਹੀਂ ਅਸੀਂ ਤਰੀਕ ਤੇ ਜਾਂਦੇ ਗਾ ਫਿਰ ਸਾਡੀ ਤਰੀਕ ਆ ਗਈ ਇਸ ਨੂੰ ਪਤਾ ਸਾਡੇ ਕਿੰਨੇ ਪੈਸੇ ਲੱਗ ਗਏ ਉਹਦੇ 'ਚ ਗਵਾਹੀਆਂ ਮਕਰਾਉਣੀਆਂ ਬੰਦੇ ਪੈਸੇ ਦੇਣੇ ਯਾਰ ਸੌਖੇ ਪਏ ਆ ਕਿਤੇ ਉਹਨਾਂ ਨੇ ਮੂੰਹ ਹੀ ਅੱਡਣਾ ਇੰਨੇ ਪੈਸੇ ਦੇ ਦਿਓ ਜ਼ਮਾਨਤ ਲਾਉਣੀ ਆ ਅਤੇ ਵਕੀਲ ਤਾਂ ਮੂੰਹ 70,000 ਲੱਗੂਗਾ 1,00,000 ਰੁਪਈਆ ਲੱਗੂਗਾ ਕਿੱਥੋਂ ਦੇਵਾਂਗੇ ਬਾਈ ਅਤੇ ਜੇ ਉਹ ਅਸੀਂ ਸੇਵਾ ਵਾਲੇ ਪੈਸਿਆਂ 'ਚੋਂ ਕੱਢ ਕੇ ਜਾਂ ਵਿਆਜ 'ਤੇ ਚੱਕ ਕੇ ਤੁਹਾਨੂੰ ਪਤਾ ਅਸੀਂ 3,50,000 ਰੁਪਈਆ ਵਿਆਜ 'ਤੇ ਚੱਕ ਕੇ ਕੇਸਾਂ 'ਤੇ ਲਾਇਆ 50,000 ਰੁਪਈਆ ਵਿਆਜੂ ਫੜ ਕੇ ਰਣਜੀਤ ਸਿੰਘ ਦੀ ਜ਼ਮਾਨਤ ਲਾਈ ਹੈ ਬੁਲਟ ਸਾਡੇ ਤੋਂ ਹਜੇ ਨਹੀਂ ਛਡਾਇਆ ਗਿਆ 3-3 ਮਹੀਨੇ ਸਾਡੀਆਂ ਗੱਡੀਆਂ ਥਾਣਿਆਂ 'ਚ ਖੜੀਆਂ ਰਹਿੰਦੀਆਂ ਅਤੇ ਇਹ ਬੰਦੇ ਕਹਿੰਦੇ ਹਿਸਾਬ ਦਿਓ ਬਾਬਾ ਬਖਸ਼ੀ ਸਿੰਘ ਨੇ ਕਿਹਾ ਸੀ ਸਿਰ ਤਲੀ 'ਤੇ ਰੱਖ ਕੇ ਆ ਜਾਣ ਅਤੇ ਹਿਸਾਬ ਦੇ ਦੇਵਾਂਗੇ ਹਿਸਾਬ ਦਾ ਕੀ ਹਿਸਾਬ ਲੈ ਲਓ ਅਸੀਂ ਕਦੋਂ ਕਹਿੰਦੇ ਹਿਸਾਬ ਨਾ ਲਓ ਸਾਡੇ ਸਿੰਘਾਂ ਦਾ ਹਿਸਾਬ ਦੇ ਦਿਓ ਸਾਡੇ ਸਿੰਘ ਨੂੰ 11 ਮਹੀਨੇ ਦੀ 23 ਤਰੀਕ ਨੂੰ 1 ਸਾਲ ਹੋ ਜਾਣਾ ਜੇਲ੍ਹ 'ਚ ਭੇ ਗਏ ਨੂੰ ਅਤੇ ਸਾਨੂੰ ਕਹਿੰਦਾ ਪਤਾ ਨਹੀਂ ਕਿਹਨੇ ਫੜਾਇਆ ਕੀ ਚੱਕਰ ਸੀਗਾ ਸਾਨੂੰ ਸਭ ਪਤਾ ਅਤੇ ਕੀ ਸਿੱਖਾਂ ਨੂੰ ਇਹ ਨਹੀਂ ਆਉਂਦੀ ਕਦੇ ਕਦੇ ਬੰਦਾ ਆਇਆ ਸਾਡੇ ਕੋਲ ਵੀ ਅੰਮ੍ਰਿਤਪਾਲ ਸਿੰਘ ਤੁਹਾਡਾ ਬੰਦਾ ਸਾਲ ਹੋ ਗਿਆ ਜੇਲ੍ਹ 'ਚ ਉਹਦਾ ਛੱਡੋ ਯਾਰ ਦੂਜੇ ਬੰਦਿਆਂ ਦੀਆਂ ਪੈਰਵਾਈਆਂ ਕੀਤੀਆਂ ਜਿਹੜੇ ਬੰਦੇ ਸਾਡੇ ਟੱਚ 'ਚ ਹੀ ਨਹੀਂ ਸੀ ਅਸੀਂ ਤਾਂ ਯਾਰ ਉਹ ਬੰਦਿਆਂ ਨੂੰ ਜਿਹਨਾਂ ਨੂੰ ਫੇਸ ਟੂ ਫੇਸ ਨਹੀਂ ਮਿਲੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਪੈਸੇ ਦੇ ਤੇ ਯਾਰ ਵੀ ਤੁਸੀਂ ਕੇਸ ਲੜੋ ਕਿਹੜੇ ਹਿਸਾਬ ਦੀ ਸਿੱਖ ਕੌਮ ਹਿਸਾਬ ਦੀ ਗੱਲ ਕਰਦੀ ਹੈ ਅਸੀਂ ਅੱਜ ਤਰੀਕ ਹੈਗੀ ਆ 2 ਅਕਤੂਬਰ 2022 2018 ਦੇ ਵਿੱਚ ਅਗਸਤ 'ਚ ਪੈਸੇ ਆਉਣੇ ਸ਼ੁਰੂ ਹੋਏ ਸੀ ਉਸ ਤਰੀਕ ਤੋਂ ਲੈ ਕੇ ਅੱਜ ਤੱਕ ਕਿਸੇ ਬੰਦੇ ਨੇ 1 ਰੁਪਈਆ ਵੀ ਦਿੱਤਾ ਉਹ ਮੈਨੂੰ ਤਰੀਕ ਦੱਸ ਦੇਣ ਤੇ ਮੈਂ ਉਹਨਾਂ ਨੂੰ ਹਿਸਾਬ ਦੇ ਦੂੰਗਾ ਵੀ ਮੈਂ ਤੁਹਾਡੇ ਪੈਸੇ ਇੱਥੇ ਲਾਏ ਆ ਪਤਾ ਕਰ ਲਓ ਸਾਰਾ ਹਿਸਾਬ ਤਾਂ ਮੈਂ ਕਹਿੰਦਾ A to Z ਬਾਈ ਜੀ ਪੁਲਿਸ ਨੂੰ ਹਿਸਾਬ ਦਿੱਤਾ ਇੱਕ ਇੱਕ ਪੈਸੇ ਦਾ ਹਿਸਾਬ ਦਿੱਤਾ ਹੋਇਆ ਤੁਸੀਂ ਮੈਨੂੰ ਦੱਸ ਦਿਓ ਗੱਡੀਆਂ ਦੀ ਗੱਲ ਕਰਨਗੇ ਅਤੇ ਹਿਸਾਬ ਲੈ ਲਓ ਬਾਈ ਗੱਡੀਆਂ ਦਾ ਦੇ ਦਾਂਗੇ ਯਾਨੀ ਕਿ ਤੁਸੀਂ ਇਹ ਮੰਨਦੇ ਹੋ ਕਿ ਸੇਵਾ ਵਾਸਤੇ ਤੁਹਾਡੇ ਕੋਲ ਪੈਸੇ ਆਉਂਦੇ ਨੇ ਜੋ ਗੱਡੀਆਂ ਨੇ ਸੇਵਾ ਵਾਸਤੇ ਆਈਆਂ ਹੋਈਆਂ ਨੇ ਹਾਂਜੀ ਬਾਈ ਘਰ ਵੇਚ ਕੇ ਤਾਂ ਲਾ ਹੀ ਨਹੀਂ ਸਕਦੇ ਘਰ ਤਾਂ ਹੁਣ ਮਹਾਰਾਜ ਦੀ ਕਿਰਪਾ ਹੋਈ ਆ ਡੈਡੀ ਨੇ ਹੁਣ ਥਾਂ ਲੈ ਕੇ ਘਰ ਪਾਇਆ ਮਾੜਾ ਮੋਟਾ ਪਲਾਸਤਰ ਪਲੂਸਤਰ ਉਹ ਕਰਾ ਹੋਇਆ ਪਿੱਛੇ ਜੇ ਮਸਾਂ ਉਹਨਾਂ ਨੇ ਗੇਟ ਗ੍ਰਿਲਾਂ ਲਵਾਈਆਂ ਸੀਗੀਆਂ ਪਰਿਵਾਰ ਨਹੀਂ ਕਹਿੰਦਾ ਕਿ ਘਰ ਪਰਿਵਾਰ ਦੇਖੋ ਆ ਕੇ ਮੈਂ 2 ਸਾਲ ਪਿੰਡ ਹੀ ਨਹੀਂ ਆਇਆ ਗਾ
मैं मई आह जिहड़े हुण 2005 मई 5 तरीक नूं घरे आया सारे नूं दस के आया घरे रहा करना ते घरे तां मेला लग जांदा सी केस इन्ने आउंदे आ जमीनां नप्पियां गईआं कुड़ियां दे रौले आ कुड़ी दा विआह करना वा फलाने ने साडे नाल ओह करता कुड़ी छेड़ती इह हो गिआ बंदे ने पग लाती साडी ते उहदे विच ही बंदे दूजे आ गए मारन वाले हमला होया हो जाना सीगा जो सानू पता लग गया संघ ने इशारा करता भी बई ये काम करूगा अदे कोले हथियार आ क्यों नहीं असीं बोले पता क्यों भी मेरी माँ कल्ली घरे आ कितें उहनूं ना पता लग गया मेरे मुंडे नूं कोई मारन फिरदा उदों बाद असीं घरे मीटिंग करन ही हट गए छड्डो खड़ा यार किसी का भला करदे करदे आपदा ना कदे बोता बवाल गए मौत का डर नहीं हैगा भंग दे भाणे ना जावड़ कितें लेखे लूखे लग जे ना उहदा सुआद वखरा वा पर जिवें जिहड़े सोशल वैलफेयर करदे ने उन्हां दे उत्ते अक्सर जिवें इल्जामबाजी हुंदी है वी ये फायदा लै जांदे ने अपना तुहाडे नाल कोई इदां होया कि तुहाडे नाल कोई बंदा आया होवे सोशल वैलफेयर दे विच उहने तुहाडे तों कदे कोई फायदा लैता होवे ये अक्सर ही सारिआं नाल हुंदा बई बंदे कई मिले आ जिंदगी दे विच ते ये कुदरती हुंदा इह तां सारे ही हुंदे कौन कौन जिहड़ा बई हुण छड्ड खड़ा यार ओह कहना कोई 100 कम्मां दे विच इक ओह वी तां पंथ दा चज दा करदे ही होणगे हैगे बथेरे वड्डे वड्डे बंदे यार ਬੁੱਤ ਵਾਲੇ ਕੇਸ ਦੇ ਵਿੱਚ ਸਰਕਾਰ ਨਾਲ ਸੈਟਿੰਗ ਕਰਾਉਣ ਵਾਸਤੇ ਸਾਡੇ ਨਾਲ ਅੰਦਰ ਬੰਦੇ ਗਏ ਸੀ ਕਹਿੰਦੇ ਘੁੰਮਦੇ ਬੰਦੇ ਆ ਤੂੰ ਸਾਡਾ ਪੁੱਤ ਆ ਬੈਠ ਇੱਥੇ ਸਾਡੇ ਕੋਲੇ ਸੁਪਰਡੈਂਟ ਬੈਠਾ ਕੋਲੇ ਜੇਲਰ ਤੂੰ ਉਧਰੋਂ ਆਇਆ ਮੈਂ ਬਾਣਾ ਪਾਇਆ ਮੇਰੇ ਬੈਠੇ ਮੈਂ ਕਿਹਾ ਵੀ ਮੈਂ ਨੀ ਤੁਹਾਨੂੰ ਜਾਣਦਾ ਤੁਸੀਂ ਕੌਣ ਆ ਚੱਲ ਕੋਈ ਨਾ ਪੁੱਤ ਵੀ ਹੁੰਦਾ ਹੀ ਰਹਿੰਦਾ ਕੋਈ ਨਾ ਬਹੁਤ ਸੋਹਣਾ ਕੰਮ ਕੀਤਾ ਤੇ ਆ ਇੱਥੇ ਸੈਨ ਕਰਦੇ ਤੇ ਆਪਾਂ ਸਰਕਾਰ ਤੋਂ ਮਾਫ਼ੀ ਮੰਗਣੀ ਸਮਾਂ ਆਉਣ ਤੇ ਦੱਸ ਦਿਆਂਗੇ ਜਦੋਂ ਦੱਤ ਥਾਣੇ ਦੀ ਕੱਢ ਲਏ ਤੇ ਉਦੋਂ ਦੱਸਾਂਗੇ ਵੀ ਸਰਕਾਰ ਤੋਂ ਮਾਫ਼ੀ ਮੰਗਾਉਣ ਤੁਸੀਂ ਸਾਡੇ ਕੋਲੇ ਆਏ ਸੀ ਤੇ ਤੁਸੀਂ ਕਹਿੰਦੇ ਸੀ 50 ਲੱਖ ਲੈ ਲਾ ਕਰੋੜ ਲੈ ਲਾ ਤੇ ਸਾਡਾ ਉਦੋਂ ਜਵਾਬ ਪਤਾ ਕੀ ਸੀ ਵੀ ਬੁੱਤ ਚੱਕਤੇ ਕਿ ਨਹੀਂ ਚੱਕਤੇ ਉਹ ਕਹਿੰਦੇ ਵੀ ਨਹੀਂ ਮੈਂ ਕਿਹਾ ਚੱਡੇ ਪੜਵਾਏ ਹੋਏ ਆ ਪੁਲਿਸ ਨੇ ਚੱਕ ਕੇ ਸਵਾਲ ਜਵਾਬ ਨਹੀਂ ਮੇਰੇ ਨਾਲ ਕੀਤਾ ਜਦੋਂ ਅੰਮ੍ਰਿਤਸਰ ਦੀ ਪੁਲਿਸ ਨੇ ਕੁੱਟਿਆ ਨਾ ਮੈਨੂੰ ਸ਼ਰਾਬ ਪੀ ਕੇ ਕੁੱਟਿਆ 5-6 ਬੰਦਿਆਂ ਨੇ ਕੁੱਟਿਆ ਉਹਦੇ ਵਿੱਚੋਂ 4 ਅੰਮ੍ਰਿਤਧਾਰੀ ਬੰਦੇ ਸੀ ਉਹਨਾਂ ਨੇ ਕੁੱਟਿਆ ਪਹਿਲੋਂ ਕੁੰਡਾ ਰਾਦੋ ਕੁੰਡਾ ਵੱਡਾ ਹਾਲ ਹੁੰਦਾ ਵਾ ਇਹ ਮੇਰਾ ਰਿਮਾਂਡ ਲਿਖਿਆ ਵੀ ਆ ਲਿਖਤੀ ਰੂਪ ਦੇ ਵਿੱਚ ਲਾ ਇੱਕ ਸ਼ਹਿਰਾਂ ਲਾ ਦੇ ਬਾਣਾ ਲਾਓ ਜੇ ਨਹੀਂ ਲਾਉਂਦਾ ਪਾੜ ਕੇ ਛੱਡ ਦਿਉ ਇਹਦੇ ਪੱਗ ਜੀ ਲਾ ਕੇ ਮਾਰੋ ਇਹਦੀ ਪਰੇ ਉਦੋਂ ਵੀ ਮੇਰੀ ਇਹੀ ਸੀਗੀ ਵੀ ਕੁੱਟ ਜਿੰਨਾ ਮਰਜ਼ੀ ਲਿਓ ਇਹਨਾਂ ਨੂੰ ਮੈਂ ਆਪਦੇ ਹਿਸਾਬ ਨਾਲ ਲਾਊਂਗਾ ਲਾ ਕੇ ਕਾਊਂਟਰ 'ਤੇ ਰੱਖਿਆ ਅਤੇ ਨੰਗਾ ਕਰਕੇ ਉਹਨਾਂ ਨੇ ਟਕਾ ਕੇ ਚੱਡੇ ਪਾੜ ਕੇ ਉੱਥੋਂ ਤੋਰਿਆ ਸੀ ਅਤੇ ਮੈਂ ਮਾਫ਼ੀਨਾਮਾ ਲਿਖਦਾ ਸਰਕਾਰ ਨੂੰ ਅਤੇ ਮੈਂ ਤਾਂ ਇਹ ਸੋਚਦਾ ਵੀ ਬਾਹਰ ਕਦੋਂ ਆਈਏ ਅਤੇ ਦੂਜੀ ਗੱਲ ਮੈਂ ਉਹਨਾਂ ਨੂੰ ਇਹ ਗੱਲ ਕਹਿਤੀ ਵੀ ਭਾਈ ਸਾਹਿਬ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਇਹ ਨਿਬੜਾਂਗੇ ਵੀ ਤੁਸੀਂ ਪਾ ਕੇ ਗਾਤਰੇ ਸਾਡੇ ਨਾਲ ਸਮਝੌਤਾ ਕਰਾਉਣਾਗੇ ਨਾ ਸਰਕਾਰ ਦਾ ਵੀ ਇਹ ਪੈਸਿਆਂ ਦੀ ਗੱਲਬਾਤ ਕੀਤੀ ਆ ਅਤੇ ਤੁਸੀਂ ਜਾ ਕੇ ਉਹਨਾਂ ਨੂੰ ਇਹ ਸੁਨੇਹਾ ਦੇ ਦਿਉ ਜਿਨ੍ਹਾਂ ਦੇ ਦੱਲੇ ਆ ਤੁਸੀਂ ਵੀ ਸਾਡੇ ਜਮਾਨਤ ਹੋਣ ਤੋਂ ਪਹਿਲਾਂ ਬੁੱਤ ਚੱਕੇ ਹੋਣੇ ਚਾਹੀਦੇ ਆ ਅਤੇ ਨਹੀਂ ਸਾਥੋਂ ਜੋ ਸਰਿਆ ਸੀ ਤਾਂ ਕਰਾਂਗੇ ਜ਼ਿੰਦਗੀ 'ਚ ਅਤੇ ਫਿਰ ਬੁੱਤ ਚੱਕੇ ਨਹੀਂ ਗਏ ਠੀਕ ਆ ਨਾ ਗੱਲ ਲੋਕਾਂ ਨੇ ਕਹਿਣੀ ਆ ਬਾਈ ਕਹਿ ਮੂੰਹ ਹੀ ਆ ਹਲਾ ਦੇਣੀ ਜਮਾਨਤ ਲੈ ਬੁੱਤੀ ਸੀਗੇ ਕਿੱਡੀ ਕੁ ਮੱਲ ਮਾਰਤੀ ਬੁੱਤ ਨਹੀਂ ਸੀਗੇ ਉਹ ਸਿੱਖ ਕੌਮ ਦਾ ਇਤਿਹਾਸ ਖਰਾਬ ਕਰੀ ਜਾਂਦੇ ਸੀ ਉਹ ਸ਼ਹੀਦਾਂ ਦਾ ਸਥਾਨ ਗੁਰੂ ਰਾਮਦਾਸ ਮਹਾਰਾਜ ਦੀ ਉਹ ਪਵਿੱਤਰ ਧਰਤੀ ਤਿੰਨ ਚਾਰਾਂ ਦੀ ਬਣਾਤੀ ਸੀ ਇਤਿਹਾਸ 'ਚ ਇਹਨਾਂ ਨੇ ਠੀਕ ਆ ਨਾ ਜੇ ਅਸੀਂ ਗਲਤ ਸੀ ਤਾਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਦਾ ਗਲਤ ਝੂਠ ਆ ਉਹ ਇਤਿਹਾਸ ਜੇ ਅਸੀਂ ਗਲਤ ਆ ਤਾਂ ਅਤੇ ਜੇ ਉਹ ਸਹੀ ਆ ਤਾਂ ਫਿਰ ਕਹੋ ਅਸੀਂ ਉਹ ਇਤਿਹਾਸ ਦੁਹਰਾਇਆ ਚਾਹੇ ਮੂਰਤੀਆਂ ਭੰਨੇ ਦਾ ਨਚਾਰ ਹੀ ਆ ਨੱਚਣ ਵਾਲੀਆਂ ਹੀ ਮਾਰੀਆਂ ਅਤੇ ਉਹਨਾਂ ਨੂੰ ਤਾਂ ਨੱਚਣ ਵਾਲੇ ਦੇ ਨਾਚੀਆਂ ਦੇ ਉਹ ਗਲ ਲਾਏ ਸੀ ਨਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਠੀਕ ਆ ਫਿਰ ਇਹਦੇ ਵਿੱਚ ਬਈ ਬਹੁਤ ਗੱਲਾਂ ਬੰਦੇ ਨੇ ਮੂੰਹ ਹੀ ਹਿਲਾਉਣਾ ਹੁੰਦਾ ਲੈ ਵੱਡਾ ਆਇਆ ਸੀਗਾ ਅਤੇ ਉੱਥੇ ਲਿਖਿਆ ਆ ਸਿੱਖ ਕੌਮ ਜਾਂਦੀ ਆ ਬਦਲਾ ਲਊਗੀ ਦਿੱਲੀ ਕਿੰਨਾ ਕੁ ਸੌਖਾ ਲਿਖਣਾ ਉਹ ਬੰਦਿਆਂ ਦੀ ਕੰਧ 'ਤੇ ਉਸ ਧਰਤੀ ਦੀ ਕੰਧ 'ਤੇ ਜਿਹੜੀ ਸਿੱਖਾਂ ਨੂੰ ਜਰਦੀ ਨਹੀਂ ਉਹਦਾ ਨਾਂ ਹੈਗਾ ਦਿੱਲੀ ਅਤੇ ਦਿੱਲੀ ਨੇ ਅਕਾਲ ਤਖ਼ਤ ਸਾਹਿਬ 'ਤੇ ਟੈਂਕ ਚਾੜੇ ਹੋਏ ਆ ਉੱਥੇ ਜਾ ਕੇ ਇੱਕ ਅੰਮ੍ਰਿਤਧਾਰੀ ਬੰਦਾ ਇਹ ਗੱਲ ਲਿਖ ਦੇਵੇ CRP ਲੱਗੇ ਤੋਂ ਪੁਲਿਸ ਲੱਗੇ ਤੋਂ ਕੋਲਾ ਚੱਕ ਕੇ ਸਿਆਲਾਂ ਦੇ ਦੇਣਾ ਪੁਲਿਸ ਵਾਲੇ ਬੈਠੇ ਵਿੱਚ ਉਹਨਾਂ ਦੇ ਇੱਕ ਪੁਲਿਸ ਕੁੜੀ ਵੀ ਸੀ ਅਤੇ ਪੁਲਿਸ ਵਾਲੇ ਉਹਦੇ ਵਿੱਚ ਫੌਜੀ ਵੀ ਸੀ
ਉਹਨਾਂ ਦੀ ਅੱਗ ਸੇਕਦਿਆਂ ਦੇ ਵਿੱਚੋਂ ਕੋਲਾ ਚੱਕ ਕੇ ਉਹਨਾਂ ਦੇ ਸਾਹਮਣੇ ਕੰਧ 'ਤੇ ਸਿੱਖ ਕੌਮ ਜਾਂਦੀ ਆ ਬਦਲਾ ਲਊਗੀ ਜਦੋਂ ਲਿਖਿਆ ਅਤੇ ਮੈਨੂੰ ਪੁਲਿਸ ਵਾਲੇ ਨੇ ਪੁੱਛਿਆ ਵੀ ਇਹ ਕੀ ਲਿਖ ਚੱਲੇ ਹੋ ਅਤੇ ਥੱਲੇ ਮੈਂ ਭਿੰਡਰਾਲਾ ਲਿਖਿਆ ਸੀ ਮੈਂ ਕਿਹਾ ਤਾਂ ਪੜ੍ਹ ਲਏਗਾ ਨਾ ਉਹਨੇ ਸਾਹਮਣੇ ਲਿਖ ਕੇ ਆਏ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਬਾਈ ਸਟੇਟਮੈਂਟ ਦਿੱਤੀ ਆ ਉਹਨਾਂ ਨੇ ਅਤੇ ਆਪ ਮਹਾਰੇ ਬਣੇ ਹੋਏ ਕੌਮ ਦੇ ਲੀਡਰ ਮਾਨ 3 ਮਹੀਨੇ ਭਗੌੜਾ ਰੱਖਿਆ ਇਹਨੇ ਮੈਨੂੰ ਬਾ ਕਰਦਿਆਂ ਗੱਲ ਜਮਾਨਤ ਲੱਗ ਗਈ ਰਿਜੈਕਟ ਹੋ ਗਈ ਉਹ ਹੋ ਗਿਆ ਡੱਕਾ ਨਹੀਂ ਕੀਤਾ 50,000 ਰੁਪਇਆ ਲੈ ਗਏ ਅਤੇ ਇੱਕ ਭੈਣ ਨਾਲ ਗੱਲਬਾਤ ਕੀਤੀ ਅਤੇ 50,000 ਉਹਨੇ ਲਿਆ ਦਿੱਤੇ ਤੀਜੇ ਦਿਨ ਸਾਰੀ ਜਮਾਨਤ ਹੋ ਗਈ ਨਾਰਾਜ਼ਗੀ ਹੈ ਕਾਫੀ ਤੁਹਾਡੀ ਉਹਨਾਂ ਦੇ ਨਾਲ ਮਾਨ ਸਾਹਿਬ ਉਹਨਾਂ ਦੇ ਨਾਲ ਯਾਰ ਬਾਈ ਕਦੇ ਵੀ ਦੁਸ਼ਮਣ ਸਾਨੂੰ ਮਾਰ ਨਹੀਂ ਸਕਦੇ ਦਿੱਲੀ ਸਾਨੂੰ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੀ ਜਿੱਦੇ ਖਤਮ ਹੋਏ ਸਾਨੂੰ ਸਿੱਖਾਂ ਨੇ ਕਰਨਾ ਜਿਵੇਂ ਉਹਨਾਂ ਦੇ ਨਾਲ ਚੋਣਾਂ ਲੜੀਆਂ ਨੇ ਜਾਂ ਭਵਿੱਖ ਦੇ ਵਿੱਚ ਜਿਵੇਂ ਹੁੰਦਾ ਕਿ ਮਿਸਲਾਂ ਦੇ ਵੇਲੇ ਵੀ ਸਿੰਘਾਂ ਦੇ ਵਿੱਚ ਰਿਹਾ ਕਿ ਮਨ ਮਟਾਪ ਰਹੇ ਨੇ ਪਰ ਪੰਥ ਦੇ ਲਈ ਜਦੋਂ ਗੱਲ ਆਉਂਦੀ ਸੀ ਤਾਂ ਇੱਕ ਹੋ ਕੇ ਚੱਲ ਪੈਂਦੇ ਸੀ ਤਾਂ ਹੋ ਸਕਦਾ ਕਿ ਕਈ ਥਾਵਾਂ ਦੇ ਉੱਤੇ ਤੁਹਾਡੇ ਮਤਭੇਦ ਉਹਨਾਂ ਦੇ ਨਾਲ ਹੋਏ ਹੁਣ ਮਨ ਮਟਾਪ ਰਹੇ ਹੁਣ ਪਰ ਕੀ ਭਵਿੱਖ ਦੇ ਵਿੱਚ ਜਿਵੇਂ ਉਹਨਾਂ ਦੇ ਨਾਲ ਪਹਿਲਾਂ ਤੁਸੀਂ ਚੋਣਾਂ ਲੜੀਆਂ ਨੇ ਕੀ ਭਵਿੱਖ ਦੇ ਵਿੱਚ ਇੱਕ ਹੋ ਸਕਦੇ ਹੈ ਜਾਂ ਇਕੱਠੇ ਹੋ ਕੇ ਚੱਲ ਸਕਦੇ ਨੇ ਕਦੇ ਵੀ ਨਹੀਂ ਹੋ ਸਕਦਾ ਕਦੋਂ ਮਰੂਗਾ ਤੇ ਪੰਥ ਦਾ ਖੜਾ ਛੁੱਟੂਗਾ ਲੋਹੇ ਤੇ ਲਕੀਰ ਆ ਇਹ ਗੱਲ ਹੱਡੀ ਹੰਡਾਲਿਆ ਬੀਤੀ ਹੋਈ ਆ ਕਿਸੇ ਦੀ ਸੁਣੀ ਨਹੀਂ ਕੀਤੀ ਛੱਡੋ ਯਾਰ ਮੈਂ ਉਹਨਾਂ ਦੀ ਪਾਰਟੀ ਵੱਲੋਂ ਵੋਟਾਂ ਲੜੀਆਂ ਸੀ ਕੌਮ ਦਾ ਲੀਡਰ ਤਾਂ ਉਹਨੂੰ ਲੋਕ ਮੰਨਦੇ ਆ ਨਾ ਤੇ ਮੇਰੇ ਤੇ ਕੇਸ ਪਿਆ ਸੀ ਜਾ ਕੇ ਮੈਂ ਇੰਨਾ ਹੀ ਕਿਹਾ ਸੀ ਵੀ ਮੈਨੂੰ ਸਲਾਹ ਦੇ ਦਿਓ ਕੋਈ ਵੀ ਬੰਦਾ ਕਹਿ ਦੇਵੇ ਯਾਰ ਸਬੂਤ ਦੇ ਦੇਵੇ ਮੇਰੇ ਕੋਲ ਵੀਡੀਓ ਬਣੀ ਆ ਸਤਨਾਮ ਸਿੰਘ ਹਜ਼ੂਰ ਸਾਹਿਬ ਵਾਲਾ ਵੀਡੀਓ ਬਣਾਈ ਜਾਂਦਾ ਸੀ ਰਿਕਾਰਡ ਹੋਇਆ ਉਹਦੇ 'ਚ ਹਜੇ ਤੱਕ ਪਈ ਆ ਬਾਬਾ ਬਖਸ਼ੀਸ਼ ਸਿੰਘ ਨੂੰ ਦਿਖਾਈ ਹੋਈ ਆ ਹੋਰ ਕਿਸੇ ਨੂੰ ਦਿਖਾਈ ਨਹੀਂ ਇਹਨਾਂ ਨੂੰ ਫੋਟੋ ਭੇਜੀ ਆ ਜਾਣ ਕੇ ਉਹ ਕਹਿੰਦਾ ਤੁਹਾਨੂੰ ਨਿਭਾਉਣਾ ਦਿਆ ਕਰਕੇ ਤੇ ਮੈਂ ਕਿਹਾ ਫਿਰ ਮੇਰੇ ਨਾਂ 'ਤੇ ਵੀਡੀਓ ਕਿਉਂ ਪਾਈ ਹੈ ਤੁਸੀਂ ਇੰਟਰਵਿਊ ਕਿਉਂ ਦਿੱਤੀ ਹੈ ਵੀ ਅੰਮ੍ਰਿਤਪਾਲ ਸਿੰਘ ਸਾਡੇ ਵੱਲੋਂ ਗਿਆ ਸੀ ਜੇ ਤੁਸੀਂ ਮਾਣ ਕਰਦੇ ਤੁਹਾਡੇ ਵੱਲੋਂ ਗਿਆ ਸੀ ਸਲਾਹ ਦਿਓ ਮੈਂ ਨਿਕਲਾਂ ਕਿਵੇਂ ਇਸ ਕੇਸ 'ਚ ਅਤੇ ਮੈਂ ਫਿਰ ਮੁੜ ਕੇ ਪ੍ਰਧਾਨ ਸੀਗਾ ਮੀਆਂਪੁਰ ਮੈਂ ਕਿਹਾ ਯਾਰ ਮੇਰੇ ਨਾਲ ਤਾਂ ਮਾਣ ਨੇ ਸਿੱਧੇ ਮੂੰਹ ਗੱਲ ਨਹੀਂ ਕੀਤੀ ਤੂੰ ਹੀ ਪੁੱਛ ਲਾ ਅਤੇ ਉਹ ਕਹਿੰਦੇ ਮਾਂ ਸਾਹਿਬ ਵਕੀਲ ਦਾ ਨੰਬਰ ਦੇ ਦਿਓ ਅਤੇ ਉਹ ਕਹਿੰਦੇ ਤੁਹਾਡੇ ਟੱਟੀ ਵਾਲੇ ਹੱਥ ਨਾਲ ਧੋਤਿਆ ਕਰਕੇ ਅਤੇ ਫਿੱਟੇ ਮੂੰਹ ਯਾਰ ਇਹੋ ਜਿਹੇ ਲੀਡਰ 'ਤੇ ਅਸੀਂ ਕੀ ਚੱਟਣਾ ਜਦੋਂ ਸਾਰਾ ਕਿਸੇ ਦਾ ਕੋਈ ਦੇਣਾ ਨਹੀਂ ਗਾ ਕਿ ਅਤੇ ਜੇ ਐਵੇਂ ਜੀ ਕਰੀ ਜਾਣੀ ਬਾਈ 1984 ਤੋਂ ਲੈ ਕੇ 1995 ਤੱਕ ਸਿੱਖ ਸੰਘਰਸ਼ ਦੇ ਵਿੱਚ ਕਿੰਨੇ ਪਰਿਵਾਰ ਉਜੜੇ ਆ ਸ਼ਹੀਦ ਕਰ ਦਿੱਤੇ ਗਏ ਭੈਣਾਂ ਦੀ ਨੌਜਵਾਨ ਧੀਆਂ ਦੀ ਬੇਪਤੀ ਹੋਈ ਆ ਨੌਜਵਾਨ ਮੁੰਡਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਸਾਡੇ ਬਜ਼ੁਰਗ ਲਾਪਤਾ ਹੋ ਗਏ ਜੰਮਦੇ ਬੱਚੇ ਕੁੱਖਾਂ 'ਚੋਂ ਲੱਤਾਂ ਮਾਰ ਮਾਰ ਗਰਭਵਤੀ ਭੈਣਾਂ ਨੇ ਉਹਨਾਂ ਨੇ ਮਾਰੇ ਆ ਗੌਰਮੈਂਟ ਨੇ ਉਹਨਾਂ ਦੀ ਲਿਸਟ ਕਿਉਂ ਨਹੀਂ ਜਾਰੀ ਕੀਤੀ ਮਾਨ ਨੇ ਵੀ ਬਾਹਰਲੇ ਐਨ ਆਰ ਆਈ ਉਹਨਾਂ ਦੀ ਸਿੱਧੀ ਮਦਦ ਕਰ ਸਕਣ ਕਿਉਂ ਐਨ ਆਰ ਆਈਆਂ ਨੂੰ ਲੱਭਣੇ ਪੈਂਦੇ ਸ਼ਹੀਦ ਪਰਿਵਾਰ ਕਿੱਥੇ ਰਹਿੰਦੇ ਸਾਡੇ ਵਰਗਿਆਂ ਨੂੰ ਕਿਉਂ ਧੱਕੇ ਖਾਣੇ ਪੈਣ ਕੌਮੀ ਲੀਡਰ ਸੀ ਨਾ ਇਹਨੇ ਤਾਂ ਹੱਡੀ ਹੰਢਾਲੀ 84 ਵੋਟਾਂ ਵੇਲੇ ਇਲੈਕਸ਼ਨ ਲੜਨ ਲਈ MLA MP ਦੇ NRI ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਫਰਾਂਸ ਦੁਬਈ ਵਰਗੇ ਦੇਸ਼ਾਂ ਤੋਂ ਪੈਸਾ ਮੰਗਾਇਆ ਜਾ ਸਕਦਾ ਵੋਟਾਂ ਲਈ ਅਤੇ ਚਲੋ ਖਾਂ ਮੇਰੇ ਨਾਲ ਧੀਆਂ ਵਿਆਹੁਣ ਵਾਲੀਆਂ ਪਈਆਂ ਖਾੜਕੂ ਸਿੰਘਾਂ ਦੀਆਂ ਚਲੋ ਮੇਰੇ ਨਾਲ ਖਾੜਕੂ ਨੌਜਵਾਨ ਜਿਹੜੇ ਮਾਰੇ ਗਏ ਉਹਨਾਂ ਦੇ ਮਾਵਾਂ ਦੇ ਇਲਾਜ ਕਰਾਉਣ ਵਾਲੇ ਪਏ ਆ ਸ਼ਹੀਦ ਭਾਈ ਦਾਰਾ ਸਿੰਘ ਸੰਤ ਚੰਦੋਕਲਾਂ ਤੋਂ ਨਿਕਲੇ ਸੀ ਨਾ ਸੰਤ ਬੰਬੇ ਤੋਂ ਆਏ ਸੀਗੇ ਅਤੇ ਭਾਈ ਦਾਰਾ ਸਿੰਘ ਸੀ ਨਾਲ ਸੰਤ ਦੇ ਡਰਾਈਵਰ ਆ ਸਰਚ ਕਰ ਲਓ ਸੰਤ ਦਾ ਡਰਾਈਵਰ ਕੌਣ ਸੀ ਉਹਨਾਂ ਦੀ ਪੋਤੀ ਦਾ ਵਿਆਹ ਆਹਲੇ ਮਹੀਨੇ ਅਤੇ 38,000 ਰੁਪਈਆ ਹੀ ਹੋਇਆ ਸੀ ਉਹ ਦਿੱਤਾ ਕੱਲਾ ਅਤੇ ਵਿਆਹ ਹਜੇ ਉਹਨਾਂ ਦੀ ਪੋਤੀ ਦਾ ਕਿਵੇਂ ਦਾ ਲੀਡਰ ਚਾਹੁੰਦੇ ਹੋ ਫਿਰ ਕੌਮ ਦੇ ਕੋਲ ਕਿਸ ਤਰ੍ਹਾਂ ਦਾ ਲੀਡਰ ਹੋਵੇ ਨਹੀਂ ਆਉਣਾ ਸੰਤ ਅਰਗ ਸੰਤ ਅਰਗ ਨਹੀਂ ਆਉਣਾ ਬੰਦੀ ਸਿੰਘ ਰਿਹਾ ਕਰੋ ਮਾਨ ਦਲ ਦੇ ਬੰਦੇ ਕਹਿੰਦੇ ਆ ਸਾਰੇ ਕਹਿੰਦੇ ਆ ਇਹ ਥੋੜ੍ਹਾ ਵੱਧ ਕਹਿੰਦੇ ਆ ਅਤੇ ਜਿਹੜੇ ਬੰਦੀ ਸਿੰਘ ਆ ਉਹ ਪਰੋਲ 'ਤੇ ਆਉਂਦੇ ਆ ਨਾ ਕਿਤੇ ਕਿਤੇ 15 ਦਿਨੀ ਮਹੀਨੇ 2 ਮਹੀਨੇ ਆ ਜਾਂਦੇ ਅਤੇ ਫਿਰ ਉਹਨਾਂ ਦਾ ਮੁਲਾਕਾਤ ਕਰਨ ਬਣ ਜਾਂਦੇ ਇਹ ਗੱਲ ਕਹਿੰਦੇ ਸਾਨੂੰ ਸੁਪਰੀਮ ਕੋਰਟ ਜਾਂ ਦੂਜੇ ਸੈਸ਼ਨ ਕੋਰਟ ਤੋਂ ਅਸੀਂ ਹਾਈ ਕੋਰਟ ਤੋਂ ਇਹ ਮੁਕੱਦਮਾ ਜਿੱਤੇ ਹੋਏ ਹਾਂ ਵੀ ਖਾਲਿਸਤਾਨ ਜਿੰਦਾਬਾਦ ਕਹਿ ਸਕਦੇ ਲਿਖ ਸਕਦੇ ਬੋਲ ਸਕਦੇ ਹਾਂ ਸਾਨੂੰ ਹੱਕ ਆ ਉਹ ਇਹਨਾਂ ਨੂੰ ਹੀ ਆ ਆਪਾਂ ਨੂੰ ਨਹੀਂ ਹੈਗਾ 6 ਜੂਨ ਜਿਹੜੀ ਲੰਘ ਗਈ ਆ ਬਹੁਤ ਹੀ ਦੂਰ ਨਾ ਜਾਈਏ 2022 ਦੀ ਜੂਨ ਅਕਾਲ ਤਖ਼ਤ ਸਾਹਿਬ ਤੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਦੇ ਆ ਇਹ ਆਉਂਦਾ ਤਾਂ ਲੱਗਦੇ ਆ ਇਹ ਹੈਗਾ ਤਾਂ ਲੱਗਦੇ ਆ ਜਦੋਂ ਇਹ ਚੜਿਆ ਜਾਂਦਾ ਉਦੋਂ ਬਾਅਦ ਜਿਹੜਾ ਲੱਗਦਾ ਉੱਤੇ ਪਰਚਾ ਹੋਇਆ ਕੰਧਾਂ ਦੇ ਉੱਤੇ ਲਿਖੇ ਗਏ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਸਰਕਾਰੀ ਨਹੀਂ ਸੀਗੇ ਉਹ
वह भी बंदे फड़े गए अंदर जेल कट्टी हुई उन्होंने नाल। चलो मान लो ये कहिंदा भी मैं नहीं उन्होंने तोरिया खालिस्तान जिंदाबाद लिखण नूं, पर थोड़े कोल एविडेंस तो हैगा ना भी खालिस्तान जिंदाबाद बोलण लिखण तो जकारा लाने के संबंध च परचा नहीं हो सकता। तो UAP केस च अंदर सीगे बंदे MP बने नूं 6 महीने हो गए, किन्ने बंदे छड़ाले खालिस्तान जिंदाबाद दे केस च, समझ गए? कदे भी इन्हां बंदे ने ना पैना, इन्हां तां पता ही नहीं है भी। चलो कोई इन्हां दी प्राप्ति होगी बई आपदा, इन्हां ने भी हंडाया होऊ संघर्ष ठीक आ, पर शायद मैं गलत होवां, पर मेरा मन तां इत्थे खड़ा भी इन्हां गल्लां दा बहुत बई सोचण वाली गल आ भी 1984 तों लैके 1995 दे संघर्ष तक कोई एक भैन का नाँ दस्या जाए जिदे हथी इन्होंने बाप बन के नंद कार्ज किए हो, असी कहने भी तू साडी भैन आ, असी तेरे नंद कार्ज करांगे। नहीं साडे तो लिस्ट लै लो, मेरी उम्र 28 साल, तो 28 साल तो वध कुड़ियां दे नंद कार्ज की लिस्ट लै जाओ, मेरी उम्र 28 साल, 28 साल तो वध वह परिवार की लिस्ट लै जाओ जिहड़े बंदे उन्होंने जेल च यार, असी जाके उन्होंने बहिंदे ही नहीं, रोटी नहीं खाते उन्होंने घर, तो उन्होंने यही कहने भी असी बैठे हाँ मरदे दम तक थोड़े नाल रहांगे। कोई एक घर जिहड़ा इन्होंने पवाता होवे, कोई एक भी उन्हां दा घर पुलिस ने कवर किया व्या, तो इन्होंने कहा भी पुलिस ने जो छड्डणगे ठीक है चलो अज तुहानूं असीं एक बैठक बना दिंदे आ, कोई एक बैठक वह भी छड्डो यार, नौजवान मुंडे कुड़ियां मारते उन्हां दे बजुर्ग रह गए पिंडां च लुक छिप के, तो उन्हां दा किसी एक बजुर्ग दा किसी दे कूड़ा पवाता होवे, किसी दा इलाज कराता होवे, किसी नूं दवाई दवाती होवे सिर दुखदे दी वी आ लै तूं खा लिया कर, कौमी लीडर नहीं बई ऐं करदे। तो हुण फिर तुहाडा जिहड़ा फ्यूचर प्लैन की है, जां किवें जिहड़ा काम आ करना चाहुंदे हो, जिहड़ा राह ते चल रहे हो, इसे लई ते चलना चाहुंदे हो, जां किस ढंग दे नाल जिवें तुसीं कह रहे हो लोकां दी जिहड़ी सेवा उह करनी आ, तो किवें करनी चाहुंदे हो, पंथ दी सेवा, कौम दी सेवा, जिहड़े सिंघां दी सेवा आ, जां जिहड़े जिहड़े खाड़कूवाद दे समें जिहड़े सिंघ शहीद होए ने उहनां दे परिवारां दे नाल किवें खड़ना चाहुंदे हो, फिर तुसीं की करना चाहुंदे हो? पहली गल तां इह क्लीयर आ वी असीं जतीम आ, जतीम उह हुंदे जिहदे सिर ते माँ प्यो नहीं हुंदा, तो माँ प्यो तीन तरह के होंगे, एक तो जन्म देने वाले, तो एक जो अमृत छक लें दसवें पातशाह माता साहब देवा, तीजा कौन आ, तीजा वह जिसे लड़ लग जाए वह भी माई बाप ही होंगे, जिमें असी गल कर लीए संतां की गल कर लीए वह साढ़े माँ प्यो, असी वह है नहीं, तो असी जतीम हो गए ना, जतीम हो बच्चे तो फिर उन्होंने तो जिन्ना कसरदा बई उन्ना की करते, मेरे लिए तो हिंदू मुसलिम सिख ईसाई इको जे आ, जिथे मैं लगता धक्का हो रहा वा तो आप उत्थे जाके खड़ जाने, समा ही दसूगा भी किहड़े राह नूं मुड़दी आ जिंदगी, निशाना पक्का कोई नहीं है। हाँ रेंदे सवासां तक जे कौमी घर बनाउण लई शहीदी मिल जाए तो उहदे तों पिछे नहीं हटांगे, उहदे लई कल भी तैयार सी ते अज भी तैयार आ, ते रेंदे दिना जिंदगी च तैयार ही रहांगे भी कोई हाँ होवे भी इस काम करन ਵੀ ਸਾਡਾ ਘਰ ਤੇ ਇੱਕ ਰਦਾ ਹੀ ਲੱਗ ਜੂਗਾ, ਜਿਹੜੇ ਸੰਤਾਂ ਨੇ ਕਿਹਾ ਸੀਗਾ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਤੇ ਉਸ ਨੀਂਹ ਦੇ ਉੱਤੇ ਜੇ ਇੱਕ ਇੱਟ ਲਾਉਣ ਜਿੰਨੀ ਵੀ ਸਾਡੀ ਕਾਤ ਹੋਈ ਵੀ ਜੇ ਤੂੰ ਅੰਮ੍ਰਿਤਪਾਲ ਸਿੰਘ ਸਿਰ ਦੇ ਦੇਂਗਾ ਤੇ ਉਸ ਸਾਡਾ ਕੌਮੀ ਘਰ ਬਣਨ ਲਈ ਤੇ ਤੇਰਾ ਸਿਰ ਲੱਗ ਜੂਗਾ ਤੇ ਗਾਂਹ ਰਦਾ ਤੁਰ ਪੂਗਾ, ਤੇ ਉਹ ਤਾਂ ਤਿਆਰ ਸੀਗੇ ਤਿਆਰ। ਹਾਂ ਲੋਕ ਜੋ ਮਰਜ਼ੀ ਕਹਿਣ ਆਪਾਂ ਨੂੰ ਥੋੜ੍ਹੀ ਫਿਕਰ ਆ ਬਾਈ, ਲੋਕਾਂ ਦੀਆਂ ਸੁਣਨੀਆਂ ਥੋੜ੍ਹੀ ਆਪਾਂ, ਠੀਕ ਆ। ਇਸ ਕਰਕੇ ਵੇਖੋ ਨਾ ਤਾਂ ਜਨੇਊ ਪਾਉਣ ਦਿੱਤਾ ਧੱਕੇ ਨਾ ਪਹਿਲੀ ਪਾਤਸ਼ਾਹੀ, ਅਤੇ ਨਾ ਲੈਣ ਦਿੱਤਾ ਸਿਰ ਲਵਾਤਾ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ। ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਵੀ ਹੋ, ਹੈ ਨਾ, ਉੱਥੇ ਤੁਸੀਂ ਜੋ ਆਪਣਾ ਲਿਖਿਆ ਉਹ ਸ਼ੇਅਰ ਕਰਦੇ ਹੋ, ਲਿਖਣ ਦਾ ਸ਼ੌਂਕ ਰੱਖਦੇ ਹੋ, ਕਦੋਂ ਤੋਂ ਲਿਖ ਰਹੇ ਹੋ? ਹਾਲਾਤ ਪੈਦਾ ਕਰ ਦਿੰਦੇ ਕਿਹੋ ਜਿਹੀ ਚੀਜ਼ ਲਿਖਣੀ ਹੈ, ਗਾਉਣ ਵਾਲੇ ਕਦੇ ਵੀ ਉਹੋ ਜਿਹੀਆਂ ਚੀਜ਼ਾਂ ਨਹੀਂ ਲੈ ਸਕਦੇ ਕਿ ਵੀ ਕਿਸੇ ਨੂੰ ਸਿੱਧੀ ਸੇਧ ਮਿਲ ਜੇ, ਇਸ ਕਰਕੇ ਜਿਵੇਂ ਜ਼ਿੰਦਗੀ 'ਚ ਬੀਤਦਾ ਤੇ ਉਸ ਹਿਸਾਬ ਨਾਲ ਲਿਖ ਲੁਖ ਲਈਦਾ ਮਾੜਾ ਮੋਟਾ। ਅੰਮ੍ਰਿਤਪਾਲ ਸਿੰਘ ਦੀ ਯਾਦ ਸ਼ਕਤੀ ਇੰਨੀ ਤੇਜ਼ ਕਿਉਂ ਆ ਕਿ ਤਰੀਕਾਂ ਵੀ ਯਾਦ ਨੇ, ਬਹੁਤ ਸਾਰੀਆਂ ਪੁਰਾਣੀਆਂ ਤਰੀਕਾਂ ਜਿਹੜੇ ਡੇਟ ਨੇ ਉਹ ਸਭ ਚੇਤੇ ਨੇ, ਜਿਹੜੀ ਕਦੋਂ ਕਿਸ ਨੇ ਕੀ ਕਿਹਾ ਇਹ ਵੀ ਚੇਤੇ ਆ, ਜਿਹੜੀ ਚੀਜ਼ ਹੱਡੀ ਹੰਢਾਲ ਗਈ ਉਹ ਕਦੇ ਨਹੀਂ ਭੁੱਲਦੀ ਹੁੰਦੀ, ਜਿਹੜੀ ਮੌਜ ਮਸਤੀ ਦੇ ਵਿੱਚ ਲੰਘ ਜੇ ਉਹ ਯਾਦ ਨਹੀਂ ਰਹਿੰਦੀ ਹੁੰਦੀ, ਮੌਜ ਮਸਤੀ ਦੇ ਵਿੱਚ ਲੰਘਿਆ ਵੇਲਾ ਮੈਨੂੰ ਯਾਦ ਨਹੀਂ ਹੈਗਾ, ਤੇ ਜਿਹੜੀਆਂ ਗੱਲਾਂ ਨੇ ਸੱਟਾਂ ਮਾਰੀਆਂ ਤੇ ਉਹ ਤਰੀਕਾ ਹੀ ਨਹੀਂ ਯਾਦ, ਉਹ ਸਮਾਂ ਵੀ ਯਾਦ ਆ। ਮੇਰੇ ਕੋਲੇ ਲੋਕ ਮੈਥੋਂ ਪੈਸੇ ਦਾ ਹਿਸਾਬ ਮੰਗਦੇ ਆ, ਮੇਰੇ ਕੋਲੇ ਜਿੰਨਾ ਚਿਰ ਗੱਡੀ ਨਹੀਂ ਸੀ ਉਨਾ ਟਾਈਮ ਮੈਂ ਕਿੰਨੀਆਂ ਬੱਸਾਂ ਤੇ ਚੜਿਆ, ਉਹ ਸਾਰੀਆਂ ਬੱਸਾਂ ਦੀਆਂ ਟਿਕਟਾਂ ਪਈਆਂ, ਮੈਂ
ਬੱਸਾਂ 'ਤੇ ਜਾ ਕੇ ਜੇ 1.5-2 ਕਿਲੋਮੀਟਰ ਕਿਸੇ ਪਿੰਡ ਜਾਂ ਕਿਸੇ ਉੱਥੇ ਜਾਣਾ ਨਾ ਬਸਤੀ ਦੇ ਵਿੱਚ ਸ਼ਹਿਰ 'ਚ, ਅਤੇ ਮੈਂ ਆਟੋ ਵੀ ਨਹੀਂ ਲੈਂਦਾ ਹੁੰਦਾ ਸੀ, ਉਦੋਂ ਤੁਰ ਕੇ ਜਾਂਦਾ ਹੁੰਦਾ ਸੀ। ਮੈਂ ਜਦੋਂ ਨਾਭੇ ਕਿਸੇ ਪਰਿਵਾਰ ਦੀ ਮਦਦ ਕਰਨ ਗਿਆ ਅਤੇ 3 ਕਿਲੋਮੀਟਰ ਇੱਕ ਪਿੰਡ ਮੈਂ ਤੁਰ ਕੇ ਗਿਆ ਸੀ ਅਤੇ ਤੁਰ ਕੇ ਉੱਧਰੋਂ ਆਇਆ ਸੀ। ਅਤੇ ਨਿੱਕੇ ਹੁੰਦਿਆਂ ਜਿਵੇਂ ਤੁਹਾਡਾ ਜਿਹੜਾ ਬਚਪਨ ਉਹ ਕਿਵੇਂ ਦਾ ਬੀਤਿਆ ਫਿਰ? ਬਚਪਨ ਆਹੀ ਸੀ ਬਸ, ਵੀ ਡੈਡੀ ਦਾ ਸੁਭਾਅ ਬਹੁਤ ਸਖਤ ਸੀਗਾ, ਖੇਡਾਂ ਕੁੱਡਾਂ ਲੈਣੀ ਕਿਤੇ ਜਾਇਆ ਜੂਆ ਗਿਆ। ਸ਼ੁਰੂ ਤੋਂ ਵਿੱਚੋਂ ਇਹੀ ਸੀ ਵੀ ਬਸ ਵੀ ਦੁਨੀਆਂ ਦੇ ਵਿੱਚ ਇੱਕ ਇਹੋ ਜਿਹੀ ਛਾਪ ਜ਼ਰੂਰ ਛੱਡਾਂਗੇ ਵੀ ਪਤਾ ਲੱਗੇ ਕੋਈ ਬੰਦਾ ਆਇਆ ਸੀ ਜੱਗ 'ਤੇ, ਅਤੇ ਹੋਰ ਕੋਈ ਨਿੱਕਾ ਮੋਟਾ ਨਿਸ਼ਾਨਾ ਜ਼ਿੰਦਗੀ 'ਚ ਕਦੇ ਰਿਹਾ ਨਹੀਂਗਾ। ਦਿਮਾਗ ਵੱਲੋਂ ਸ਼ੁਰੂ ਤੋਂ ਹੀ ਆਏ ਸੀ, ਕਿਉਂ ਧੱਕੇ ਬਹੁਤ ਜ਼ਿੰਦਗੀ 'ਚ ਖਾਧੇ ਹੋਏ ਬਾਈ, ਲੋਕ ਜਿਵੇਂ ਮਰਜ਼ੀ ਕਹੀ ਜਾਣ, ਅਤੇ ਪਰ ਆਪਦੀ ਜ਼ਿੰਦਗੀ 'ਚ ਬਹੁਤ ਕੁਛ ਕੀਤਾ। ਜਿਹੜੀ ਗੱਲ ਪੁਲਿਸ ਰਿਮਾਂਡ ਦੀ ਤੁਸੀਂ ਕਰਦੇ ਆ, ਵੀ ਉਦੋਂ ਮੈਨੂੰ ਨਾ ਇੱਕ ਦਿਨ ਇਹਨਾਂ ਨੇ ਪੁਲਿਸ ਵਾਲਿਆਂ ਨੇ ਨਾ ਇਹਨਾਂ ਨੇ ਕੀ ਕੀਤਾ, ਜਦੋਂ ਮੇਰੇ ਕੱਪੜੇ ਲਵਾ ਲਏ ਸਿਆਲਾਂ ਦੇ ਦਿਨ ਸੀ, ਅਤੇ ਫਰਸ਼ 'ਤੇ ਬਹਾ ਕੇ ਨਾ ਮੈਨੂੰ ਮੇਰੀਆਂ ਬਾਹਾਂ ਐਂ ਬੰਨ ਲਈਆਂ ਪਿੱਛੇ, ਜਦੋਂ ਬਾਹਾਂ ਬੰਨ ਲਈਆਂ ਅਤੇ ਅੰਮ੍ਰਿਤਧਾਰੀ ਬੰਦਾ ਆ ਗਿਆ, ਉਹਨੇ ਕੀ ਕੀਤਾ ਉਹਦੀ ਕਿਰਪਾਨ ਗਾਤਰ ਵਾਲੀ ਐਂ ਟੰਗ ਕੇ ਨਾ, ਅਤੇ ਮੈਨੂੰ ਕਹਿੰਦਾ ਇਹਨੇ ਐਂ ਨਹੀਂ ਲੋਟ ਆਉਣਾ, ਉਹਨੇ ਮੇਰਾ ਰੱਸੇ ਨਾਲ ਪਿੱਛੋਂ ਬਾਹਾਂ ਬੰਨ ਕੇ ਅਤੇ ਮੈਨੂੰ ਬਾਲਿਆ, ਅਤੇ ਪਿੱਛੇ ਬਾਹਾਂ ਵਿੱਚ ਦੀ ਮੇਰੇ ਲੱਤ ਕੱਢ ਕੇ ਗੋਡਾ ਮੇਰੀ ਰੀੜ੍ਹ ਦੀ ਹੱਡੀ ਨਾਲ ਲਾ ਲਿਆ, ਅਤੇ ਮੇਰੇ ਕੇਸ ਐਂ ਫੜ ਕੇ ਅਤੇ ਉਹਨੇ ਪੱਟ ਨਾਲ ਲਾ ਲਈ, ਐਂ ਹੋ ਗਿਆ ਮੈਂ। ਅਤੇ ਇੱਕ ਬੰਦਾ ਇੱਧਰ ਸੀ ਇੱਕ ਇੱਧਰ ਸੀ, ਅਤੇ ਉਹਨਾਂ ਨੇ ਲੱਤਾਂ ਐਂ ਖੋਲਤੀਆਂ ਸੀ, ਜਦੋਂ ਐਂ ਖੋਲਤੀਆਂ ਸੀ ਪਟਾਕੇ ਪਏ ਆ, ਅਤੇ ਐੱਸ ਐੱਚ ਓ ਸੀਗਾ ਜਿਹੜਾ ਮੱਲੀ, ਅਤੇ ਉਹ ਐੱਸ ਐੱਚ ਓ ਸ਼ਰਾਬ ਪੀਤੀ ਹੋਈ ਸੀ, ਉਹ ਆ ਕੇ ਮੇਰੇ ਪੱਟਾਂ 'ਤੇ ਛਾਲਾ ਮਾਰਦਾ ਸੀ। ਨਾ ਤਾਂ ਕੇਸ ਖਿੱਚਿਆਂ ਦਾ ਦਰਦ, ਨਾ ਬਾਹਾਂ ਬੰਨਿਆਂ ਦਾ ਦਰਦ, ਨਾ ਪੱਟ ਚੱਡੇ ਪਾੜਿਆਂ ਦਾ ਦਰਦ, ਅਤੇ ਦਰਦ ਦੋ ਗੱਲਾਂ ਦਾ ਜ਼ਿੰਦਗੀ 'ਚ ਹੋਇਆ ਸੀ ਉਦੋਂ, ਇੱਕ ਇਹ ਵੀ ਕੁੱਟਣ ਵਾਲੇ ਅੰਮ੍ਰਿਤਧਾਰੀ, ਅਤੇ ਦੂਜਾ ਦਰਦ ਇਹ ਹੁੰਦਾ ਵਾ ਵੀ ਜਿਹੜਾ ਬੰਦਾ ਕੁੱਟ ਰਿਹਾ ਯਾਰ ਉਹ ਗਾਲਾਂ ਹੀ ਇੱਦਾਂ ਦੀਆਂ ਕੱਢਦਾ ਹੁੰਦਾ, ਉਹ ਜਰੀਆਂ ਨਹੀਂ ਜਾਂਦਾ। ਉਦੋਂ ਵੀ ਇਹ ਗੱਲਾਂ ਮੂੰਹ 'ਚੋਂ ਨਿਕਲਦੀਆਂ ਸੀ ਵੀ ਚਾਰ ਡਾਂਗਾ ਵੱਧ ਮਾਰ ਲਓ, ਵੀ ਮਾਵਾਂ ਭੈਣਾਂ ਨੂੰ ਗਾਲਾਂ ਨਾ ਕੱਢੋ, ਅਤੇ ਜੇ ਇੰਡੀਆ ਗੌਰਮੈਂਟ ਪੰਜਾਬ ਸਟੇਟ ਇਹ ਗੱਲ ਕਹਿੰਦੀ ਆ ਵੀ ਅਸੀਂ ਕੁੱਟ ਕੇ ਮਨਾ ਲਏ, ਅਤੇ ਫਿਰ ਹੱਥ ਖੋਲ੍ਹ ਕੇ ਕੁੱਟ ਕੇ ਵੇਖਣ, ਅਤੇ ਕਮਰਾ ਬੰਦ ਨਾ ਹੋਵੇ ਅਤੇ ਬਰੋਬਰ ਦੇ ਆਉਣ, ਜੇ ਉਹ 5 ਸੀ ਤਾਂ ਸਿੰਘ 2 ਹੀ ਠੀਕ ਆ। ਇਹ ਇਹ ਲੜਾਈ ਆ ਨਾ, ਜੇ ਤੁਸੀਂ ਸਾਡੇ ਨਾਲ ਜੰਗ ਕਰਨੀ ਚਾਹੁੰਦੇ ਆ ਤਾਂ ਫਿਰ ਬਰੋਬਰ ਦੇ ਹੋ ਕੇ ਮਿਲੋ ਨਾ, ਟੱਕਰੋ। ਬੰਨ ਕੇ ਤਾਂ ਯਾਰ ਤੁਸੀਂ ਭਾਵੇਂ ਸ਼ੇਰ ਦੇ ਗੋਲੀ ਮਾਰ ਦਿਉ, ਸ਼ੇਰ ਨੂੰ ਸੰਗਲ ਲਾ ਦਿਉ ਅਤੇ ਉਹਨੂੰ ਸੁੱਟਾਂਗਾ ਨਾ ਮਾਰ ਦੇ, ਭੁੱਖਾ ਧਿਆਨ ਰੱਖ ਕੇ ਉਹਨੇ ਮਰ ਜਾਣਾ। ਤਾਂ ਜੇ ਤੂੰ ਇਹ ਗੱਲ ਕਹੀ ਜਾਵੇਂ ਬਾਈ ਵੀ ਮੈਂ ਸ਼ੇਰ ਦਾ ਸ਼ਿਕਾਰ ਕੀਤਾ, ਇਹ ਥੋੜ੍ਹੀ ਕੀਤਾ, ਛੱਡ ਕੇ ਤਾਂ ਵੇਖੋ, ਬਰੋਬਰ ਦੇ ਹੋ ਕੇ ਟੱਕਰੋ ਨਾ। ਅਤੇ ਫਿਰ ਜਦੋਂ ਉਦੋਂ ਮੈਂ ਗਿਆ ਅਤੇ ਡੈਡੀ ਨੇ ਮੇਰਾ ਪਾਸਪੋਰਟ ਲੈਣ ਗਿਆ, ਪਾਸਪੋਰਟ ਮੇਰਾ ਉਦੋਂ ਬਾਈ ਜਸਵੀਰ ਕੋਲ ਸੀ। ਅੱਛਾ। ਕਿਉਂਕਿ ਬਾਈ ਜਸਵੀਰ ਨੂੰ ਮੈਂ ਰਾਹ 'ਚ ਕਦੇ ਕੁਦਰਤੀ ਮਿਲ ਪਿਆ ਅਤੇ ਮੈਂ ਉਹਨੂੰ ਐਂ ਕਰਕੇ ਸਿੱਟਤਾ, ਮੈਂ ਕਿਹਾ ਵੀ ਅੰਡਰਗਰਾਊਂਡ ਹੋ ਜਾਏ। ਡੈਡੀ ਪਾਸਪੋਰਟ ਲੈ ਕੇ ਉੱਥੇ ਆ ਗਿਆ ਅਤੇ ਮੈਂ ਬੈਠਾ ਅਤੇ ਮੇਰੇ ਚੋਲਾ ਹੀ ਪਵਾ ਲਿਆ, ਕਛਹਿਰਾ ਨਹੀਂ ਪਾਇਆ ਸੀ ਥੱਲੇ ਦੀ, ਅਤੇ ਐਂ ਜੀ ਕਰਕੇ ਮੈਂ ਬੈਠਾ ਵੀ ਮੇਰੇ ਪਿਓ ਨੂੰ ਪਤਾ ਨਾ ਲੱਗ ਜੇ, ਜਾ ਕੇ ਮਾਂ ਨੂੰ ਦੱਸੂਗਾ, ਮਾਂ ਫਿਕਰ ਕਰੂ ਕਿਵੇਂ ਫਿਰ ਕੁੱਟ ਕੁੱਟ ਕਿੰਨੀ ਕੁ ਪਈ। ਅਤੇ ਮੈਂ ਉਦੋਂ ਇਹ ਗੱਲ ਆਖੀ ਵੀ ਤੇਰੇ ਜਿੰਨਾ ਨਹੀਂ ਕੁੱਟਿਆ ਮੈਨੂੰ ਹਜੇ ਇਹਨਾਂ ਨੇ, ਡੈਡੀ ਨੂੰ ਕਿਹਾ। ਅਤੇ ਡੈਡੀ ਨੇ ਵੀ ਸਾਡੇ ਜਿਹੜਾ ਅਫਸਰ ਸੀ ਉਹਨੂੰ ਇਹ ਗੱਲ ਆਖੀ ਇਹ ਕੁੱਤੇ ਦੀ ਪੂਜ ਨਹੀਂ ਦਿੱਤੀ ਕਰਦੇ ਤੁਸੀਂ, ਵੀ ਇਹ ਤਾਂ ਮੈਂ ਹਾਲੀ ਪਹਿਲਾਂ ਹੀ ਕੱਢਿਆ ਹੋਇਆ, ਘਰੋਂ ਜਿਹੜੀ ਉਹ ਕੁੱਟ ਜ਼ਿਆਦਾ ਪੈਂਦੀ ਰਹੀ ਹੈ, ਬਹੁਤ ਕੁੱਟ ਪਈ, ਰਿਕਾਰਡ ਹੀ ਰਿਹਾ ਹਰੇਕ ਪਾਸਿਓਂ, ਕੋਈ ਇਹਦੇ 'ਚ ਦੋ ਰਾਏ ਨਹੀਂ ਹੈਗੀ। ਸਕੂਲੇ ਜਾ ਕੇ ਕੁੱਟ ਖਾਧੀ ਆ, ਠੀਕ ਆ, ਘਰੇ ਕਮਰੇ 'ਚ ਵਾੜ ਵਾੜ ਕੇ ਕੁੱਟਿਆ ਗਿਆ ਵਾ। ਆਹ ਤਾਂ ਹੁਣ ਜਵਾਕ ਜੇ ਆ ਮੋਬਾਈਲਾਂ ਮੂਲਾਂ 'ਤੇ ਵੀਡੀਓ ਬਣਾ ਕੇ ਪਾ ਦਿੰਦੇ, ਸਾਡਾ ਬਾਪੂ ਕੁੱਟੀ ਜਾਂਦਾ ਸਾਨੂੰ, ਉਹ ਇਹ ਕਿਹੜੀਆਂ ਕੁੱਟਾਂ ਬਾਈ, ਕੁੱਟਾਂ ਤਾਂ ਪਹਿਲਾਂ ਪੈਂਦੀਆਂ ਰਹੀਆਂ, ਠੀਕ ਆ। ਅਤੇ ਜੇ ਪੁਲਿਸ ਹੁਣ ਚੱਕ ਕਹਿ ਦੂ ਇਹਦੇ ਕਰੰਟ ਲਾ ਲਾਂਗੇ ਅਤੇ ਇਹਦੇ ਹੱਡ ਪੈਰ ਤੋੜ ਕੇ ਇਹਨਾਂ ਨੂੰ ਮਿਲਾ ਲਾਂਗੇ, ਇਹ ਗੱਲਾਂ ਬਹੁਤ ਦੂਰ ਦੀਆਂ, ਇਹ ਤਾਂ ਪਹਿਲਾਂ ਨਿੱਕੇ ਹੁੰਦੇ ਤੇ ਜਦੋਂ ਪੀੜ ਲੱਗਦੀ ਹੁੰਦੀ ਸੀਗੀ ਉਦੋਂ ਆ ਨਾ, ਅਤੇ ਹੁਣ ਤਾਂ ਬਸ ਅਸਰੀ ਗੱਲ ਹੋਈ ਵੀ ਅਸਰੀ ਵੱਲੋਂ। ਅਤੇ ਇੱਕ ਹੁਣ ਅਖੀਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਜਿੰਨਾ ਵੀ ਤੁਹਾਡਾ ਹੁਣ ਜੋ ਜੋ ਕੰਮ ਤੁਸੀਂ ਕੀਤੇ ਨੇ ਜਾਂ ਜਿਵੇਂ ਵੀ ਜਿਹਨਾਂ ਲੋਕਾਂ ਦੇ ਨਾਲ ਵਿਚ ਰਹੇ ਹੋ, ਉਹਨਾਂ ਦੇ ਵਿਚਰਨ ਦੇ ਦੌਰਾਨ ਕਿਸੇ ਗੱਲ ਦਾ ਮਲਾਲ ਰਿਹਾ ਹੋਵੇ ਜਾਂ ਕਿਸੇ ਗੱਲ ਦਾ ਡਰ ਰਿਹਾ ਹੋਵੇ? ਡਰ ਇਹ ਆ ਵੀ 2 ਵਾਰੀ ਮੈਨੂੰ ਦਵਾਈ ਵੀ ਪਾਈ ਗਈ ਹੈ ਮੇਰੇ ਕਿਸੇ ਚੀਜ਼ ਦੇ ਵਿੱਚ। ਕਿਹਨਾਂ ਵੱਲੋਂ? ਨਾਲ ਰਹਿੰਦੇ ਬੰਦੇ ਲਾ ਲਓ ਅਤੇ ਜਾਂ ਨਵੇਂ ਆਏ ਬੰਦੇ ਲਾ ਲਓ, ਉਹਦੀ ਸ਼ੰਕਾ ਸੀਗੀ ਅਤੇ ਕਲੀਅਰ ਵੀ ਹੈਗਾ, ਪਰ ਉਹ ਕੋਈ ਨਾ ਵੀ ਜਿਵੇਂ ਰੱਬ ਨੂੰ ਭਾਵੇ, ਜਿਵੇਂ ਹੋਰ ਬਥੇਰੇ ਖਾੜਕੂ ਸੀਗੇ ਉਹਨਾਂ ਨੂੰ ਵੀ ਮਾਰਿਆ ਗਿਆ ਸੀ, ਜਾਂ ਕਿਵੇਂ ਵੀ ਅਸੀਂ ਤਾਂ ਉਹਨਾਂ ਦੀ ਧੂੜ ਦੀ ਮਿੱਟੀ ਪੈਰਾਂ ਦੀ ਧੂੜ ਅਰਗੇ ਵੀ ਨਹੀਂ ਹੈਗੀ, ਮੈਂ ਕਹਾਂ ਮੈਂ ਉਹਨਾਂ ਵਰਗਾ ਨਹੀਂ।
तो टाइम कई बार चुकाया गया, लॉकडाउन बहुत ज़्यादा आ, असी जाके एस एच ओ नूं थाने जाके कही भी मैनू कहा किसी बंदे ने कहा तेरे गोली मारनी तो मेरी सिक्योरिटी दे दे तो मेरे सस बना दे जाचांगे बाणा पा के दसवें पातशाह दा जाके यार बाबर कहां दे खड़ज गए भी सानू लसंस दो भी सानू खतरा नहीं असी आपे निपट लांगे। पर बहुत सारे जथेदार दलां दे आगू जट सिक्योरिटियां नहीं फिरदे ने यार की कहणे उहनां ते पहलों भी बोलिया जथेदार आ ना जड प्लस सिक्योरिटियां लई फिरदे आ कादे जथेदार आ भाई। फिर बाबर नू जाबर कहन दी लोड़ नहीं सी गुरु नानक पातशाह नू ठीक है तो ये गल्लां बातां नहीं ढोकदियां चंगियां नहीं लगदियां। तो बाकी जिहड़े साडे बंदे दी गल ये आ भी बंदे पासे करन दा मतलब कई वारी कोई बंदा पासे कीता असी नवा पुराना तो उहदी थोड़ी जी मैं उदाहरण दे दिंदा भी छेती सिक समझ जाणगे ना आपां किसे दा लईए ना भी कल युग दे समें दे विच इक पंडित सी ਉਹ ਕਹਿੰਦਾ ਵੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਸੱਚੀਆਂ ਗੱਲਾਂ ਹੀ ਕਰਨੀਆਂ ਝੂਠੀ ਗੱਲ ਨਹੀਂ ਕਰਨੀ। ਕਾਲਯੁੱਗ ਨੂੰ ਪਤਾ ਲੱਗ ਗਿਆ ਵੀ ਮੇਰੇ ਪਹਿਰੇ ਦੇ ਵਿੱਚ ਮੇਰੇ ਰਾਜ ਦੇ ਵਿੱਚ ਯਾਰ ਸੱਚੀਆਂ ਗੱਲਾਂ ਕੋਈ ਕਿਵੇਂ ਕਰੂਗਾ ਅਤੇ ਪੰਡਿਤ ਤੁਰਿਆ ਜਾਂਦਾ ਇਕੱਲਾ ਅਤੇ ਕਾਲਯੁੱਗ ਨੇ ਬੰਦੇ ਦਾ ਰੂਪ ਧਾਰਨ ਕਰਕੇ ਅਤੇ ਉਹਦੇ ਮੂਹਰੇ ਹੋ ਕੇ ਖੜ੍ਹ ਗਿਆ ਹੈ ਕਹਿੰਦਾ ਸੱਚੀਆਂ ਗੱਲਾਂ ਕਰੇਗਾ ਤੂੰ ਕੌਣ ਆ ਕਹਿੰਦਾ ਮੈਂ ਕਾਲਯੁੱਗ ਕਹਿੰਦਾ ਕਰੂੰਗਾ ਮਾਰ ਦੇ ਕਹਿੰਦਾ ਐਂ ਥੋੜ੍ਹੀ ਮਾਰਨਾ ਤੈਨੂੰ। ਦੂਜੇ ਦਿਨ ਪ੍ਰੋਗਰਾਮ ਸੀ ਪੰਡਿਤ ਦਾ ਅਤੇ ਉਹ ਆਪਦਾ ਪ੍ਰਵਚਨ ਸੁਣਾਉਣ ਲੱਗ ਗਿਆ ਅਤੇ ਕਾਲਯੁੱਗ ਰੂਪ ਧਾਰ ਕੇ ਬੰਦੇ ਦਾ ਆ ਗਿਆ ਅਤੇ ਉਹਨਾਂ ਦੇ ਬੰਦਿਆਂ ਨੂੰ ਕਹਿੰਦਾ ਪੰਡਿਤ ਜੀ ਕਿੱਥੇ ਆ ਕਹਿੰਦੇ ਜੀ ਅੰਦਰ ਕਥਾ ਕਰੀ ਜਾਂਦੇ ਆ ਕਹਿੰਦਾ ਯਾਰ ਕੱਲ੍ਹ ਅੱਧਾ ਕਿਲੋ ਮੀਟ ਲਿਆ ਮੇਰੇ ਤੋਂ ਪੈਸੇ ਨਹੀਂ ਦਿੱਤੇ ਅੱਛਾ ਪੰਡਿਤ ਚੋਰੀ ਮੀਟ ਵੀ ਖਾਂਦਾ ਆਹ ਗੱਲ ਕਹਿ ਕੇ ਉੱਠ ਗਿਆ ਫਿਰ ਆ ਗਿਆ ਅੱਧੇ ਘੰਟੇ ਪਿੱਛੋਂ ਪੰਡਿਤ ਜੀ ਕਿੱਥੇ ਆ ਕਹਿੰਦੇ ਜੀ ਅੰਦਰ ਕਥਾ ਕਰੀ ਜਾਂਦੇ ਆ ਯਾਰ ਉਹ ਤੋਂ ਪੈਸੇ ਲੈਣੇ ਕੱਲ੍ਹ ਅੱਧਗਾ ਸ਼ਰਾਬ ਦਾ ਫੜ ਲਿਆ ਠੇਕੇ ਦੇ ਉੱਤੇ ਠੇਕੇਦਾਰ ਪੈਸੇ ਮੰਗਦਾ ਕਹਿੰਦੇ ਯਾਰ ਪਹਿਲੋਂ ਮੀਟ ਵਾਲਾ ਆਇਆ ਸੀ ਹੁਣ ਦਾਰੂ ਵਾਲਾ ਆ ਗਿਆ ਅਤੇ ਇਹ ਤਾਂ ਗੱਲ ਮਾੜੀ ਆ ਲੋਕਾਂ ਨੂੰ ਕਹਿੰਦੇ ਨਜ਼ਾ ਨਹੀਂ ਕਰਨਾ ਆਪ ਖਾਂਦੇ ਆ ਅਤੇ ਜਦੋਂ ਇਹ ਗੱਲ ਰਾਜੇ ਕੋਲ ਉੱਠ ਗਈ ਤਾਂ ਉਹਨਾਂ ਦੇ ਆਪਦੇ ਰਾਜ ਦੇ ਵਿੱਚੋਂ ਪੰਡਿਤ ਨੂੰ ਕੱਢਤਾ ਕਿਉਂਕਿ ਜਦੋਂ ਪੰਡਿਤ ਘਰ ਗਿਆ ਤਾਂ ਜਾਣ ਸਾਰ ਉਹ ਕਾਲਯੁੱਗ ਨੇ ਉੱਥੇ ਜਾ ਕੇ ਮੀਟ 'ਤੇ ਸ਼ਰਾਬ ਟੰਗਤੀ ਕਲੀਅਰ ਹੋ ਗਿਆ ਵੀ ਬੰਦੇ ਨੇ ਲਿਆ ਉਹ ਹਾੜੇ ਕੱਢਦਾ ਮਰ ਗਿਆ ਉਹ ਮੈਂ ਤੁਹਾਡਾ ਬੰਦਾ ਹਾਂ ਯਾਰ ਮੇਰੇ 'ਤੇ ਯਕੀਨ ਕਰੋ ਮੈਂ ਨਹੀਂ ਏਜੰਸੀਆਂ ਦਾ ਮੈਂ ਨਹੀਂ ਇਹਨਾਂ ਦਾ ਬੰਦਾ ਉਹ ਕਹਿੰਦੇ ਨਹੀਂ ਕਲੀਅਰ ਆ ਅੱਖੀਂ ਦੇਖਿਆ ਕੰਨੀ ਸੁਣਿਆ ਗਲਤ ਹੋ ਗਿਆ ਬਾਈ ਭੜਕ ਗਏ ਬੰਦੇ ਕੰਨਾਂ ਦੇ ਕੱਚੇ ਹੁੰਦੇ ਆ ਅਤੇ ਜਦੋਂ ਉਹਨੂੰ ਰਾਜ ਭਾਗ 'ਚੋਂ ਕੱਢ ਦਿੱਤਾ ਅਤੇ ਤੁਰਿਆ ਜਾਂਦਾ ਉਸੇ ਪਈ ਅਤੇ ਕਾਲਯੁੱਗ ਫੇਰ ਹੱਸੀ ਜਾਂਦਾ ਮੂਹਰੇ ਬੈਠਾ ਖੁੰਡ 'ਤੇ ਕਿਹਾ ਸੀ ਨਾ ਕਹਿੰਦਾ ਕਾਲਯੁੱਗ ਦੇ ਵਿੱਚ ਸਾਡੀ ਗੱਲ ਕਰਨੀ ਪਊਗੀ ਅਤੇ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਜਾ ਜਾ ਕੇ ਕਹਿ ਰਾਜੇ ਨੂੰ ਵੀ ਤੇਰਾ ਤਖ਼ਤ ਡਿੱਗਣ ਵਾਲਾ ਤਾਂ ਤੈਨੂੰ ਫੇਰ ਆਖ ਲਊ ਅਤੇ ਜਾ ਕੇ ਜਦੋਂ ਉਹਨੇ ਇਹ ਗੱਲ ਆਖੀ ਵੀ ਤਖ਼ਤ ਡਿੱਗਣ ਵਾਲਾ ਅਤੇ ਰਾਜਾ ਕਹਿੰਦਾ ਤੇਰੇ ਹੁਣ ਕੁੱਟ ਪਈ ਤੈਨੂੰ ਹਜੇ ਰਾਸ ਨਹੀਂ ਆਈ ਅਤੇ ਵਜ਼ੀਰ ਕਹਿੰਦਾ ਜੀ ਇਹਦੀਆਂ ਗੱਲਾਂ ਤਾਂ ਸੱਚੀਆਂ ਸ਼ਾਇਦ ਡਿੱਗ ਪਵੇ ਜਦੋਂ ਬਾਹਰ ਆਏ ਤਾਂ ਤਖ਼ਤ ਡਿੱਗ ਪਿਆ ਅਤੇ ਕਾਲਯੁੱਗ ਕਹਿੰਦਾ ਵੀ ਵੇਖਿਆ ਨਾ ਬਣਾ ਤਾ ਨਾ ਝੂਠਾ ਸੱਚਾ ਜੇ ਜਾਉਣਾ ਸਾਡੇ ਰਾਜ ਦੇ ਵਿੱਚ ਤਾਂ ਤੁਹਾਨੂੰ ਸਾਡੇ ਨਾਲ ਮਿਲ ਕੇ ਚੱਲਣਾ ਪੈਣਾ ਅਤੇ ਨਹੀਂ ਜਾੜ ਦਿਆਂਗੇ ਅਤੇ ਏਜੰਸੀਆਂ ਇਹ ਕੰਮ ਕਰਦੀਆਂ ਨਹੀਂ ਬਾਈ ਝੂਠੇ ਬਣਾ ਦਿੰਦੀਆਂ ਸਿੱਖਾਂ ਨੂੰ ਏਜੰਸੀਆਂ ਇਹ ਕੰਮ ਕਰਦੀਆਂ ਨਹੀਂ ਸਾਡੇ ਬੰਦੇ ਹੀ ਖਰੀਦ ਕੇ ਕਹਿ ਦੇਣਗੇ ਯਾਰ ਵੀ ਇਹ ਬੰਦਾ ਏਜੰਸੀਆਂ ਦਾ ਏਜੰਸੀਆਂ ਇਹ ਕੰਮ ਕਰਦੀਆਂ ਨਹੀਂ ਸਾਡੇ ਨਾਲ ਰਹਿੰਦੇ ਬੰਦੇ ਕਹਿ ਦੇਣਗੇ ਯਾਰ ਇਹ ਬੰਦੇ ਪੈਸੇ ਖਾਂਦੇ ਆ ਇਹ ਯਾਰ ਬੰਦੇ ਆ ਗਲਤ ਰਾਹ 'ਤੇ ਤੁਰਦੇ ਆ ਅਤੇ ਉਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੇ 100 ਕੰਮ ਨਹੀਂ ਵੇਖਣਾ ਇੱਕ ਗੱਲ ਸੁਣ ਕੇ ਕਿਸੇ ਦੀ ਸਾਡੇ ਨਾਲ ਟੁੱਟ ਜਾਣਾ ਯਾਰ ਮਾੜਾ ਮੋਟਾ ਤਾਂ ਵੇਖੋ ਅਸੀਂ ਤੁਰੇ ਕਿੱਥੇ ਫਿਰਦੇ ਹਾਂ ਠੀਕ ਆ ਅਸੀਂ ਆਪਦੀ ਜ਼ਿੰਦਗੀ ਜਿਉਣਗੇ ਵਧੀਆ ਹਜੇ ਤਾਂ ਕੁਛ ਗਵਾਚਿਆ ਨਹੀਂ ਗਾ ਕੇਸ ਹੈਗੇ ਲੜ ਲਾਂਗੇ ਮੰਗ ਤੰਗ ਕਰਕੇ ਕੋਈ ਚੱਕਰ ਨਹੀਂ ਬਾਕੀ ਇਹ ਗੱਲ ਆ ਵੀ ਜੇ ਜਿਹੜੀ ਚੀਜ਼ ਮੈਨੂੰ ਸੰਗਤ ਦਿੰਦੀ ਆ ਜੋ ਦੂਜੀ ਵਾਰੀ ਆ ਜੇ ਪਹਿਲੋਂ ਵਾਲੀ ਚੀਜ਼ ਮੈਂ ਸਿੰਘਾਂ ਨੂੰ ਵੰਡ ਦਿੰਦਾ ਆਪਣੇ ਕੋਲ ਨਹੀਂ ਰੱਖ ਨਾ ਸੋਨੇ ਇੱਥੋਂ ਤੱਕ ਸੋਨੇ ਦੇ ਸ਼ਸਤਰ ਵੀ ਲੋਕਾਂ ਨੇ ਭੇਟ ਕੀਤੇ ਅਤੇ ਜੇ ਕਿਸੇ ਸਿੰਘ ਨੇ ਵੀ ਪਸੰਦ ਕਰ ਲੈਣਾ ਤਾਂ ਮੈਂ ਉਹਨੂੰ ਵੀ ਦਿੱਤਾ ਸਾਡਾ ਸਿੰਘ ਸੀ ਇੱਕ ਤਾਂ ਉਹਨੇ ਮੈਨੂੰ ਜਦੋਂ ਐਂ ਵੇਖਿਆ ਤਾਂ ਉਹ ਕਹਿੰਦਾ ਬਾਈ ਸ਼ਸਤਰ ਬਹੁਤ ਸੋਹਣਾ ਸੋਨੇ ਦਾ ਮੈਂ ਕਿਹਾ ਹਾਂ ਮੈਨੂੰ ਕਿਸੇ ਨੇ ਲੈ ਕੇ ਦਿੱਤਾ ਮੈਂ ਕਿਹਾ ਤੈਨੂੰ ਪਸੰਦ ਆ ਕਹਿੰਦਾ ਹਾਂ ਮੈਂ ਸਣੇ ਗਾਤਰੇ ਲਾ ਕੇ ਉਹਦੇ ਗਾਤਰੇ ਪਾ ਤਾ ਮੈਂ ਕਿਹਾ ਵੀ ਤੂੰ ਰੱਖ ਲਾ ਸ਼ਸਤਰ ਕੇਸਾਂ ਆਹ ਸੀਗੇ ਦੁਮਾਲੇ ਵਾਲੇ ਤਾਂ ਉਹ ਕਹਿੰਦੇ ਬਾਈ ਤੁਸੀਂ ਰੋਜ਼ ਇਹ ਸਜਾਉਂਦੇ ਕਹਿੰਦੇ ਹਾਂ ਕਹਿੰਦੇ ਵੀ ਮੈਨੂੰ ਦੱਸਿਓ ਇਹ ਮੈਨੂੰ ਦੇ ਦਿਓ 2 ਦਿਨ ਉਹਨਾਂ ਨੇ ਉੱਤੇ ਸੋਨਾ ਚੜ੍ਹਾ ਕੇ ਲਿਆ ਕੇ ਦਿੱਤਾ ਇਕੱਲਾ ਇਕੱਲਾ ਸ਼ਸਤਰ ਸਿੰਘਾਂ ਨੂੰ ਵੰਡਤਾ ਮੈਂ ਉਦੋਂ ਬਾਅਦ ਦੁਮਾਲੇ 'ਤੇ ਸ਼ਸਤਰ ਲਾਉਣੋਂ ਹਟ ਗਿਆ ਬਾਹਰੋਂ ਆਉਂਦੇ ਸੀ ਲੋਕ 20-25 ਹਜ਼ਾਰ ਦੇ ਬੂਟ ਲਿਆ ਦਿੰਦੇ ਸੀਗੇ ਮੈਂ ਬੂਟ ਪਾਉਣੇ ਛੱਡਤੇ ਲੋਕਾਂ ਨੇ ਮਹਿੰਗੀਆਂ ਮਹਿੰਗੀਆਂ ਬ੍ਰੈਂਡਡ ਪੈਂਟਾਂ ਸ਼ਰਟਾਂ ਟੀ ਸ਼ਰਟਾਂ ਲਿਆ ਲਿਓ ਕੇ ਦੇਣੀਆਂ ਚੋਲਾ ਪਾ ਲਿਆ ਇਕੱਲਾ ਨੰਗੇ ਪੈਰੀ ਰਹਿਣ ਲੱਗ ਗਏ
ਹੋਰ ਦੱਸ ਕੀ ਕਰਗੇ ਜੇ ਲੋਕ ਕਹਿਣਗੇ ਫੋਰਚੂਨਰਾਂ ਡਰਾਈਵਰਾਂ ਚ ਰਹਿੰਦਾ ਤੇ ਯਾਰ ਲੈ ਜੋ ਪੰਥ ਦੀ ਆ ਮੇਰੀ ਥੋੜੀ ਹੈਗੀ ਆ ਤੇ ਜੇ ਸਾਈਕਲ ਦੇ ਦੋਗੇ ਉਹਦੇ ਤੇ ਹੋ ਜਾਣਗੇ ਨੇ ਤੁਰ ਕੇ ਚਲਾ ਲਾਂਗੇ ਤੇ ਤੁਰ ਕੇ ਜਾਂਦੇ ਨੇ ਇੱਥੇ ਆ ਕੇ ਕੋਈ ਲਫੇੜੇ ਮਾਰ ਕੇ ਕੋਈ ਲੁੱਟ ਕੇ ਲੈ ਗਿਆ ਲੁੱਟ ਕੇ ਲੈ ਜਾਣਾ ਇਹ ਥੋੜੀ ਸਾਡੇ ਕੋਲ ਪੈਸਾ ਆਊਗਾ ਕੋਈ ਦਸਤਾਰ ਲਾ ਕੇ ਲੈ ਗਿਆ ਕੀ ਪੂਛ ਪੜ ਲਾਂਗੇ ਕਿਸੇ ਦੀ ਤੁਸੀਂ ਤਾਂ ਸਗਾ ਦੀ ਇਹ ਕਰੋ ਜਿਉਂਦੇ ਰਹੋ ਸਿੰਘੋ ਸੰਘਰਸ਼ ਕਰਨ ਵਾਲਿਓ ਤੁਸੀਂ ਡਰਾਈਵਰਾਂ ਬੁਲਟ ਪਰੂਫ ਕਰਾ ਕੇ ਰੱਖੋ ਤੁਸੀਂ ਹਥਿਆਰ ਚੰਗੇ ਤੋਂ ਚੰਗਾ ਰੱਖੋ ਆਹ ਚੱਕੋ 20 ਲੱਖ ਰੁਪਈਆ ਠੀਕ ਆ ਹੁਣ ਕੱਲ ਇੱਕ ਫੋਨ ਆਇਆ ਗੰਗਾਨਗਰ ਤੋਂ ਅੱਗਿਓ ਜੀ ਤੇ ਰਾਜਸਥਾਨ ਦੀ ਘਟਨਾ ਉਹ ਕਹਿੰਦੇ ਵੀ ਸਾਡੀ 17 ਸਾਲ ਦੀ ਕੁੜੀ ਦੇ ਨਾਲ ਗੈਂਗਰੇਪ ਹੋ ਗਿਆ ਜਿਹੜੀ ਗੱਲ ਆ ਮੈਂ ਕਦੇ ਵੀ ਪੜਚੋਲ ਕਰੀ ਤੋਂ ਬਿਨਾਂ ਸਟੈਂਡ ਨਹੀਂ ਲੈਂਦਾ ਉਹ ਕਲੀਅਰ ਇਹ ਹੋ ਗਿਆ ਸੀ ਕੁੜੀ ਦੇ ਉਹ 'ਚ ਸਹਿਮਤੀ ਸੀ ਗੈਂਗਰੇਪ ਨਹੀਂ ਹੋਈ ਸੀ ਉਹਦਾ ਪਰਿਵਾਰ ਸਿਰਫ ਕੇਸ ਕਰਨ ਮਾਰਾ ਕਰਦਾ ਸੀ ਮੈਂ ਜਵਾਬ ਦਿੱਤਾ ਕਲੀਅਰ ਕਰਕੇ ਜੇ ਉਹਨਾਂ ਨੇ ਕਹਿਤਾ ਗੈਂਗਰੇਪ ਹੋ ਗਿਆ ਬੰਦੇ ਸਾਡੇ 'ਤੇ ਚੜ੍ਹ ਕੇ ਅਭੀ ਪਹੁੰਚੋ ਅਤੇ ਉਦੋਂ ਡਰਾਈਵਰ ਨੇ ਵੀ ਨਹੀਂ ਪਹੁੰਚਣਾ ਉਦੋਂ ਫਿਰ ਜਹਾਜ਼ 'ਚ ਫੜਾਂਗੇ ਨਾ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਜਹਾਜ਼ 'ਤੇ ਰਹਿਣ ਜਾਵਾਂਗੇ ਅਤੇ ਲੋਕ ਕੀ ਕਹਿਣਗੇ ਇਹ ਕਿਹੜੀ ਸੇਵਾ ਜਹਾਜ਼ਾਂ 'ਤੇ ਤੁਰੇ ਫਿਰਦੇ ਆ ਸ਼ੌਂਕ ਆ ਬਾਈ ਗਾਂਹ ਜਾ ਕੇ ਕੀ ਪਤਾ ਕਿਹਦੇ ਨਾਲ ਮੱਥਾ ਲੱਗਣਾ ਉੱਤਰਾਖੰਡ ਦੇ ਵਿੱਚ ਕੁੜੀਆਂ ਨੱਚੀਆਂ ਨਾ ਉਹ ਰਾਮਲੀਲਾ ਵਾਲੇ ਪਿੱਛੇ ਜਿਹਾ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਈ ਆ ਸੱਚਾਈ ਕੀ ਆ ਉਹ ਕਿਸੇ ਨੇ ਨਹੀਂ ਦੱਸਣੀ ਜਿਹੜਾ ਪਿੱਛੇ ਭਿੰਡਰ ਵਾਲੇ ਸੰਤਾਂ ਦੀ ਫੋਟੋ ਲਾਈ ਆ ਕਿਸੇ ਦੇ ਪਲਾਟ 'ਤੇ ਕਬਜ਼ਾ ਕਰਨ ਬਾਰੇ ਉਹਨਾਂ ਨੇ ਸਿਰਫ ਇਹ ਚੀਜ਼ ਪਾਤੀ ਵੀ ਉਹ ਯਾਰ ਵੀ ਸੰਤਾਂ ਦੀ ਫੋਟੋ ਦੀ ਬੇਅਦਬੀ ਕਰਤੀ ਅਤੇ ਆਪਾਂ ਜਾ ਕੇ ਯਾਰ ਬੰਦੇ ਦੀਆਂ ਲੱਤਾਂ ਬਾਹਾਂ ਤੋੜ ਦੇਈਏ ਜਿਹਨੇ ਕੀਤੀ ਆ ਅਤੇ ਕਲੀਅਰ ਤਾਂ ਕਰ ਲਓ ਹੋਇਆ ਕੀ ਆ ਉਹ ਕਹਿੰਦੇ ਬਾਈ ਗਰੀਬ ਬੰਦੇ ਆ ਵਰਤਿਆ ਗਿਆ ਅਤੇ ਉਹ ਅਸੀਂ ਪੱਟ ਕੇ ਲਿਆਂਦੀ ਆ ਹੁਣ ਲੈ ਵੀਡੀਓ ਵੀ ਪਾਈ ਹੋਈ ਆ ਲਾ ਲੈਣਾ ਜ਼ੋਰ ਜਿੰਨਾ ਲੱਗਦਾ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਜੀਵਨ ਬਾਰੇ ਜਿਹੜੀ ਜਾਣਕਾਰੀ ਆ ਉਹਨਾਂ ਤੋਂ ਅਸੀਂ ਲੈ ਰਹੇ ਹਾਂ ਤਾਂ ਨਾਲ ਉਹਨਾਂ ਦੇ ਪਰਿਵਾਰ ਤੋਂ ਵੀ ਜਿਹੜੀ ਜਾਣਕਾਰੀ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਬਚਪਨ ਆ ਜਿਹੜਾ ਉਹ ਕਿਵੇਂ ਬੀਤਿਆ ਅਤੇ ਉਹਨਾਂ ਦੇ ਪਰਿਵਾਰ ਜੋ ਅੰਮ੍ਰਿਤਪਾਲ ਸਿੰਘ ਮਹਿਰੋ ਕਰ ਰਹੇ ਨੇ ਉਸ ਬਾਰੇ ਕੀ ਸੋਚਦੇ ਨੇ ਤਾਂ ਉਹਨਾਂ ਦੇ ਪਿਤਾ ਇਸ ਗੱਲਬਾਤ ਦੀ ਆਖਰੀ ਕੜੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਲਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਚਪਨ ਕਿਵੇਂ ਦਾ ਸੀ ਅੰਮ੍ਰਿਤਪਾਲ ਸਿੰਘ ਦਾ ਬਚਪਨ ਵਧੀਆ ਸੀਗਾ ਜੀ ਬੜੇ ਨਰਮ ਸੁਭਾਅ ਸੀਗਾ ਥੋੜ੍ਹਾ ਜਿਹਾ ਕਮਜ਼ੋਰਪਣ ਦਾ ਹੀ ਸੀਗਾ ਪਹਿਲਾਂ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਮਤਲਬ ਕਿ ਖਾਣ ਪੀਣ ਦਾ ਵਧਿਆ ਅਤੇ ਉਵੇਂ ਗਰੋਥ ਵਧੀ ਪਹਿਲਾਂ ਬੱਚੇ ਮਤਲਬ ਸੀਗੇ ਘਰੇ ਖਾਣ ਪੀਣ ਕੋਈ ਬਹੁਤਾ ਹੈ ਨਹੀਂ ਸੀਗਾ ਤੰਗੀ ਤੋਸ਼ੀ ਦਾ ਹੀ ਸੀਗਾ ਤਾਂ ਦਿਹਾੜੀ ਦਿਹੜੀ ਕਰਕੇ ਕੰਮ ਕਰਦੇ ਸੀਗੇ ਅਤੇ ਹੌਲੀ ਹੌਲੀ ਚਲੋ ਠੇਕੇ ਠੂਕੇ ਲੈਣ ਲੱਗੇ ਅਸੀਂ ਮਕਾਨ ਸਾਰੀ ਦੇ ਕੰਮ ਕਰਦੇ ਹਾਂ ਖਾਣ ਪੀਣ ਦਾ ਥੋੜ੍ਹਾ ਜਿਹਾ ਵਧਿਆ ਅਤੇ ਥੋੜ੍ਹਾ ਜਿਹਾ ਵੱਧ ਗਿਆ ਅਤੇ ਊਂ ਬਚਪਨ ਦੇ ਵਿੱਚ ਥੋੜ੍ਹਾ ਜਿਹਾ ਨਿਡਰ ਸੁਭਾਅ ਦਾ ਜ਼ਰੂਰ ਸੀਗਾ ਵੀ ਕਿ ਜਿਵੇਂ ਕੋਈ ਖੇਤ ਬੰਨੇ ਜਾਂਦਾ ਸੀ ਕਿਤੇ ਵੱਟਾਂ ਵੁੱਟਾਂ ਜਾਂ ਹਨੇਰੇ ਸਵੇਰੇ ਕਿਤੇ ਜਾਣਾ ਜਾਂ ਜਿਵੇਂ ਆਪਣੀਆਂ ਨਿੱਕੀਆਂ ਮੋਟੀਆਂ ਕਿਰਲੀ ਕੱਪਾ ਹੈਗਾ ਜਾਂ ਕੋਈ ਡੱਡਾਂ ਵਗੈਰਾ ਆ ਜਾਂਦੀਆਂ ਘਰੇ ਭੂੰਡ ਵਗੈਰਾ ਇਹਨਾਂ ਨੂੰ ਫੜਨ ਲੱਗਾ ਮੈਂਟਲ ਲਾਉਂਦਾ ਸੀ ਐਂ ਜਵਾਕਾਂ ਨੂੰ ਡਰਦਾ ਨਹੀਂ ਸੀਗਾ ਬਸ ਇਸ ਤਰ੍ਹਾਂ ਸੀਗਾ ਇਹਦਾ ਸੁਭਾਅ ਜਿਹਾ ਪਹਿਲਾਂ ਤੋਂ ਹੀ ਖਣੀ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਜਿਹੜੀ ਗੁੜਤੀ ਦਿੱਤੀ ਸੀ ਅਸੀਂ ਉਹ ਕੁੰਭ ਦੇ ਜਲ ਦੀ ਦਿੱਤੀ ਸੀ ਛੇਵੇਂ ਪਾਤਸ਼ਾਹ ਦੇ ਸਥਾਨ ਤੋਂ ਲਿਆ ਕੇ ਅਤੇ ਉਹਦਾ ਹੀ ਸਾਨੂੰ ਤਾਂ ਅਸਰ ਲੱਗਦਾ ਸਾਰਾ ਬਸ ਵੀ ਉਹ ਗੁੜਤੀ ਨਾ ਦਰੇਰੀ ਦੇ ਹੱਥ ਵਿੱਚ ਹਾਂਜੀ ਹਾਂਜੀ ਬਾਣੀ ਪੜ੍ਹੀ ਹੁੰਦੀ ਆ ਪਾਣੀ ਅਤੇ ਬਾਣੀ ਦਾ ਦੋਨਾਂ ਦਾ ਫਿਰ ਆਪਸ ਵਿੱਚ ਮੇਲ ਹੋ ਕੇ ਤਾਂ ਬਹੁਤ ਵੱਡੀ ਤਾਕਤ ਬਣ ਜਾਂਦੀ ਹੈ ਜਿੱਦਾਂ ਕਿ ਤੁਹਾਡੇ ਪਰਿਵਾਰ ਦਾ ਇੱਕ ਜਿਹੜਾ ਬਹੁਤ ਵੱਡਾ ਇਤਿਹਾਸ ਹੈ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਤੁਹਾਡੇ ਪਰਿਵਾਰ ਨੂੰ ਕਿ ਛੇਵੇਂ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਉਣ ਦਾ ਜਿਹੜਾ ਸੁਭਾਗ ਹੈ ਉਹ ਪਰਿਵਾਰ ਨੂੰ ਪ੍ਰਾਪਤ ਹੋਇਆ ਤਾਂ ਹੁਣ ਜਿਸ ਢੰਗ ਦੇ ਨਾਲ ਪਰਿਵਾਰ ਸਿੱਖੀ ਦੀਆਂ ਲੀਹਾਂ ਉੱਤੇ ਚੱਲ ਰਿਹਾ ਜਾਂ ਅੰਮ੍ਰਿਤਪਾਲ ਸਿੰਘ ਚੱਲ ਰਹੇ ਨੇ ਕੀ ਤੁਸੀਂ ਉਹਨਾਂ ਤੋਂ ਖੁਸ਼ ਹੋ ਬਿਲਕੁਲ ਜੀ ਖੁਸ਼ ਹਾਂ ਚੰਗੇ ਕੰਮ ਕਰਦੇ ਆ ਜਿਵੇਂ ਕਿਸੇ ਦੀ ਕੋਈ ਧੀ ਭੈਣ ਘਰੇ ਬੈਠੀ ਆ ਉਹਨੂੰ ਤੋਰ ਦੇਣਾ ਜਾਂ ਕਿਸੇ ਦੀ ਕੋਈ ਲੜਾਈ ਝਗੜਾ ਹੈਗਾ ਨਜਾਇਜ਼ ਤੌਰ 'ਤੇ ਕੋਈ ਕਿਸੇ ਨੂੰ ਤੰਗ ਕਰਦਾ ਉਹਨੂੰ ਕਹਿ ਕਵਾ ਕੇ ਉਹਨਾਂ ਦੀ ਕੋਈ ਸੈਟਿਸਫਾਈ ਕਰਾ ਦੇਣੀ ਅਤੇ ਵਧੀਆ ਹੈਗਾ ਮਾਣ ਮਹਿਸੂਸ ਕਰਦੇ ਹਾਂ ਜੀ ਬਿਲਕੁਲ ਮਾਣ ਮਹਿਸੂਸ ਕਰਦੇ ਚੰਗੇ ਕੰਮਾਂ ਦਾ ਤਾਂ ਮਾਣ ਮਹਿਸੂਸ ਪਰ ਚੰਗੇ ਦੁਨੀਆਂ ਨੂੰ ਹੁੰਦਾ ਜੀ ਚੰਗੇ ਕੰਮ ਕਰਨ ਨਾਲ ਦਿੱਕਤਾਂ ਵੀ ਬਹੁਤ ਆਉਂਦੀਆਂ ਨੇ ਦਿੱਕਤਾਂ ਆਉਂਦੀਆਂ ਜੀ ਠੀਕ ਹੈ ਇਸ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਆਈਆਂ ਮਹਾਰਾਜ ਨੂੰ ਉਹਨੂੰ ਵੀ ਲੋਕਾਂ ਨੇ ਬਹੁਤ ਇਸ ਤਰ੍ਹਾਂ ਦੇ ਕੀਤੇ ਉਹਨਾਂ 'ਤੇ ਵੀ ਕਿੰਤੂ ਪਰੰਤੂ ਹੁੰਦੇ ਰਹੇ ਆ ਦਿੱਕਤਾਂ ਦੇ ਨਾਲ ਹੀ ਬੰਦਾ ਅੱਗੇ ਵੱਧਦਾ ਅੱਛਾ ਵੀਰ ਪੜ੍ਹਾਈ ਦੇ ਵਿੱਚ ਕਿਵੇਂ ਸੀ ਪੜ੍ਹਾਈ ਦੇ ਵਿੱਚ ਠੀਕ ਸੀ ਵਧੀਆ ਸੀਗਾ ਜਾਣੀ ਪਿੰਡਾਂ ਦੇ ਵਿੱਚ ਸਰਕਾਰੀ ਜਿਹੜੇ ਸਕੂਲ ਹੁੰਦੇ ਆ ਉਹਨਾਂ ਦੇ ਵਿੱਚ ਪੜ੍ਹਾਈ ਹੁਣ ਤਾਂ ਵੈਸੇ ਬਹੁਤ ਸੁਧਾਰ ਹੋ ਚੱਲਿਆ ਉਦੋਂ ਕੋਈ ਜ਼ਿਆਦਾ ਨਹੀਂ ਸੀ ਪਰ ਉਸ ਹਿਸਾਬ ਨਾਲ ਚੰਗਾ ਸੀ ਠੀਕ ਸੀਗਾ ਕੋਈ ਲਾਂਭਾ ਨਹੀਂ ਆਉਂਦਾ ਸੀ ਸਕੂਲ ਦੇ ਵਿੱਚੋਂ ਪੜ੍ਹਾਈ ਵੱਲੋਂ ਵੀ ਲਾਂਭਾ ਨਹੀਂ ਆਉਂਦਾ ਸੀ ਫੇਲ ਨਹੀਂ ਹੋਇਆ ਸੀਗਾ ਕਦੇ ਵੀ ਫੇਲ ਹੋ ਗਿਆ
ਤੇ ਠੀਕ ਪੜਿਆ ਵੈਸੇ ਵਧੀਆ ਰਿਹਾ। ਤੇ ਹੁਣ ਜਿਵੇਂ ਚਾਹੁਣ ਵਾਲਿਆਂ ਦਾ ਤਾਂਤਾ ਵੀ ਘਰੇ ਲੱਗਿਆ ਰਹਿੰਦਾ ਹੋਊਗਾ ਜਾਂ ਉਹ ਲੋਕ ਬਹੁਤ ਆਉਂਦੇ ਹੋਣਗੇ ਜਿਹੜੇ ਕੰਮ ਕਰਵਾਉਣਾ ਚਾਹੁੰਦੇ ਨੇ? ਹਾਂਜੀ ਬਹੁਤ ਆਉਂਦੇ ਆ ਲੋਕ, ਬਥੇਰੇ ਲੋਕ ਦੂਰੋਂ ਦੂਰੋਂ ਫੋਨ ਬਹੁਤ ਆਉਂਦੇ ਆ। ਕਈ ਵਾਰੀ ਇਹਦਾ ਫੋਨ ਲੱਗਦਾ ਨਹੀਂ ਤੇ ਲੋਕ ਤਾਂ ਪਿੰਡ 'ਚੋਂ ਕਿਸੇ ਤੋਂ ਫੋਨ ਲੈ ਕੇ ਮੈਨੂੰ ਫੋਨ ਕਰਦੇ ਆ ਵੀ ਤੂੰ ਇਹਦੇ ਨਾਲ ਗੱਲ ਕਰਾਓ ਜੀ, ਸਾਡੀ ਸਾਡਾ ਜ਼ਰੂਰੀ ਕੰਮ ਆ, ਕਿਸੇ ਦਾ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਕੰਮ ਜਿਹੜੇ ਹੈਗੇ ਦੁਨਿਆਵੀ ਕੰਮ ਪੈਂਦੇ ਰਹਿੰਦੇ ਆ ਜਨਤਾ ਨੂੰ ਅਤੇ ਉਹ ਉਹਨਾਂ ਕੰਮਾਂ ਵਾਸਤੇ ਫਿਰ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਆ ਅਤੇ ਫੋਨ ਵੀ ਕਰਦੇ ਆ ਲੋਕ ਕਈ ਵਾਰੀ। ਫੋਨ ਜੇ ਨਹੀਂ ਵੀ ਮਿਲਦਾ ਫਿਰ ਆਏ ਨੂੰ ਸੁਨੇਹਾ ਦੇਈਦਾ ਵੀ ਆਹ ਫੋਨ ਆ ਭਾਈ ਤੂੰ ਉਹਨਾਂ ਨਾਲ ਗੱਲ ਕਰ ਲਾ, ਫਿਰ ਆਪਦਾ ਜਿਵੇਂ ਵੀ ਇਹਦੇ ਕੋਲ ਟਾਈਮ ਹੁੰਦਾ ਕੋਈ ਗੱਲਬਾਤ ਜਿਹਦੇ ਨਾਲ ਕਰਨੀ ਹੁੰਦੀ ਕਰ ਲੈਂਦਾ ਟਾਈਮ ਕੱਢ ਕੇ ਜੀ। ਤਾਂ ਮੈਂ ਗੱਲਬਾਤ ਦੀ ਸਮਾਪਤੀ ਵੇਲੇ ਤੁਹਾਡੇ ਤੋਂ ਅਖੀਰ ਦੇ ਵਿੱਚ ਪੁੱਛਣਾ ਚਾਹੁੰਦਾ ਕਿ ਤੁਸੀਂ ਸਿੱਖਾਂ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ ਕਿ ਉਹ ਸਮਾਜ ਦੇ ਵਿੱਚ ਤੁਸੀਂ ਵਿਚਰ ਰਹੇ ਹੋ, ਬਹੁਤ ਲੋਕਾਂ ਦਾ ਵਾਹ ਪਿਆ, ਤਾਂ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਿੱਖਾਂ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ? ਸਿੱਖਾਂ ਦਾ ਭਵਿੱਖ ਹੁਣ ਇੱਕ ਨਿਗਾਰ 'ਚ ਉਤਰਿਆ ਗਿਆ, ਸਿਰਫ ਆਪਣੀ ਇੱਕ ਵੀ ਇਹ ਆਕੜ ਜਾਂ ਧੋਣ 'ਤੇ ਕਿੱਲਾ ਕਰਕੇ ਵੀ ਯਾਰ ਅਸੀਂ ਸਹੀ ਹਾਂ। ਸਿੱਖਾਂ ਨੂੰ ਆਪਦੀਆਂ ਨਿੱਕੀਆਂ ਮੋਟੀਆਂ ਰੰਜਿਸ਼ਾਂ ਜਾਂ ਨਿੱਕੇ ਮੋਟੇ ਗੱਲਾਂ ਨੂੰ ਛੱਡ ਕੇ, ਹਾਂ ਵੀ ਉਹ ਬੰਦੇ ਸਰਕਾਰੀ ਨਾ ਹੋਣ, ਉਹਨਾਂ ਨਾਲ ਬੈਠ ਕੇ ਵਿਚਾਰ ਕਰਕੇ ਇਕੱਠੇ ਹੋ ਕੇ ਚੱਲਣਾ ਅਤੇ ਦੁਬਾਰਾ ਵੀ ਕੁਛ ਬਣ ਸਕਦਾ ਸਿੱਖਾਂ ਦਾ। ਅਤੇ ਜੇ ਅਸੀਂ ਕਹੀਏ ਵੀ ਅਸੀਂ ਆਪਦਾ ਘਰ ਹੀ ਬਣਾ ਲਈਏ ਅਤੇ ਵੀ ਹੋਰ ਕਿਸੇ ਦਾ ਕੁਛ ਬਣੇ ਨਾ, ਅਤੇ ਉਨਾ ਟਾਈਮ ਇਹ ਚੀਜ਼ ਦਾ ਹੱਲ ਨਹੀਂ ਹੋਣਾ। ਬਾਕੀ NRI ਦੇ ਸਿਰ 'ਤੇ ਬਹੁਤ ਵੱਡਾ ਇਹਦਾ ਹੱਥ 'ਚ ਹੁੰਦਾ ਸਿੱਖਾਂ ਦੀ ਡੋਰ। ਉਹ ਇਹ ਆ ਵੀ ਮੈਂ ਤਾਂ ਇਹ ਕਹਿੰਦਾ ਵੀ ਘੱਟੋ ਘੱਟ 5 ਸਾਲ NRI ਪੈਸਾ ਬੰਦ ਕਰ ਦੇਣ ਪੰਜਾਬ ਵਿੱਚ, ਅਤੇ ਫਿਰ ਉਹੀ ਖੜੂਗਾ ਜਿਹਨੇ ਸਿਰ ਦੇਣਾ ਵਾ, ਅਤੇ ਜਿਹੜੇ ਪੈਸੇ ਦੇ ਲਾਲਚ ਲਈ ਤੁਰੇ ਫਿਰਦੇ ਫਿਰ ਉਹ ਆਪੇ ਹਟ ਜਾਣਗੇ, ਕਿਉਂਕਿ ਜਿਹੜੇ ਪੈਸੇ ਕਰਕੇ ਆ ਉਹ ਫਿਰ ਇਸ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਜਿਹੜਾ ਬਾਹਰੋਂ ਪੈਸਾ ਆਉਂਦਾ, ਅਤੇ ਉਹ ਬੰਦ ਹੋ ਜਾਏ ਨਾ ਕਿਸੇ ਹਿਸਾਬ ਨਾਲ। ਵੀ NRI ਨੂੰ ਬੇਨਤੀ ਆ ਵੀ ਉਹ ਕਮੇਟੀਆਂ ਨੂੰ, ਉਹ ਜਿਹੜਾ SGPC ਨੂੰ ਜਾਂ ਜਿਹੜਾ ਬੰਦਾ ਕੰਮ ਕਰ ਰਿਹਾ ਵਾ ਉਹਨੂੰ ਇੱਕ ਵਾਰੀ ਬੰਦ ਕਰ ਦੇਣ ਵੀ ਭਾਈ ਜੀ ਸਾਨੂੰ ਇੱਕ ਵਾਰੀ ਛੁੱਟੀ ਚਾਹੀਦੀ ਆ, ਅਤੇ ਫਿਰ ਬੰਦੇ ਉਹ ਸਾਹਮਣੇ ਆਉਣਗੇ ਜਿਹੜੇ ਸੱਚੇ ਆ। ਅਤੇ ਨਹੀਂ ਹੁਣ ਤਾਂ ਤੁਹਾਨੂੰ ਪਤਾ ਹੀ ਆ ਵੀ ਅੰਨੀ ਪੀਂਦੀ ਆ, ਕੁੱਤੀ ਚੱਟਦੀ ਆ, ਅੰਨੀ ਨੂੰ ਦੀਦਾ ਨਹੀਂ ਗਾ ਅਤੇ ਬਸ ਸਾਰਾ ਜੋਕਾਂ ਚੁੰਬੜੀਆਂ ਜੀ। ਤਾਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਉਹਦੇ ਲਈ ਧੰਨਵਾਦ। ਤਾਂ ਗੱਲਬਾਤ ਹੈ ਕੀਤੀ ਆ ਅੰਮ੍ਰਿਤਪਾਲ ਸਿੰਘ ਦੇ ਨਾਲ, ਉਹਨਾਂ ਦੇ ਪਿੰਡ ਪਹੁੰਚੇ ਆ ਮਹਿਰੋ ਦੇ ਵਿੱਚ, ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਜਾਣੇ ਆ, ਉਹ ਸਵਾਲਾਂ ਦੇ ਜਵਾਬ ਵੀ ਲੈਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਇਲਜ਼ਾਮਬਾਜ਼ੀਆਂ ਹੁੰਦੀਆਂ ਰਹਿੰਦੀਆਂ ਨੇ, ਤਾਂ ਉਹਨਾਂ ਦੇ ਜੀਵਨ ਬਾਰੇ ਵੀ ਜਾਣੇ ਆ, ਜਿਹੜੀਆਂ ਗੱਲਾਂ ਅੱਜ ਤੱਕ ਸਾਹਮਣੇ ਨਹੀਂ ਸੀ ਆਈਆਂ ਉਹਨਾਂ ਨੂੰ ਸਾਹਮਣੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਆ ਜਿਹੜੀ ਉਹ ਕੀਤੀ ਆ। ਤਾਂ ਨੌਜਵਾਨਾਂ ਨੂੰ ਇੱਕ ਵੱਡੀ ਸੇਧ ਆ ਜਿਹੜੀ ਉਹ ਆਪਣੇ ਰੋਲ ਮਾਡਲਾਂ ਤੋਂ ਮਿਲਦੀ ਹੈ, ਤਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਨੌਜਵਾਨ ਅੰਮ੍ਰਿਤਪਾਲ ਸਿੰਘ ਨੂੰ ਵੀ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਵੀ ਫੋਲੋ ਕਰਦੇ ਨੇ, ਉਹਨਾਂ ਨੂੰ ਆਪਣਾ ਜਿਹੜਾ ਰੋਲ ਮਾਡਲ ਹੈ ਉਹ ਮੰਨਦੇ ਨੇ, ਤਾਂ ਉਹਨਾਂ ਦੇ ਲਈ ਇਹ ਜਿਹੜੀ ਗੱਲਬਾਤ ਹੈ ਬੜੀ ਵਿਸ਼ੇਸ਼ ਹੋ ਜਾਣੀ ਹੈ। ਤਾਂ ਤੁਸੀਂ ਬਣੇ ਰਹੋ ਪੰਜਾਬ KTV ਦੇ ਨਾਲ, ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।